आशा कोई जिनका कि मेरी जी राखी मेरी जी गुरु नानक तू बलहारे राखी मेरी जी गुरु नानक मेरी जी गुरु नानक तू बलहारे राखी मेरी जी गुरु नानक तू बलहारे मेरी जी गुरु नानक तू बलहारे राखी मेरी जी गुरु नानक तू बलहारे नानक तो बलहारे नानक तो जी नानक तो बलहारे सतगुरु नानक तो मेरी जी गुरु नानक तू बलहारे राखी मेरी जी गुरु नानक तू बलहारे मेरी जी गुरु नानक तू बलहारे राखी मेरी जी गुरु नानक पर तू स्वामी सूत कैसे पार मन माता मरना चित नया सेवक को पौ नाही जाप नैया मेरे रंग राते दुख लाथा ते कोई सतगुरु का दिलासा पायन पंच दुख लै सच कर मन जाना सारंग जाना तेरे सतगुरु नानक जिन कल राखी मेरी मेरी जी गुरु नानक तू बलहारे जिनकल राखी मेरी जी गुरु नानक तू बलहारे मेरी जी गुरु नानक तू बलहारे की मेरी जी गुरु नानक तू बलहारे जी नानक तो बलहारे सतगुरु नानक तो जी नानक तो बलहारे सतगुरु नानक तो बलहारे सतगुरु नानक तो बलहारे तो बलहारे सतगुरु नानक तो बलहारे राख
ਕੀ ਮੇਰੀ ਜੀ ਗੁਰੂ ਨਾਨਕ ਤੋਂ ਜਿਨ ਰੰਗ ਰਾਖੀ ਮੇਰੀ ਜੀ ਗੁਰੂ ਨਾਨਕ ਤੋਂ ਬਨਹਾਰੇ ਮੇਰੀ ਜੀ ਗੁਰੂ ਨਾਨਕ ਤੋਂ ਬਨਹਾਰੇ ਕਾਫੀ ਸਮੇਂ ਤੋਂ ਕਥਾ ਵਿਚਾਰ ਸੁਣ ਰਹੇ ਸੀ ਗੁਰੂ ਨਾਨਕ ਜੀ ਦੀ ਕਥਾ ਮਹਾਰਾਜ ਬਾਰੇ ਥੋੜ੍ਹੀ ਜਿਹੀ ਬੇਨਤੀ ਕਰੀਏ ਗੁਰੂ ਸਾਹਿਬ ਬਾਰੇ ਭਵਿੱਖਤ ਬਚਨ ਬਹੁਤ ਨੇ ਥੋੜ੍ਹੇ ਨਹੀਂ ਥੋੜ੍ਹੇ ਜਿਹੇ ਬੇਨਤੀ ਕਰੀਏ ਰਾਜਾ ਜਨਕ ਹੋਇਆ ਹੈ ਜਿਸਨੇ ਨਰਕ ਖਾਲੀ ਕੀਤੇ ਉਹਨਾਂ ਦੇ ਉੱਤੇ ਇੱਕ ਵਜ਼ੀਰ ਹੁੰਦਾ ਸੀ ਉਹਨੇ ਸੋਚਿਆ ਮੈਂ ਨਹੀਂ ਬੰਦਗੀ ਕਰ ਸਕਦਾ ਮੈਂ ਵੀ ਕਰਾਂਗਾ ਉਹ ਪਾਣੀ ਵਿੱਚ ਸ਼ਹਿਰ ਵਿੱਚ ਹੁੰਦੀਆਂ ਨਾ ਝੀਲਾਂ ਗਲ ਗਲ ਪਾਣੀ 'ਚ ਖੜਾ ਤਪੱਸਿਆ ਕਰਦਾ ਰਾਜਾ ਜਨਕ ਜੀ ਜਾ ਹੀ ਰਹੇ ਸੀ ਅਤੇ ਭਾਈ ਉਹ ਕੌਣ ਹੈ ਜੀ ਤੁਹਾਡਾ ਹੀ ਵਜ਼ੀਰ ਹੈ ਉਸਨੂੰ ਬੁਲਾਇਆ ਕਹਿਣ ਲੱਗੇ ਕਥਾ ਕੀਰਤਨ ਕਰਿਆ ਕਰ ਪਾਣੀ 'ਚ ਖੜ ਕੇ ਕੀ ਲੈਣਾ ਛੱਡ ਪਾ ਸੋਚਦਾ ਵੀ ਮੈਂ ਤਪੱਸਿਆ ਹੀ ਕਰਦਾ ਬੜਾ ਕੰਮ ਤਾਂ ਮੈਂ ਕਰਦਾ ਨਹੀਂ ਕਿਉਂ ਰੋਕਦੇ ਦੂਜੀ ਵਾਰੀ ਫਿਰ ਆਇਆ ਭਾਈ ਅਜੇ ਹਟਿਆ ਨਹੀਂ ਕਿਉਂ ਖੜਾ ਪਾਣੀ 'ਚ ਮੈਂ ਬੰਦਗੀ ਕਰਦਾ ਤੀਜੀ ਵਾਰੀ ਫਿਰ ਆਇਆ ਬੁਲਾਇਆ ਤੈਨੂੰ ਅੱਗੇ ਵੀ ਦੋ ਵਾਰੀ ਕਿਹਾ ਪਾਣੀ 'ਚ ਨਹੀਂ ਖੜੀਦਾ ਅੱਛਾ ਜੇ ਤੇਰਾ ਜੀ ਕਰਦਾ ਹੀ ਹੈ ਪਾਣੀ 'ਚ ਹੀ ਰਹਿਣਾ ਠੀਕ ਹੈ ਥੋੜ੍ਹਾ ਸਮਾਂ ਹੋਰ ਹੈ ਮਰ ਕੇ ਮੱਛ ਬਣੇਗਾ ਪਾਣੀ 'ਚ ਰਹੀ ਨਹੀਂ ਫਿਰ ਬੜਾ ਪਛਤਾਉਂਦਾ ਹੈ ਇਹ ਬ੍ਰਹਮ ਗਿਆਨੀ ਹਨ ਵਧੇ ਮੁਕਤਾਨੇ ਦਾ ਕਿਹਾ ਟਲਣਾ ਨਹੀਂ ਬੇਨਤੀ ਕਰਦਾ ਹੈ ਕਿ ਮੈਂ ਕਰੋ ਅੱਛਾ ਕੱਲ ਯੁੱਗ ਵਿੱਚ ਗੁਰੂ ਨਾਨਕ ਜੀ ਪ੍ਰਗਟ ਹੋਣਗੇ ਉਦੋਂ ਤੂੰ ਮੱਛ ਹੋਵੇਗਾ ਸਮੁੰਦਰ ਵਿੱਚ ਬਹੁਤ ਵੱਡਾ ਤੇਰੇ 'ਤੇ ਚਰਨ ਲਾਉਣਗੇ ਰਾਤ ਕੱਟਣਗੇ ਸ਼ਰਾਪ ਦਾ ਖਾਤਮਾ ਅਤੇ ਤੈਨੂੰ ਦਰਸ਼ਨ ਵੀ ਹੋਣਗੇ ਦੂਸਰਾ ਇੱਕ ਵਿਆਸ ਰਿਖੀ ਜੀ ਹੋਏ ਜਿਹਨਾਂ ਬਹੁਤ ਕੁਛ ਲਿਖਿਆ ਸਾਰੇ ਵੇ ਸ਼ਸਤਰ ਪੜ੍ਹ ਕੇ ਵਿਚਾਰ ਕੇ ਫਿਰ ਉਹਨਾਂ ਨੇ ਸ਼ਸਤਰ ਲਿਖੇ ਤਾਂ ਉਹਨਾਂ ਦੇ ਪਾਸ ਕਈ ਹਜ਼ਾਰ ਰਿਖੀ ਇਕੱਠੇ ਹੋ ਕੇ ਆਏ ਉਹ ਇਸ਼ਨਾਨ ਕਰਦੇ ਸੀ ਨਦੀ ਵਿੱਚ ਪੁੱਛਦੇ ਨੇ ਬੇਨਤੀ ਕਰੀਏ ਵੀ ਕੱਲ੍ਹ ਨੂੰ ਕਿਹੋ ਜਿਹਾ ਕਹਿੰਦੇ ਬੜਾ ਭੈੜਾ ਕਿਸੇ ਨੇ ਰੱਬ ਦਾ ਨਾਂ ਲੈਣਾ ਹੀ ਪਸੰਦ ਨਹੀਂ ਕਰਨਾ ਇਹੋ ਜਿਹਾ ਕੱਲ੍ਹ ਯੁੱਗ ਵੀ ਆ ਰਿਹਾ ਕਿ ਰੱਬ ਨੂੰ ਹੀ ਨਹੀਂ ਮੰਨਣਗੇ ਤਾਂ ਕਿਹੋ ਜਿਹਾ ਹੋਇਆ ਉਹਨਾਂ ਇੱਕ ਚੁੱਭੀ ਮਾਰੀ ਕਹਿੰਦੇ ਧੰਨ ਕੱਲ੍ਹ ਯੁੱਗ ਦੂਜੀ ਚੁੱਭੀ ਮਾਰੀ ਧੰਨ ਕੱਲ੍ਹ ਯੁੱਗ ਤੀਜੀ ਚੁੱਭੀ ਪਾਣੀ 'ਚ ਮਾਰੀ ਵਿਆਸ ਰਿਖੀ ਜੀ ਅਤੇ ਪਾਂਡਵਾਂ ਦੇ ਵੱਡੇ ਬਜ਼ੁਰਗ ਹੋਏ ਨੇ ਕਹਿੰਦੇ ਧੰਨ ਕੱਲ੍ਹ ਯੁੱਗ ਰਿਖੀਆਂ ਨੇ ਇਹੀ ਪੁੱਛਣਾ ਸੀ ਕਹਿੰਦੇ ਰਿਖੀ ਜੀ ਇਹੀ ਪੁੱਛਣ ਵਾਸਤੇ ਆਏ ਸੀ ਵੀ ਕੱਲ੍ਹ ਯੁੱਗ ਕਿਹੋ ਜਿਹਾ ਤੁਸੀਂ ਧੰਨ ਕਹਿੰਦੇ ਹੋ ਕਹਿੰਦੇ ਐਂ ਦੱਸੋ ਤੁਸੀਂ ਭਜਨ ਕਿਹਦਾ ਕਰਦੇ ਹੋ ਨਾਰਾਇਣ ਦਾ ਓਮ ਨਮੇ ਨਾਰਾਇਣ ਓਮ ਨਮੇ ਨਾਰਾਇਣ ਕਹਿੰਦੇ ਉਹ ਨਾਰਾਇਣ ਜਿਹੜਾ ਹੈ ਉਹ ਨਾਨਕ ਨਾਮ ਰਖਾ ਕੇ ਕਲਯੁਗ ਵਿੱਚ ਆ ਰਿਹਾ ਇਸ ਕਰਕੇ ਕਲਯੁਗ ਧੰਨ ਹੈ ਸਤਯੁਗ ਤ੍ਰੇਤਾ ਦੁਆਪਰ ਬਣੀ ਹੈ ਕਲਯੁਗ ਉੱਤਮ ਯੁੱਗਾਂ ਮੈਂ ਬੜਾ ਚੰਗਾ ਚੁੱਕਿਆ ਸਿਮਰਨ ਕਰਨ ਵਾਲਿਆਂ ਵਾਸਤੇ ਸੇਵਾ ਕਰਨ ਵਾਲਿਆਂ ਵਾਸਤੇ ਨਾਮ ਜਪਣ ਵਾਲਿਆਂ ਵਾਸਤੇ ਤੂੰ ਚੰਗਾ ਹੈ ਜੋ ਮਿਹਨਤ ਥੋੜ੍ਹੀ
ਫਲ ਜ਼ਿਆਦਾ। ਇਸ ਤਰ੍ਹਾਂ ਇੱਕ ਭਵਿੱਖਿਤ ਪੁਰਾਣ ਹੈ, 18 ਪੁਰਾਣ ਨੇ, ਨਾਰਦ ਪੁਰਾਣ, ਸਕੰਦ ਪੁਰਾਣ, ਸ਼ਿਵ ਪੁਰਾਣ, ਭਗਤ ਪੁਰਾਣ, ਇਹ ਪੁਰਾਣਾਂ ਦੇ ਨਾਂ ਹਨ। ਇਹਨਾਂ ਵਿੱਚ ਬਹੁਤ ਕੁਛ ਲਿਖਿਆ। ਤੋ ਜਿਹੜਾ ਭਵਿੱਖਿਤ ਪੁਰਾਣ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਜੀ ਪ੍ਰਗਟ ਹੋਣਗੇ। ਇਹ ਗੱਲ ਨਾਨੂ ਪੰਡਿਤ ਦੇ ਕੰਨ ਵਿੱਚ ਪਈ। ਉਹ ਕੁਰਕਸ਼ੇਤਰ ਵਿੱਚ ਕਹਿੰਦਾ ਉਹ ਮੈਂ ਹੀ ਹਾਂ। ਜਦੋਂ ਮਹਾਰਾਜ ਆਏ, ਦਰਸ਼ਨ ਕੀਤੇ, ਫਿਰ ਆਪੇ ਹੀ ਮਾਫੀਆਂ ਮੰਗਦਾ ਮਹਾਰਾਜ, ਤੁਸੀਂ ਆਪ ਹੀ ਹੋ ਗੁਰੂ ਨਾਨਕ ਜੀ, ਮੈਂ ਨਹੀਂ, ਮੈਂ ਤਾਂ ਐਵੇਂ ਹੀ ਨਾਂ ਰਖਾਇਆ ਸੀ। ਪਟਨੀ ਸ਼ਹਿਰ 'ਤੇ ਫੌਜ ਚੜ੍ਹ ਕੇ ਆਈ ਬਾਹਰੋਂ, ਰਾਜਭਾਗ ਲੁੱਟ ਲਿਆ, ਰਾਣੀ ਅਤੇ ਉਹਦਾ ਬੇਟਾ ਉੱਥੋਂ ਬਚੇ, ਕੁਰਕਸ਼ੇਤਰ ਆਏ। ਇੱਥੇ ਫਿਰ ਉਹ ਜਦੋਂ ਸਾਖੀ ਆਉਂਦੀ ਹੈ ਵੀ ਉਹ ਖੀਰ ਬਣੀ, ਪੰਡਿਤਾਂ ਨੇ ਛਕੀ, ਉਹ ਸਾਰੇ ਹੈਰਾਨ ਹੋਏ, ਤੁਸੀਂ ਇਹ ਧੂੰਆਂ ਕਿਉਂ ਲਾਇਆ? ਗੁਰੂ ਜੀ ਨੇ ਸਮਝਾਇਆ ਵੀ ਕਿ ਤੁਸੀਂ ਆਹ ਜਿਹੜਾ ਮਾਸ ਖਾਂਦੇ ਹੋ, ਮਾਸ ਵਿੱਚ ਪਏ ਹੋਏ ਹੋ, ਇਹਦੇ ਵਿੱਚੋਂ ਨਿਕਲੋ, ਝਗੜਦੇ ਕਿਉਂ ਹੋ? ਇਹ ਤੇਰਾ ਸਰੀਰ ਤਾਂ ਹੋਏ ਸੰਨਿਆਸੀ ਨਾਨਕਿਆ ਵਿਚਾਰਾ, ਸਾਰੇ ਰਸ ਕਾ ਛੱਡੋ, ਰਸ ਸੋਨਾ ਰਸ ਰੂਪਾ, ਕਾਮਣ ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ, ਮੰਦਰ ਰਸ ਮਿੱਠਾ ਰਸ ਮਾਸ, ਇਹ ਤੇਰਾ ਸਰੀਰ ਕੇ ਕਹਿ ਕੱਟਣਾ ਨਿਵਾਸ। ਜਦੋਂ ਇਹ ਰਸਾ ਕਸਾ ਵਿੱਚ ਪੈ ਗਿਆ, ਇੱਥੇ ਨਾਮ ਕਿੱਥੇ ਤੁਸੀਂ ਜਪੋਗੇ? ਸੰਤ ਰਣਧੀਰ ਸਿੰਘ ਜੀ ਹੋਏ ਨੇ ਬੜੇ ਗੁਰਮੁਖ ਪਿਆਰੇ, ਉਹਨਾਂ ਨੇ ਜਿੱਥੇ ਜਿੱਥੇ ਜਾਣਾ ਮਾਸ ਬਾਰੇ ਬਹਿਸਾਂ ਵਿਚਾਰਾਂ ਲੋਕਾਂ ਨੇ ਕਰਨੀਆਂ, ਉਹਨਾਂ ਲਿਖੀ ਜਾਣਾ। ਕੋਈ 250 ਸਵਾਲ ਜਵਾਬ ਹੈ, ਬੜੀਆਂ ਬੜੀਆਂ ਸਟੇਜਾਂ 'ਤੇ ਉਹਨਾਂ ਨੇ ਲੋਕਾਂ ਨੂੰ ਜਿੱਤਿਆ। ਇੱਕ ਕਿਤਾਬ ਤਿਆਰ ਕਰ ਦਿੱਤੀ, ਉਹਦਾ ਨਾਂ ਹੈ ਮਾਸ ਦਾ ਨਿਰਣਾ, ਅੰਮ੍ਰਿਤਸਰੋਂ ਮਿਲਦਾ ਗ੍ਰੰਥ, ਪੜ੍ਹ ਕੇ ਦੇਖ ਲੈਣਾ, ਉਹਨਾਂ ਨੇ ਕਸਰ ਨਹੀਂ ਕੋਈ ਛੱਡੀ ਉਸ ਗ੍ਰੰਥ ਵਿੱਚ। ਅਖੀਰ ਸਾਰਿਆਂ ਨੇ ਮਾਫ਼ੀ ਮੰਗੀ। ਇਹ ਕਿਹਾ ਸੰਤ ਰਣਧੀਰ ਸਿੰਘ ਜੀ ਕਿ ਠੀਕ ਹੈ, ਨਹੀਂ ਖਾਣਾ ਚਾਹੀਦਾ, ਇਹ ਫੈਸਲਾ ਹੋਇਆ। ਉਹ ਸਾਰੀ ਪੜ੍ਹ ਕੇ ਦੇਖ ਲੈਣਾ, ਮੈਂ ਇਸ਼ਾਰੇ ਮਾਤਰ ਗੱਲ ਕਰਦਾ। ਇਹਨਾਂ ਸ਼ਬਦਾਂ ਦੇ ਅਰਥ ਹੋਰ ਵੀ ਬਹੁਤ ਕੁਛ ਉਹਦੇ ਵਿੱਚ ਦਿੱਤਾ ਹੋਇਆ, ਵੇਦਾਂ ਦੇ, ਸ਼ਾਸਤਰਾਂ ਦੇ, ਗੁਰਬਾਣੀ ਦੇ, ਇਤਿਹਾਸ ਦੇ ਬੜੇ ਪ੍ਰਮਾਣ ਦਿੱਤੇ ਹੋਏ। ਸੋ ਇਸ ਤਰ੍ਹਾਂ ਇਹ ਵਿਆਸ ਦੇਖੀ ਜੀ ਕਹਿ ਰਹੇ ਨੇ ਕੱਲ੍ਹ ਜੋ ਧੰਨ ਹੈ, ਭਵਿੱਖਿਤ ਪੁਰਾਣ ਵਿੱਚ ਵੀ ਲਿਖਿਆ ਹੈ ਕਿ ਰਾਜੇ ਜਨਕ ਦਾ ਇੱਕ ਰਸੋਈਆ ਸੀ। ਕਈਆਂ ਦਾ ਸੁਭਾਅ ਹੁੰਦਾ ਕੁਛ ਨਾ ਕੁਛ ਖਾਂਦੇ ਰਹਿਣਾ, ਉਹਨੇ ਕੁਛ ਨਾ ਕੁਛ ਖਾਂਦੇ ਰਹਿਣਾ। ਤੋ ਇੱਕ ਹੋਰ ਸੀ ਲਾਂਗਰੀ, ਉਹਦੀ ਉਹਦੇ ਨਾਲ ਈਰਖਾ ਸੀ। ਉਹ ਕਹਿੰਦਾ ਹੈ ਰਾਜੇ ਜਨਕ ਨੂੰ, ਦੇਖੋ ਮਹਾਰਾਜ ਇਹ ਕੁਛ ਨਾ ਕੁਛ ਖਾਂਦਾ ਹੀ ਰਹਿੰਦਾ, ਇਹਨੂੰ ਚੁੱਪ ਰਹਿਣਾ ਚਾਹੀਦਾ। ਕਹਿੰਦੇ ਤੇਰਾ ਘੋੜੇ ਵਾਂਗ ਮੂੰਹ ਹਿਲਦਾ ਹੀ ਰਹਿੰਦਾ, ਚੁੱਪ ਨਹੀਂ ਰਹਿ ਸਕਦਾ, ਮੂੰਹ ਬੰਦ ਨਹੀਂ ਹੁੰਦਾ। ਉਹਨੂੰ ਸਮਾਂ ਤੂੰ ਨਹੀਂ ਵਿਚਾਰਿਆ, ਬੇਨਤੀ ਕੀਤੀ ਕਿ ਮੈਂ ਘੋੜਾ ਬਣਾਂਗਾ। ਹਾਂ ਕਹਿੰਦੇ ਬਣੇਗਾ ਤਾਂ ਸਹੀ। ਰਾਜੇ ਜਨਕ ਦੀ ਛੋਟੀ ਭੈਣ ਸੀ, ਉਹ ਹੱਥ ਜੋੜ ਕੇ ਕਹਿੰਦੀ ਹੈ ਵੀਰ ਜੀ ਇਹ ਸਹਿ ਸੁਭਾਈ ਕੁਛ ਨਾ ਕੁਛ ਤੁਹਾਡੇ ਕੋਲੋਂ ਲੈ ਲੈਂਦੇ ਨੇ, ਅਕਲ ਦਾ ਘਾਟਾ ਹੈ। ਸੋ ਮੇਰੀ ਬੇਨਤੀ ਹੈ ਕਿ ਇਹ ਘੋੜਾ ਬਣੇਗਾ। ਫਿਰ ਇਹ ਪੂਰਨ ਪੁਰਖ ਦਾ ਬਣੇ, ਇਹਦਾ ਜੰਮਣ ਮਰਨ ਮੁੱਕੇ, ਇਹ ਵੀ ਅਸੀਸ ਦਿਓ। ਛੋਟੀ ਭੈਣ ਦੇ ਕਹਿਣ 'ਤੇ ਰਾਜੇ ਜਨਕ ਨੇ ਕਿਹਾ ਅੱਛਾ, ਜਦੋਂ 5000 ਸਾਲ ਕਲਯੁਗ ਬੀਤ ਜਾਏਗਾ, ਦੁਨੀਆਂ ਦੇ ਭਲੇ ਵਾਸਤੇ ਗੁਰੂ ਨਾਨਕ ਜੀ ਪ੍ਰਗਟ ਹੋਣਗੇ, ਜਦੋਂ ਗੁਰੂ ਨਾਨਕ ਜੀ ਛੇਵਾਂ ਜਾਮਾ ਧਾਰਨ ਕਰਨਗੇ, ਇਹ ਉਹਨਾਂ ਦਾ ਘੋੜਾ ਹੋਵੇਗਾ। ਆਉਂਦੀ ਨਾ ਸਾਖੀ ਮਾਤਾ ਸੁਲੱਖਣੀ, ਇਹ ਦੋ ਹੋਈਆਂ ਨੇ।
ਇੱਕ ਤਾਂ ਛੇਵੇਂ ਮਹਾਰਾਜ ਦੇ ਸਮੇਂ, ਇੱਕ ਦਸਵੇਂ ਮਹਾਰਾਜ ਦੇ ਸਮੇਂ ਹੋਈ। ਉਹਦਾ ਨਾਮ ਹੀ ਸੁਲੱਖਣੀ ਸੀ। ਉਹ ਆਈ ਸੀ ਦਮਦਮਾ ਸਾਹਿਬ ਗੁਰੂ ਕੇ ਕਾਸ਼ੀ ਬਠਿੰਡਾ। ਇਹਦੇ ਵੀ ਅੰਸਰ ਨਹੀਂ ਸੀ। ਇੱਕ ਰਾਮ ਸਿੰਘ ਫਤਿਹ ਸਿੰਘ ਦੋ ਭਰਾ ਹੋਏ, ਗੁਰੂ ਮਹਾਰਾਜ ਦੇ ਨਾਲ ਹੀ ਸਨ। ਤੋ ਰਾਮ ਸਿੰਘ ਨੇ ਕਿਹਾ, ਫਤਿਹ ਸਿੰਘ ਦੋਵੇਂ ਭਾਈ ਇਕੱਠੇ ਸਨ, ਬੀਬੀ ਜੀ ਤੁਸੀਂ ਕਲਮ ਦੁਆਗਤ ਲੈ ਕੇ ਆਇਓ, ਜੇ ਗੁਰੂ ਜੀ ਨੇ ਕਹਿ ਹੀ ਦਿੱਤਾ ਭਾਗਾਂ 'ਚ ਨਹੀਂ। ਇਹ ਵੀ ਸੁਲੱਖਣੀ ਵਾਂਗੂ ਆਈ, ਗੁਰੂ ਜੀ ਨੇ ਮੱਥੇ 'ਤੇ ਇੱਕ ਲਿਖਣ ਲੱਗੇ, ਸੱਤ ਬਣ ਗਿਆ। ਇਹਦੇ ਵੀ ਸੱਤ ਪੁੱਤਰ ਹੋਏ, ਸੱਤੇ ਅੰਮ੍ਰਿਤਧਾਰੀ ਹੋਏ। ਇਹ ਜਿਹੜੀ ਪਹਿਲੀ ਹੈ ਛੇਵੇਂ ਮਹਾਰਾਜ ਦੇ ਟਾਈਮ, ਨਾਮ ਵੀ ਮਿਲਦਾ ਜੁਲਦਾ ਹੈ। ਹੁਣ ਗੁਰੂ ਜੀ ਮੱਥੇ 'ਤੇ ਇੱਕ ਲਿਖਣ ਲੱਗੇ, ਜੁਗਤੀ ਦੱਸੀ ਸੀ ਭਾਈ ਗੁਰਦਾਸ, ਕਿਰਪਾ ਕਰੋ ਇੱਥੇ ਲਿਖ ਦਿਉ। ਘੋੜਾ ਉਹ ਹੀ ਸੀ ਰਾਜੇ ਜਨਕ ਦਾ ਰਸੋਈਆ, ਥੋੜ੍ਹਾ ਜਿਹਾ ਪੈਰ ਹਿੱਲਿਆ, ਇੱਕ ਦਾ ਬਣਿਆ ਸਾਤਾ। ਕਹਿੰਦੇ ਲੈ ਹੁਣ ਸੱਤ ਲਿਖੇ ਗਏ। ਉਸ ਘੋੜੇ ਨੇ ਉਧਾਰ ਲਾ ਦਿੱਤਾ, ਮੇਰੇ ਬਾਰੇ ਬੇਨਤੀ ਕੀਤੀ ਸੀ, ਤੇਰਾ ਮੇਰਾ ਲੇਖਾ ਮੁੱਕਿਆ। ਸੋ ਗੁਰੂ ਨਾਨਕ ਜੀ ਬਾਰੇ ਬੜੀਆਂ ਬੜੀਆਂ ਭਵਿੱਖਤ ਬਚਨ ਪਿਛਲੇ ਸਮਿਆਂ ਦੇ, ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਲੇਖ ਲੰਘਾਉਣੇ, ਕੋਈ ਕੋਈ ਤਰੀਕ ਦੱਸੀ ਜਾਂਦਾ, ਕੋਈ ਕੋਈ ਆਪਣੇ ਆਪਣੇ ਅਨੁਮਾਨ। ਅੱਜ ਬੜਾ ਸਾਲ, ਹਜ਼ਾਰਾਂ ਹਜ਼ਾਰਾਂ ਸਾਲ ਬੀਤ ਜਾਣਗੇ, ਜਦੋਂ ਲੋਕ ਕਹਿਣਗੇ ਰੱਬ ਹੈ ਹੀ ਨਹੀਂ, ਸੰਤ ਹੈ ਹੀ ਨਹੀਂ, ਪਰਮੇਸ਼ੁਰ ਹੈ ਹੀ ਨਹੀਂ, ਫਿਰ ਉਹਨੇ ਪ੍ਰਗਟ ਹੋਣਾ। ਅਜੇ ਤਾਂ ਮਾੜਾ ਮਾੜਾ ਕੰਮ ਸ਼ੁਰੂ ਹੀ ਹੋਇਆ, ਅਜੇ ਤਾਂ ਰੱਬ ਦੇ ਨਾਂ ਦੀ ਵਿਰੋਧਤਾ ਥੋੜ੍ਹੀ ਥੋੜ੍ਹੀ ਸ਼ੁਰੂ ਹੋਈ ਹੈ। ਜਦੋਂ ਕਹਿਣਗੇ ਨਹੀਂ ਕੋਈ ਧਰਮ ਸਥਾਨ ਨਹੀਂ ਚਾਹੀਦਾ, ਕੋਈ ਮਾੜਾ ਕੁਛ ਨਹੀਂ ਚਾਹੀਦਾ, ਉਦੋਂ ਚੀਨ ਦੇ ਪਰਲੇ ਪਾਸੇ ਉਹ ਸੰਭਲ ਇੱਕ ਮੰਦਰ ਹੈ, ਮੁਰਾਦਾਬਾਦ ਵਾਲਾ ਨਹੀਂ ਹੈ, ਜੇ ਹੋਰ ਮੰਦਰ ਆਵੇਂਗੇ ਪਾੜ ਬੜੇ ਹਨ ਸੰਭਲ ਕੇ, ਉਹ ਚੀਨ ਦੇ ਪਰਲੇ ਪਾਸੇ ਹੈ। ਉੱਥੇ ਉਹ ਲੇਖ ਲੰਘ ਪ੍ਰਗਟ ਹੋਣਾ, ਹਜ਼ਾਰਾਂ ਸਾਲ ਦੀ ਉਮਰ, ਜੰਗ ਯੁੱਧ ਵੀ ਉਹਨੇ ਕਰਨੇ ਨੇ, ਸਾਰੀ ਧਰਤੀ 'ਤੇ ਚੱਕਰ ਲਾਉਣਾ, ਸਭ ਨੂੰ ਵਾਹਿਗੁਰੂ ਦਾ ਨਾਮ ਜਪਾਉਣਾ, ਸਭ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ। ਲੋਕ ਭੁੱਲ ਚੁੱਕੇ ਹੋਣਗੇ ਵੀ ਹੈ ਰੱਬ ਤਾਂ ਹੈ ਹੀ ਨਹੀਂ, ਚੰਗੇ ਸਬਕ ਸਿਖਾਏਗਾ, ਜੰਗਾਂ ਯੁੱਧਾਂ ਵਿੱਚ ਸਮਾਂ ਲਗਾਏਗਾ। ਉਹਦੇ ਬਾਰੇ ਦਸਵੇਂ ਮਹਾਰਾਜ ਜੀ ਨੇ ਬਹੁਤ ਕੁਛ ਲਿਖਿਆ। 24 ਨਿਸ਼ਾਨੀਆਂ ਗੁਰੂ ਜੀ ਨੇ ਦੱਸੀਆਂ ਲੇਖ ਲੰਘ ਦੀਆਂ 24, ਜਿਹਦੇ ਵਿੱਚੋਂ ਮੈਂ ਇੱਕ ਅਰਜ਼ ਕਰਦਾ ਕਿ ਬਹੁਤ ਸਾਰੇ ਲੋਕ ਇੱਧਰ ਉੱਧਰ ਰਿਸ਼ਤੇ ਕਰਨੇ ਹਟ ਜਾਣਗੇ, ਸੱਕੇ ਭੈਣ ਭਰਾਵਾਂ ਦੇ ਵਿਆਹ ਹੋਣਗੇ, ਜੇ ਕੋਈ ਇੱਧਰ ਉੱਧਰ ਰਿਸ਼ਤਾ ਕਰੇਗਾ, ਲੈ ਇਹਦੇ ਘਰ ਨਹੀਂ ਮੁੰਡਾ, ਅੱਜ ਕੱਲ੍ਹ ਤਾਂ ਰਿਵਾਜ਼ ਆਹ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ, ਹੋਰ 3-4 ਥਾਂ 'ਤੇ ਹੋਏ ਨੇ, ਲੋਕਾਂ ਸਮਝਾਇਆ ਵੀ ਹੈ ਵੀ ਮੂਰਖੋ ਇਹ ਕੰਮ ਨਹੀਂ ਕਰੀਦਾ, ਪਰ ਨਹੀਂ ਹਟਦੇ, ਪੰਚਾਇਤਾਂ ਵੀ ਉਹਨਾਂ ਉਠਾ ਦਿੱਤੀਆਂ, ਇਹਨਾਂ ਵਿੱਚ ਕੰਮ ਸ਼ੁਰੂ ਹੈ। ਇਹ 24 ਵਿੱਚੋਂ ਇੱਕ ਨਿਸ਼ਾਨੀ ਹੈ, ਜਿਵੇਂ ਪਹਿਲਾਂ ਰੋਕੀ ਥੱਲੇ ਬਹਿ ਕੇ ਭੋਜਨ ਛਕਦੇ ਸੀ, ਰੋਟੀ ਖਾਂਦੇ ਸੀ ਪੰਗਤਾਂ, ਹੁਣ ਆਉਂਦੇ ਕੁਰਸੀਆਂ, ਤੁਰੇ ਫਿਰਦੇ ਰੋਟੀ ਖਾਂਦੇ ਤੁਰੇ ਫਿਰਦੇ, ਕਹਿੰਦੇ ਲੈ ਜੇ ਕੋਈ ਬਹਿ ਕੇ ਲੰਗਰ ਛਕੇ, ਕਹਿੰਦੀ ਅਕਲ ਹੀ ਨਹੀਂ ਹੈ, ਇਹਨੂੰ ਪਤਾ ਹੀ ਨਹੀਂ ਹੈ ਵਿਆਹਾਂ 'ਚ ਰੋਟੀ ਕਿਵੇਂ ਖਾਈ ਗਈ, ਇਹ ਵਿਚਾਰੇ ਕੋਲ ਪੈਸੇ ਹੀ ਹੈ ਨਹੀਂ, ਇਹ ਕੁਰਸੀਆਂ ਲਿਆਉਣ ਜੋਗਾ ਨਹੀਂ। ਉਹਨੂੰ ਕਹਿੰਦੇ ਬਿਆਕਲਾ ਜਿਹੜਾ ਗੁਰਮੁਖਾਂ ਵਾਂਗੂ ਲੰਗਰ ਛਕੇ। ਇਸੇ ਤਰ੍ਹਾਂ ਬਰਿਆਈਆਂ ਰਿਵਾਜ਼ ਬਣ ਜਾਂਦੀਆਂ ਹੌਲੀ ਹੌਲੀ ਹੌਲੀ। ਸੋ ਜਦੋਂ ਇਹ ਧਰਮ ਕਰਮ ਬਿਲਕੁਲ ਹੀ ਉੱਡ ਜਾਣਗੇ, ਬਰਿਆਈਆਂ ਰਿਵਾਜ਼ ਬਣ ਜਾਣਗੀਆਂ, ਫਿਰ ਉਹ ਉਸ ਪਾਸੇ ਉਹਨੇ ਪ੍ਰਗਟ ਹੋਣਾ। ਜਿਵੇਂ ਤੁਸੀਂ ਪਟੇਲਾ ਫੇਰਦੇ ਹੋ ਨਾ ਸੁਹਾਗਾ ਦੇਸ਼ਾਂ ਦੇ ਦੇਸ਼, ਇਉਂ ਜਿੱਤੇਗਾ ਜਿਵੇਂ ਕੋਈ ਸੋਚ ਵੀ ਨਹੀਂ ਸਕਦਾ। ਤੋ ਜੇ ਤੇਰਾ ਬੰਦੀ ਬੜੀ ਕਿਰਪਾ ਹੈ, ਲੋਕ ਭਜਨ ਵੀ ਕਰਦੇ ਨੇ, ਪਾਠ ਵੀ ਕਰਦੇ ਨੇ, ਮਾਲਾ ਵੀ ਫੇਰਦੇ, ਗੁਰਦੁਆਰਿਆਂ 'ਚ ਵੀ ਜਾਂਦੇ ਨੇ, ਸਾਰਾ ਹੀ ਕੁਛ ਉਲਟ ਹੋ ਜਾਣ ਤੋਂ ਬਾਅਦ ਫਿਰ ਇਸੇ ਤਰ੍ਹਾਂ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਚਰਚਾ ਸੰਸਾਰ ਵਿੱਚ ਰਿਸ਼ੀ ਮੁਨੀ ਵੇਦਾਂ ਸ਼ਾਸਤਰਾਂ ਵਿੱਚ ਹੁੰਦੀਆਂ ਰਹਿੰਦੀਆਂ ਸਨ। ਇੱਕ ਵਾਰੀ ਬਹੁਤ ਸਾਰੇ ਰਿਖੀ ਜਨ ਇਕੱਠੇ ਹੋ ਕੇ ਰਾਜੇ ਜਨ ਕੋਲ ਆਏ,
ਉਹਨਾਂ ਕਿਹਾ ਵੀ ਭੋਜਨ ਤਿਆਰ ਕਰੋ। ਇੱਕ ਰਸੋਈਆ ਸੀ, ਉਹ ਵਿੱਚੋਂ ਥੋੜ੍ਹਾ ਜਿਹਾ ਖਾ ਕੇ ਦੇਖਦਾ ਠੀਕ ਹੈ ਨਾ ਗਲਤ ਤਨ। ਇੱਕ ਹੋਰ ਸੀ, ਇੱਕ ਦੂਜੇ ਜੀ ਸ਼ਿਕਾਇਤ ਲਾਉਣ ਵਾਸਤੇ ਤਿਆਰ ਹੀ ਹੁੰਦੇ ਸੀ। ਤਦੇ ਹੀ ਬਹੁਤੇ ਲੰਗਰੀ ਸਰਾਫੇ ਗਏ, ਉਹਦੀ ਕਰ ਛੜੇ ਕਰੇ, ਉਹਦੀ ਕਰ ਛੜੇ ਕਰੇ, ਉਹ ਕੋਈ ਨਾ ਕੋਈ ਪ੍ਰਸ਼ਾਦ ਦੇ ਦੇਣ ਕਰਨ। ਤਾਂ ਉਹ ਕਹਿੰਦੇ ਦੇਖ ਤੇਰਾ ਬੀਬੀਆਂ ਵਾਲਾ ਸੁਭਾਅ ਹੈ, ਜੂਠਾ ਨਹੀਂ ਕਰੀਦਾ ਹੁੰਦਾ, ਚੁੱਪ ਰਿਹਾ। ਸਮਾਣ ਕੇ ਬੇਨਤੀ ਕੀਤੀ, ਮੇਰੀ ਗਤੀ ਕਹਿੰਦੇ ਦੇਖੋ ਜਦੋਂ 5000 ਸਾਲ ਕਲਯੁਗ ਬੀਤ ਜਾਏਗਾ, ਦੁਨੀਆਂ ਦੇ ਭਲੇ ਵਾਸਤੇ ਗੁਰੂ ਨਾਨਕ ਜੀ ਪ੍ਰਗਟ ਹੋਣਗੇ, ਤੂੰ ਚੰਡੇ ਬਾਂਡੇ ਦੀ ਨੂੰਹ ਹੋਵੇ। ਜਦੋਂ ਗੁਰੂ ਜੀ ਬਿਹਾਰ ਆਏ, ਬਿਹਾਰ 'ਚ ਵੀ ਬਹੁਤ ਸਿੱਖ ਨੇ, ਸ਼ਹਿਰਾਂ 'ਚ ਨੇ, ਪਿੰਡਾਂ 'ਚ ਨਹੀਂ ਗਏ, ਸ਼ਹਿਰਾਂ 'ਚ ਨੇ। ਤੂੰ ਬਿਹਾਰ ਦੇ ਇਲਾਕੇ ਵਿੱਚ ਚੰਡਾ ਬਾਡੀ ਹੋਏ, ਜਿਹਦੇ 'ਤੇ ਗੁਰੂ ਨਾਨਕ ਜੀ ਨੇ ਕਿਰਪਾ ਕੀਤੀ। ਜਦੋਂ ਉਹ ਕਥਾ ਕਰਦਾ ਹੁੰਦਾ, 72 ਸ਼ਹਿਰਾਂ ਦੇ ਲੋਕ ਆ ਕੇ ਸੁਣਦੇ ਹੁੰਦੇ, 72। ਤੂੰ ਇਸ ਦੀ ਨੂੰਹ ਨੂੰ ਗੁਰੂ ਜੀ ਪੁੱਛਦੇ ਨੇ, ਭਾਈ ਤੁਹਾਨੂੰ ਪਤਾ ਹੈ ਪਿਛਲੇ ਜਨਮ ਦੇ ਤੁਸੀਂ ਕੌਣ? ਕਹਿੰਦੀ ਮਹਾਰਾਜ ਮੈਨੂੰ ਤਾਂ ਨਹੀਂ ਪਤਾ। ਗੁਰੂ ਜੀ ਕਹਿੰਦੇ ਰਾਜ ਜਨਕ ਦਾ ਰਸੋਈਆ। ਫਿਰ ਉਸਨੂੰ ਕਿਰਪਾ ਕੀਤੀ, ਸਾਰਾ ਦਿਖਾਇਆ। ਇਹਨਾਂ ਨੇ ਚਰਨ ਪਾਉਣ ਲਈ, ਫਿਰ ਇਹਨਾਂ ਦਾ ਭਲਾ ਹੋਇਆ, ਗਤੀ ਹੋਈ, ਪਰਮ ਗਤੀ ਕਹਿੰਦੇ ਨੇ ਗੁਰੂ ਵਾਲੇ। ਸੋ ਗੁਰੂ ਨਾਨਕ ਜੀ ਦੇ ਬੜੇ ਬੜੇ ਇਹ ਬਚਨ ਕਲਯੁਗ ਵਿੱਚ ਆਉਣਗੇ। ਸਤਯੁਗ ਤ੍ਰੇਤਾ ਦੁਆਪਰ ਬਣੀਏ, ਕਲਯੁਗ ਉੱਤਮ ਯੁਗਾ ਮਾਏ। ਹੈ ਤਾਂ ਚੰਗਾ, ਪਰ ਸਿਮਰਨ ਕਰਨ ਵਾਲਿਆਂ ਵਾਸਤੇ ਮਿਹਨਤ ਥੋੜ੍ਹੀ, ਫਲ ਜ਼ਿਆਦਾ। ਸਤਯੁਗ ਵਿੱਚ ਕੋਈ 10,000 ਸਾਲ ਤਪੱਸਿਆ ਕਰੇ, ਤ੍ਰੇਤੇ ਵਿੱਚ ਕੋਈ 1000 ਸਾਲ, ਦੁਆਪਰ ਵਿੱਚ 100 ਸਾਲ, ਕਲਯੁਗ ਵਿੱਚ 1 ਘੜੀ 24.5 ਮਿੰਟ। ਮਨ ਨੂੰ ਟਿਕਾ ਕੇ ਗੁਰੂ ਨਾਨਕ ਜੀ ਦੀ ਗੁਰਬਾਣੀ ਦਾ ਪਾਠ, ਵਾਹਿਗੁਰੂ ਦਾ ਸਿਮਰਨ, ਇਤਨਾ ਇਹਦੇ ਵਿੱਚ ਪੁੰਨ ਫਲ ਰੱਖਿਆ ਹੋਇਆ ਹੈ। ਫਰਕ ਇੱਥੇ ਆ ਕੇ ਪੈਂਦਾ ਹੈ ਕਿ ਸਤਯੁਗ ਵਿੱਚ ਕੋਈ 1 ਵਾਰੀ ਕਥਾ ਸੁਣੇ, 1 ਵਾਰੀ। ਜਿਵੇਂ ਛੋਲੇ ਮਸਲ ਨੇ, ਇੱਕ ਪਾਣੀ ਲੱਗ ਗਿਆ ਹੋ ਹੀ ਜਾਂਦੇ, ਮਾੜਾ ਮੋਟਾ ਸਰਾਟਾ ਜਿਹਾ ਪੈ ਜਾ। ਦੂਸਰਾ ਹੁੰਦਾ ਜੌਂ, 2 ਪਾਣੀ ਲੱਗ ਜਾਣ ਹੋ ਹੀ ਜਾਂਦੇ। ਤੀਸਰੀ ਹੁੰਦੀ ਕਣਕ, 3 ਕੁ ਪਾਣੀਆਂ ਨਾਲ ਵੀ ਸਿਰੇ ਚੜ੍ਹ ਜਾਂਦੀ। ਤੋ ਤ੍ਰੇਤੇ ਵਿੱਚ ਕੋਈ 2 ਵਾਰੀ ਕਥਾ ਸੁਣੇ, ਬਹੁਤ ਗ੍ਰੰਥਾਂ ਦੀ ਜਿਮ ਹੋ ਜਾਂਦੀ। 1-2 ਵਾਰੀ ਕਥਾ ਸੁਣੀ, ਜ਼ਿੰਦਗੀ ਲਾਈ ਉਸ ਪਾਸੇ। ਦੁਆਪਰ ਵਿੱਚ ਜ਼ਿਆਦਾ ਜ਼ਿਆਦਾ 3 ਵਾਰੀ। ਹੁਣ ਹੈ ਝੋਨੇ ਦੀ ਫਸਲ, ਕਲਯੁਗ ਪਾਣੀ ਲੱਗਾ ਰਹੇ, ਪੈਣੀ ਗਿੱਲੀ ਰਹੇ ਤਾਂ ਝੋਨਾ ਜਾਂਦਾ ਹੋ। ਪਾਣੀ ਬੰਦ ਕਰ ਦਿਉ, ਸੁੱਕ ਜਾਏਗਾ, ਸਿੱਟਿਆਂ 'ਤੇ ਆਇਆ ਹੀ ਸੁੱਕ ਜਾਏਗਾ। ਇਹ ਕਲਯੁਗ ਹੈ ਧਾਨਾਂ ਦੀ ਫਸਲ। ਸੰਗਤ ਵਿੱਚ ਜੁੜੇ ਰਹੋ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚੇ ਰਹੋ, ਨਿੰਦਿਆ ਚੁਗਲੀ ਝੂਠ ਤੋਂ ਬਚੇ ਰਹੋ, ਵੈਰ ਵਿਰੋਧ ਤੋਂ ਬਚੇ ਰਹੋ। ਸਵੇਰੇ ਉੱਠਣਾ ਬਣਿਆ ਰਹੇਗਾ, ਬਾਣੀ ਪੜ੍ਹਦੇ ਰਹੋ, ਸਿਮਰਨ ਕਰਦੇ ਰਹੋ। ਜਾਂ ਸੰਗਤ ਨਾਲੋਂ ਟੁੱਟੇ ਤੇ ਗਏ, ਝੋਨੇ ਦੀ ਫਸਲ। ਇਹ ਸਤਯੁਗ ਵਾਲੀ ਗੱਲ ਨਹੀਂ ਹੈ ਵੀ 1 ਵਾਰੀ ਗੁਰਦੁਆਰੇ ਗਏ, ਕਥਾ ਸੁਣੀ, ਦੁਬਾਰਾ ਲੋੜ ਹੀ ਨਹੀਂ। ਹੁਣ ਤਾਂ ਇਹ ਸ਼ਰਾਟੇ ਪੈਂਦੇ ਹੀ ਰਹਿਣ ਅਤੇ ਝੋਨੇ ਦੀ ਫਸਲ ਹੁੰਦੀ ਹੈ। ਇਹਨੇ ਐਂ ਸਮਝ ਲਿਆ ਜਾਏ, ਕਲਯੁਗ ਵਿੱਚ ਇੰਨਾ ਮਨ ਮੈਲਾ ਹੈ ਕਿ ਸਾਬਣ ਲੱਗਦਾ ਹੀ ਰਹੇ ਅਤੇ ਕੱਪੜੇ ਚਿੱਟੇ ਰਹਿਣਗੇ। ਭਰੀਆ ਹੱਥ ਪੈਰ ਦੰਦੇ, ਪਾਣੀ ਤੋਤਾ ਉਤਰ ਸਖੇ, ਮੋਤ ਬਲੀਤੀ ਕੱਪੜ ਹੋਏ, ਦੇ ਸਗੂਣ ਲਈਆ ਕੋਈ ਤੋਏ, ਭਰੀਆ ਮਤ ਪਾਪਾ ਕੇ ਸੰਗ, ਕੋਈ ਧੋਪੈ ਨਾਵਾਂ ਕਿਹਾ। ਇੱਧਰੋਂ ਮੱਤ ਉਜਲੀ ਹੁੰਦੀ ਹੈ, ਕੋਈ ਨਾ ਕੋਈ ਸੰਗੀ ਮਿਲ ਜਾਂਦਾ, ਉਹ ਫਿਰ ਉਹ ਜਿਹੀਆਂ ਗੱਲਾਂ ਛੇੜ ਦਿੰਦਾ, ਉਹ ਜਿਹੇ ਪ੍ਰਮਾਣ ਦੇਣ ਲੱਗ ਜਾਂਦਾ। ਉਹ ਜਿਹੜੇ 2 ਅੱਖਰ ਪੜ੍ਹੇ ਹੁੰਦੇ ਨੇ ਮਨ ਨੇ, ਉਹ ਫਿਰ ਉੱਥੇ ਆ ਜਾਂਦਾ ਢਿੱਲਾ ਜਿਹਾ। ਤੁਸੀਂ ਦੇਖੋਗੇ 20-20 ਸਾਲ
ਜਿਨ੍ਹਾਂ ਨੂੰ ਕਥਾ ਸੁਣਦਿਆਂ ਹੋ ਗਏ ਉਹੀ ਨਿੰਦਿਆ, ਉਹੀ ਚੁਗਲੀਆਂ, ਉਹੀ ਝੂਠ, ਉਹੀ ਨਸ਼ੇ, ਉਹੀ ਭੈੜੀਆਂ ਆਦਤਾਂ। ਕਿਉਂਕਿ ਕੁਸੰਗਤ ਦਾ ਅਸਰ, ਸਤਸੰਗ ਦਾ ਅਸਰ ਜਿੰਨੀ ਦੇਰ ਤੱਕ ਗਹਿਰੇ ਤਲ 'ਤੇ ਨਹੀਂ ਜਾਂਦਾ, ਅਜਿਵੇਂ ਵਾਤਾ ਥੋੜ੍ਹਾ ਜਿਹਾ ਡੂੰਘਾ ਹੋਵੇ ਤਾਂ ਠੀਕ ਹੈ, ਉੱਤੇ ਉੱਤੇ ਝੱਟ ਸੁੱਕ ਜਾਂਦੀ ਪੈਲੀ। ਇਹ ਜਿਹੜਾ ਉਤਲਾ ਉਤਲਾ ਵੱਤਰ ਹੈ, ਥੋੜ੍ਹੀ ਜਿਹੀ ਕਥਾ ਸੁਣੀ ਚੱਲ ਗਹਿਰੇ ਤਲ 'ਤੇ ਕੀ ਹੈ, ਮਨ ਮੇਲਾ ਬਰਿਆਈਆਂ, ਮਨ ਲੋਚੇ ਬਰਿਆਈਆਂ, ਕਿਤੇ ਲਿਖਿਆ ਤਨ ਲੋਚੇ ਮਨ ਲੋਚੇ, ਮਨ ਬੜਾ ਗਹਿਰਾ ਹੈ। ਇਹ ਸਰੀਰ ਹੈ, ਇਹ ਕੋਸ਼ ਹੈ, ਪੰਜਾਂ ਤੱਤਾਂ ਦਾ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼, ਕੋਸ਼ ਕਹਿੰਦੇ ਨੇ ਮਿਆਨ, ਜਿਵੇਂ ਕਿਰਪਾਨ ਅਤੇ ਮਿਆਨ। ਇਹਦੇ ਵਿੱਚ ਪ੍ਰਾਣਮਈ ਕੋਸ਼ ਹੈ ਜਿਹਦੇ ਆਸਰੇ ਇਹ ਚੱਲਦਾ ਹੈ, ਉਹਨਾਂ ਤੋਂ ਪਰੇ ਹੈ ਮਨ। ਹੁਣ ਉੱਥੋਂ ਤੱਕ ਗੁਰਬਾਣੀ ਜਾਏ, ਸਿਮਰਨ ਜਾਏ, ਇਹ ਗੁਣ ਮਨ ਵਿੱਚ ਨਿਵਾਸ ਕਰਨ ਅਤੇ ਗੁਰਮੁਖ ਬਣੇ, ਉੱਤੋਂ ਉੱਤੋਂ ਬਣ ਜਾਂਦੇ ਨੇ, ਫਿਰ ਉਹ ਜੇ ਢੀਠ ਜੇ। ਸੋ ਮਨ ਜਿਹੜਾ ਹੈ ਉਹ ਆਪਣੇ ਸੁਭਾਅ ਤੋਂ ਮਜ਼ਬੂਰ ਹੈ, ਕਦੇ ਬਾਣੀ ਵਿੱਚ ਆਉਂਦਾ ਨਾ ਵਰਮੀ ਮਾਰੀ ਸੱਪ ਨਮੂਆ, ਵਰਮੀ ਨੂੰ ਕੋਈ ਕੁੱਟੀ ਜਾਏ ਸੱਪ ਤਾਂ ਉਸੇ ਤਰ੍ਹਾਂ ਹੀ ਹੈ। ਸੋ ਇਹ ਜਿਹੜਾ ਸਰੀਰ ਹੈ ਇਹਦੇ 'ਤੇ ਕੁਛ ਅਸਰ ਹੋਇਆ, ਥੋੜ੍ਹਾ ਬਹੁਤਾ ਪੁਰਾਣਾ 'ਤੇ ਵੀ ਹੋ ਗਿਆ, ਚਲੋ ਠੀਕ, ਮਨ 'ਤੇ ਨਹੀਂ, ਬਹੁਤ ਸੂਖਸ਼ਮ ਬੁੱਧ ਹੋ, ਬਹੁਤ ਜ਼ਿਆਦਾ ਫਿਰ ਵਿਚਾਰ ਹੋਵੇ, ਸੰਤੋਖੀ ਹੋਵੇ, ਸਤਿਆਵਾਦੀ ਹੋਵੇ, ਧਰਮੀ ਹੋਵੇ, ਦਇਆਵਾਨ ਹੋਵੇ, ਸਿਮਰਨ ਕਰਦਾ ਰਹਿੰਦਾ ਹੋਵੇ ਸੁੱਤਾ ਜਾਗਦਾ, ਔਰ ਗਰੀਬਾਂ 'ਤੇ ਦਇਆ ਕਰਨ ਵਾਲਾ ਹੋਵੇ। ਬਾਣੀ ਵਿੱਚ ਇੱਕ ਵਚਨ ਆਉਂਦਾ, ਲੈਂਦਾ ਵੱਧ ਦਵਾਏ ਤੂੰ ਮਾਇਆ ਕਰੇ ਇਕੱਤ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ ਇਨਸਾਨ ਤੂੰ ਗਰੀਬਾਂ ਤੋਂ ਵੱਧ ਸੀਸਾਂ ਲੈ ਰਿਹਾ। ਕਈ ਲੈ ਲੈਂਦੇ ਨੇ, ਸੁਭਾਅ ਹੁੰਦਾ ਵੀ ਆਪਣਾ ਬੇੜਾ ਰੋੜਨਾ ਅਤੇ ਭਾਈ ਗਰੀਬਾਂ ਦੀਆਂ ਵੱਧ ਸੀਸਾਂ ਲਓ ਰੁੜ ਜਾਏਗਾ। ਜ਼ਿਲ੍ਹਾ ਰਾਮਪੁਰ ਵਿੱਚ ਐਤਕਾਂ ਇੱਕ ਬੰਦੇ ਦੀ 20 ਕਿੱਲੇ ਝੋਨਾ ਸੀ, ਇੰਨਾ ਕਿ ਮੈਂ ਡਰੈਸ ਦੱਸਣਾ, ਇੱਕ ਦਾ ਸੀ 10 ਏਕੜ, ਤੋ ਵੀਹਾਂ ਵਾਲੇ ਨੇ 15 ਦੀ ਝੋਨੇ ਦੀ ਲਵਾਈ ਦਿੱਤੀ ਲੇਬਰ ਨੂੰ, ਅਤੇ ਉਹਨੇ 10 ਵਾਲੇ ਨੇ 7 ਦੀ। ਉਹ ਦੋਵੇਂ ਲੇਬਰਾਂ ਮੇਰੇ ਕੋਲ ਆ ਕੇ ਰੋਣ, ਤੁਸੀਂ ਦਵਾ ਦਿਓ ਪੈਸੇ। ਮੈਂ ਕਿਹਾ ਮੈਨੂੰ ਪੁੱਛ ਕੇ ਲੱਗੇ, ਉਹਨਾਂ ਦਾ ਤਾਂ ਕੰਮ ਹੀ ਹੈ ਵੀ ਮਜ਼ਦੂਰਾਂ ਨੂੰ ਦੁਖੀ ਕਰਕੇ ਕਰ ਦੇਣਾ, ਸਾਡਾ ਕੋਈ ਕੀ ਕਰ ਲੈ। ਗਰੀਬ ਕੋ ਮਤ ਸਤਾਓ, ਉਹ ਤੋਂ ਰੋ ਦੇਗਾ, ਰੋ ਪਿੱਟ ਕੇ ਚਲਾ ਜਾਏਗਾ, ਜਿਹਨੇ ਤੀਲਾ ਤੀਲਾ ਲਾਇਆ ਉਹਦਾ ਗੁਜ਼ਾਰਾ ਹੋ ਜਾਣਾ, ਕੋਈ ਗੱਲ ਨਹੀਂ, ਰੱਬ ਹੋਰ ਦੇਵੇਗਾ, ਤੇਰਾ ਨਹੀਂ ਹੋਣਾ। ਸੁਣੇਗਾ ਉਸਕਾ ਮਾਲਕ ਤੁਝੇ ਜੜ ਸੇ ਖੋ ਦੇਗਾ, ਜੜਾਂ ਪੁੱਟ ਕੇ ਸੁੱਟ ਦੇਗਾ। ਤੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਲੈਂਦਾ ਵੱਧ ਦਵਾਏ ਤੂੰ ਮਾਇਆ ਕਰੇ ਇਕੱਤ। ਤੂੰ ਵੱਧ ਸੀਸੇ ਇਕੱਠੀਆਂ ਕਰੀ ਜਾਂਦੇ, ਬੰਦਿਆਂ ਵਾਲਾ ਕੰਮ ਹੀ ਨਹੀਂ ਜਿਸ ਨੂੰ ਤੂੰ ਅਪਣਾਏਗਾ, ਜਿਹੜਾ ਧਨ ਤੂੰ ਇਕੱਠਾ ਕਰ ਰਹੇ ਹੈ ਗਰੀਬਾਂ ਨੂੰ ਦੁੱਖ ਦੇ ਦੇ ਕੇ ਦੇ ਦੇ ਕੇ ਦੇ ਦੇ, ਤੂੰ ਸੁਣ ਦੱਜੇ ਕੱਤ। ਤਾਂ ਗੁਰੂ ਜੀ ਫਰਮਾਉਂਦੇ ਨੇ, ਜਦੋਂ ਸਰੀਰ ਵੀ ਤੇਰਾ ਤੇਰੇ ਨਾਲ ਨਹੀਂ ਗਿਆ ਤਾਂ ਪੈਸੇ ਲੈ ਜਾਏਗਾ, ਦੰਬੜਾ ਉਸੀ ਕਾ ਚੋ ਖਰਚੇ ਅਰਖਾਏ। ਸੁਵਿਚਾਰ ਸੀ, ਮਨ ਜਿਹੜਾ ਹੈ ਇਹ ਤੱਤਾਂ ਦੀ ਅੰਸ ਹੈ, ਪੰਜਾਂ ਤੱਤਾਂ ਦੀ, ਬੜਾ ਸੂਖਸ਼ਮ ਹੈ। ਗੁਣ ਗਾਵਤ ਤੇਰੀ ਉੱਤਰ ਸਮੈਲ, ਜਿੰਨੀ ਦੇਰ ਤੱਕ ਗੁਰਬਾਣੀ ਦਾ ਪਾਠ ਸਿਮਰਨ ਤਕੜਾ ਹੋ ਕੇ ਨਹੀਂ ਕਰਦਾ, ਮਨ 'ਤੇ ਮਹਿਲ ਬਣੀ ਰਹਿੰਦੀ ਹੈ। ਕੁਝ ਦੇਰ ਵਾਸਤੇ ਤਾਂ ਉਹ ਜਿਹਾ ਹੋ ਜਾਏਗਾ, ਬੜਾ ਭਗਤ ਹੈ, ਬੜਾ ਗੁਰਮੁਖ ਲੱਗਦਾ ਹੈ, ਬੜਾ ਇਹੋ ਜਿਹਾ, ਥੋੜ੍ਹੇ ਸਮੇਂ ਬਾਅਦ ਉਹੀ ਆਦਤਾਂ 'ਤੇ ਫਿਰ ਆ ਗਿਆ। ਸੋ ਇਹ ਤੀਸਰਾ ਕੋਸ਼ ਹੈ ਮਨ। ਗੁਰਮੁਖ ਲੋਕ ਇਸ ਤੋਂ ਵੀ ਅੱਗੇ ਲੰਘ ਜਾਂਦੇ, ਉਹ ਹੈ ਆਨੰਦਮਈ ਕੋਸ਼ ਚੌਥਾ, ਪੰਜਵਾਂ ਹੈ ਵਿਗਿਆਨਮਈ, ਬੜੇ ਅੱਗੇ ਚਲੇ ਜਾਂਦੇ। ਫਿਰ ਅੱਗੇ ਜਾ ਕੇ ਕਿਤੇ ਇਸਦੀ ਆਪਣੀ ਆਤਮਾ ਹੈ, ਆਤਮਾ ਦਾ ਗਿਆਨ ਸਭ ਨੂੰ ਨਹੀਂ ਹੁੰਦਾ, ਲੱਖਾਂ ਲੱਖਾਂ 'ਚੋਂ ਇੱਕ ਨੂੰ ਹੁੰਦਾ, ਸੁਣ ਲੈਂਦੇ ਨੇ, ਹੁੰਦਾ ਨਹੀਂ। ਸੋ ਜਿਹੜੇ ਆਤਮਾ ਦੇ ਗਿਆਨਵਾਨ ਹਨ, ਹੁਣ ਇਹ ਪੰਜ ਕੋਸ਼ ਹਨ,
ਐਂ ਸਮਝ ਲਓ ਵੀ ਇੱਕ ਛੋਟਾ ਜਿਹਾ ਦੀਵਾ ਜਗਦਾ, ਉਹਦੇ ਉੱਤੇ ਇੱਕ ਡੱਬਾ ਮੁੱਦਾ ਮਾਰ ਦਿੱਤਾ, ਉਹਦੇ ਉੱਤੇ ਇੱਕ ਹੋਰ ਦੋ ਹੋ ਗਏ, ਉਹਦੇ ਉੱਤੇ ਇੱਕ ਵੱਡਾ ਕੜਾ ਤਿੰਨ ਹੋ ਗਏ, ਉਹਦੇ ਉੱਤੇ ਉੱਤੋਂ ਵੱਡਾ ਇੱਕ ਹੋਰ ਕੜਾ ਚਾਰ ਹੋ ਗਏ, ਉਹਦੇ ਉੱਤੇ ਇੱਕ ਮੋਟਾ ਮਿੱਟੀ ਦਾ ਭੜੋਲਾ ਰੱਖ ਦਿੱਤਾ, ਪੰਜ ਹੋ ਗਏ। ਕਿਸੇ ਹਨੇਰੀ ਤੂਫਾਨ ਦਾ ਉਸ ਜੋਤ 'ਤੇ ਕੋਈ ਅਸਰ ਨਹੀਂ, ਜਿੰਨਾ ਮਰਜ਼ੀ ਮੀਂਹ ਪਈ ਜੇ, ਹਨੇਰੀ ਪਈ ਜੇ, ਦਰਖਤ ਪੁੱਟੇ ਜਾਣ, ਉਹਦੇ ਉੱਤੇ ਕੋਈ ਅਸਰ ਨਹੀਂ। ਇਸੇ ਤਰ੍ਹਾਂ ਜਿਹੜੇ ਆਤਮ ਗਿਆਨੀ ਹਨ, ਜਿੰਨੀਆਂ ਮਰਜ਼ੀ ਮਾਇਆ ਦੀਆਂ ਹਨੇਰੀਆਂ ਚੱਲੀ ਜਾਣ, ਦਰਖਤ ਪੁੱਟੇ ਜਾਣ, ਸੰਸਾਰ ਵਿੱਚ ਕੁਛ ਹੋਈ ਜੇ, ਉਹ ਗੁਰਮੁਖ ਲੋਕ ਨਹੀਂ ਡੋਲਦੇ, ਅਡੋਲ ਰਹਿੰਦੇ, ਉਹਨੂੰ ਕਹਿੰਦੇ ਆਤਮ ਗਿਆਨੀ। ਸੋ ਉਰਲੇ ਉਰਲੇ ਜਿਹੜੇ ਨੇ, ਉਤਲੇ ਉਤਲੇ, ਇਹਨਾਂ ਦਾ ਲੋਕ ਕਹਿੰਦਾ ਮਨ ਡਾਵਾਂ ਡੋਲ ਹੁੰਦਾ, ਜੇ ਜੇ ਗਏ ਹੋ ਜਾਓਗੇ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ। ਇਸ ਕਰਕੇ ਵਿਚਾਰ ਹੋ ਰਹੀ ਸੀ, ਮਨ ਜਿਹੜਾ ਹੈ ਇਹ ਸਿਮਰਨ ਹੁੰਦਾ ਰਹੇ, ਗੁਰਬਾਣੀ ਪੜ੍ਹੀ ਜਾਏ। ਗੁਰੂ ਜੀ ਦੇ ਆਉਣ ਤੋਂ ਪਹਿਲਾਂ ਬੜੇ ਬੜੇ ਰਾਜੇ ਸਨ ਸੰਸਾਰ 'ਤੇ, ਰਾਜੇ ਤਾਂ ਪਿਛਲੇ ਯੁੱਗਾਂ ਵਿੱਚ ਵੀ ਹੁੰਦੇ ਆਏ, ਪਰ ਧਰਮੀ ਸਨ, ਮਾੜੇ ਕੰਮ ਕੋਈ ਵਿਰਲਾ ਹੀ ਰਾਜਾ ਕਰਦਾ ਸੀ। ਹੌਲੀ ਹੌਲੀ ਜਦੋਂ ਤ੍ਰੇਤਾ ਲੱਗਾ ਅਤੇ ਦਇਆ ਦਾ ਇੱਕ ਅੰਗ ਘਟਿਆ, ਇੱਕ ਲੱਤ ਘਟੀ, ਐਂ ਸਮਝ ਵੀ ਤਿੰਨ ਕੁ ਰਹਿ ਗਏ। ਅੱਗੇ ਗੁਰੂ ਜੀ ਦੱਸਦੇ ਨੇ ਬਾਣੀ ਵਿੱਚ, ਦਇਆ ਦੁਆਪਰ ਅੱਧੀ ਹੋਈ, ਦੁਆਪਰ ਵਿੱਚ ਦਇਆ ਅੱਧੀ ਰਹੀ, ਕਲਯੁੱਗ ਵਿੱਚ ਚੌਥਾ ਹਿੱਸਾ, ਦਇਆ ਬਹੁਤ ਘੱਟ ਗਈ। ਜਦੋਂ ਦਇਆ ਹੀ ਹੈ ਨਹੀਂ, ਧਰਮ ਕਿੱਥੋਂ ਆ ਗਿਆ? ਜਿੱਥੇ ਦਇਆ ਹੈ ਉੱਥੇ ਧਰਮ ਹੈ, ਤੌਲ ਧਰਮ ਦਇਆ ਕਾ ਪੂਰ। ਤੂੰ ਦਇਆ ਜੇ ਹੈ, ਸਿਮਰਨ ਹੈ, ਤਾਂ ਹੀ ਦਇਆ ਹੈ, ਪਹਿਲਾਂ ਆਪਣੇ ਆਪ 'ਤੇ ਹੈ, ਫਿਰ ਹੋਰਨਾਂ 'ਤੇ ਵੀ ਹੈ। ਜੇ ਸਿਮਰਨ ਨਹੀਂ ਤਾਂ ਦਇਆ ਵੀ ਨਹੀਂ, ਦਇਆ ਨਹੀਂ ਤਾਂ ਧਰਮ ਵੀ ਨਹੀਂ, ਧਰਮ ਵੀ ਨਹੀਂ ਤਾਂ ਪਾਪ ਤਾਂ ਫਿਰ ਹੈ ਹੀ ਹੈ। ਇਸ ਕਰਕੇ ਜਿਹੜੇ ਰਾਜੇ ਲੋਕ ਸੀ, ਦਇਆ ਤਾਂ ਇਹਨਾਂ ਦੇ ਕੋਲੋਂ ਦੀ ਨਹੀਂ ਸੀ ਲੰਘਦੀ। ਜਿਹੋ ਜਿਹੇ ਇਹਨਾਂ ਦਾ ਮਨ ਮੈਲਾ ਸੀ, ਉਹ ਜੇ ਕੰਮ ਕਰਦੇ ਵੀ ਸਨ ਅਤੇ ਕਰਵਾਉਂਦੇ ਵੀ ਸਨ। ਜਿਵੇਂ ਕੋਈ ਖੇਤ ਹੈ, ਉਹਦਾ ਰਾਖਾ ਬਿਠਾ ਦਿੱਤਾ ਵੀ ਧਿਆਨ ਰੱਖੀ, ਉਹ ਆਪ ਹੀ ਉਜਾੜੀ ਜਾਏ, ਜਾਂ ਕਿਸੇ ਨੂੰ ਪਹਿਰੇ 'ਤੇ ਲਾ ਦਿਓ, ਦੇਖੀ ਚੋਰੀ ਨਾ ਹੋਵੇ, ਉਹ ਪਹਿਰੇ ਵਾਲਾ ਹੀ ਕਰੀ ਜਾਏ, ਕੋਈ ਬਚਾ ਲਿਆ। ਜੇਕਰ ਖੇਤੇ ਖਾਏ ਵਾੜ ਕੋ ਲਹਿ ਨਾ ਸਾਰਾ, ਵਾੜ ਲਾ ਦਿੱਤੀ ਖੇਤ ਬਚੇਗਾ, ਵਾੜ ਹੀ ਖਾਈ ਜਾਏ, ਕੋਈ ਤਰੀਕਾ ਨਹੀਂ ਬਚਣ ਦਾ। ਜੇ ਮੋਂ ਪਿੱਤਾ ਵਿਸਦੇ ਤਿਸ 'ਤੇ ਕਿਆ ਪਿਆਰਾ, ਮਾਂ ਬੱਚੇ ਨੂੰ ਸੰਭਾਲਦੀ ਹੈ, ਬੱਚੇ ਨੂੰ ਮਾਂ ਹੀ ਜ਼ਹਿਰ ਦੇ ਦੇ, ਕੋਈ ਤਰੀਕਾ ਨਹੀਂ ਬਚਣ ਦਾ। ਇਸੇ ਤਰ੍ਹਾਂ ਇਹ ਰਾਜੇ ਜਿਹੜੇ ਸੀ, ਇਹਨਾਂ ਨੇ ਪਬਲਿਕ ਦਾ ਬੜਾ ਧਿਆਨ ਰੱਖਣਾ ਸੀ। ਸਤਿਯੁਗ ਵਿੱਚ ਚਾਰ ਪੈਰ ਸੀ ਧਰਮ ਦੇ, ਇੱਕ ਤਾਂ ਸਨ ਸੋਝੀ ਵਾਲੇ ਵਿਦਵਾਨ, ਬਹੁਤ ਹੀ ਸਿਮਰਨ ਵੀ ਕਰਦੇ ਸਨ, ਗਿਆਨਵਾਨ ਵੀ ਸਨ, ਜਿਹਨੂੰ ਪੰਡਿਤ ਕਹਿੰਦੇ ਨੇ ਵਾਸਤੇ ਵਿੱਚ ਵੀ ਉਹ ਕਿਹਾ ਜਾਂਦਾ। ਦੂਸਰੇ ਸੀ ਤੀਰਥ, ਉਹ ਤੀਸਰੇ ਸੀ ਰਾਜੇ, ਚੌਥੇ ਸੀ ਰਿਸ਼ੀ ਮੁਨੀ ਸਾਧੂ ਸੰਤ। ਰਾਜਿਆਂ ਨੇ ਵੀ ਨਾਮ ਦੀ ਗੱਲ ਕਰਨੀ, ਤੀਰਥਾਂ 'ਤੇ ਵੀ ਬੜੇ ਅੱਛੇ ਲੋਕ ਹੁੰਦੇ, ਵਿਦਵਾਨਾਂ ਨੇ ਵੀ ਨਾਮ ਦੀ ਗੱਲ ਕਰਨੀ, ਉਹ ਸੰਤਾਂ ਨੇ ਤਾਂ ਕਰਨੀ ਹੀ ਸੀ। ਫਿਰ ਲੱਗਾ ਤ੍ਰੇਤਾ, ਇੱਕ ਜਾਂਦਾ ਰਿਹਾ, ਤਿੰਨ ਰਹਿ ਗਏ, ਦੁਆਪਰ ਲੱਗਾ, ਦੋ ਜਾਂਦੇ ਰਹੇ, ਦੋ ਰਹਿ ਗਏ, ਮਹਾਤਮਾ ਰਹਿ ਗਏ, ਰਾਜੇ ਜਿਹੜੇ ਸੀ ਇਹ ਰਹਿ ਗਏ, ਕਲਯੁਗ ਲੱਗਾ, ਰਾਜੇ ਵੀ ਗਏ, ਕੋਈ ਬਿਰਲਾ ਹੀ ਰਹਿ ਗਿਆ, ਬਸ ਇੱਕ ਰਹਿ ਗਿਆ ਧਰਮ ਦਾ ਪੈਰ, ਬੰਦਗੀ ਵਾਲੇ। ਸੋ ਚਾਰ ਪੈਰ 'ਤੇ ਖੜਾ ਹੋਣਾ ਕਿੱਡਾ ਸੌਖਾ ਹੈ, ਫਿਰ ਤਿੰਨ, ਫਿਰ ਦੋ, ਇੱਕ। ਅੱਜ ਕੱਲ੍ਹ ਕੀ ਹੈ, ਕੋਈ ਬੰਦਗੀ ਕਰੇ, ਜੇ ਕੋਈ ਸਤ ਕਰੇ ਸਤ ਸੀਜੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕੋਈ ਸੱਤਿਆਵਾਦੀ ਹੋਣ ਦੀ ਕੋਸ਼ਿਸ਼ ਕਰੇ ਅਤੇ ਬਣੇ, ਤਪ ਕਰ ਤਪ ਨਾ ਹੋਈ, ਜੇ ਕੋਈ ਤਪੱਸਿਆ ਕਰਨ ਲੱਗਦਾ ਵਿਘਨ ਪੈ ਜਾਂਦੇ, ਤਪੱਸਿਆ ਹੁੰਦੀ ਨਹੀਂ, ਸਰੀਰਾਂ ਵਿੱਚ ਇੰਨੀ ਤਾਕਤ ਹੀ ਨਹੀਂ, ਇਹ ਪੁੱਠੇ ਲਮਕ ਜਾਣਗੇ, ਅੱਗ ਦੀਆਂ ਤੋਣੀਆਂ 'ਚ ਬਹਿ ਜਾਣਗੇ, ਇੰਨੀ ਸੱਤਿਆ ਹੀ ਨਹੀਂ ਰਹਿ ਗਈ।
ਕਿਉਂਕਿ ਪ੍ਰਿਤੀ ਵਿੱਚ ਪ੍ਰਾਣ ਹੱਡੀਆਂ ਵਿੱਚ ਸਨ, ਸਤਯੁਗ ਵਿੱਚ ਤ੍ਰੇਤੇ ਵਿੱਚ ਮਾਸ ਵਿੱਚ ਆ ਗਏ, ਦੁਆਪਰ ਵਿੱਚ ਲਹੂ ਵਿੱਚ ਆ ਗਏ। ਹੁਣ ਅੰਨ ਅੰਨ ਹੈ ਨਾ, ਅੰਨ ਇਹਦੇ 'ਚ ਪ੍ਰਾਣ, ਰੋਟੀ ਬੰਦ ਕਰੋ 60 ਦਿਨ ਬਾਅਦ ਬੰਦਾ ਖਤਮ, ਅੱਬਲ ਤਾਂ ਥੋੜ੍ਹੇ ਦਿਨ ਹੀ ਕੱਢੇਗਾ। ਉਦੋਂ ਹੱਡੀਆਂ 'ਚ ਪ੍ਰਾਣ ਸੀ, ਲੱਖਾਂ ਵਰੇ ਬੈਠੇ ਰਹਿੰਦੇ ਨੇ, ਅੱਖਾਂ ਮੀਚ ਕੇ ਭਜਨ ਕਰਦੇ ਰਹਿੰਦੇ ਸੀ। ਇਸ ਕਰਕੇ ਇਹ ਹੁਣ ਜਿਹੜਾ ਹੈ ਧਰਮ ਦਾ ਪੈਰ, ਜੇ ਕੋਈ ਸਤ ਕਰੇ ਸਤ ਸੀਜੈ, ਤਪ ਕਰ ਤਪ ਨਾ ਹੋਈ, ਤਪੱਸਿਆ ਕਰਨਾ ਹੁੰਦੀ ਨਹੀਂ, ਕੋਸ਼ਿਸ਼ ਕੀਤੀ ਜਾਂਦੀ ਚਲੋ ਨਾਮ ਜਪਿਆ ਜਾਏ, ਬੰਦਗੀ ਸੌਖਾ ਭਗਤੀ ਬਾਰ। ਜੇ ਕੋਈ ਨਾਮ ਲਏ ਬਦਨਾਮੀ, ਜੇ ਕੋਈ ਮਾਲਾ ਫੇਰਦਾ ਹੈ ਕਹਿੰਦੇ ਠੱਗ ਹੈ, ਇਹ ਹੈ ਜਿਹਾ ਹੈ, ਇਹ ਹੈ ਜਿਹਾ ਹੈ। ਭਾਈ ਮਾਲਾ ਤਾਂ ਗੁਰੂਆਂ ਨੇ ਵੀ ਰੱਖੀ ਸੀ, ਭਗਤਾਂ ਕੋਲ ਵੀ ਹੁੰਦੀਆਂ ਸਨ, ਇਹ ਮਾੜੀ ਚੀਜ਼ ਤਾਂ ਨਹੀਂ ਹੈ, ਕੋਈ ਭਜਨ ਕਰਦਾ ਚੰਗੀ ਗੱਲ ਹੀ ਆ। ਜੇ ਕੋਈ ਨਾਂ ਲਏ ਬਦਨਾਮੀ, ਕੋਈ ਸਿਮਰਨ ਕਰਦਾ ਹੈ ਕਹਿੰਦੇ ਲੈ ਇਹ ਤਾਂ ਡਰਦਾ ਹੀ ਭਗਤ ਬਣ ਗਿਆ, ਕੋਈ ਕਹਿੰਦਾ ਇਹਨੂੰ ਘਰੋਂ ਰੋਟੀ ਨਹੀਂ ਮਿਲਣੀ ਤਾਂ ਤੁਰਿਆ ਫਿਰਦਾ ਹੈ, ਕੋਈ ਕੁਛ ਕੋਈ ਕੁਛ, ਚੁੱਕ ਚੁੱਕ ਕੇ ਬਦਨਾਮੀਆਂ ਮੱਥੇ ਲਾਉਣੀਆਂ, ਸਿਮਰਨ ਕੋਈ ਕਰਦਾ। ਕਲਕੀ ਲਕਸ਼ਣ ਇਹ ਕਲਯੁੱਗ ਦੇ ਲੱਛਣ ਨੇ ਬਾਣੀ ਵਿੱਚ ਦੱਸਿਆ, ਕੋਈ ਗਲਤੀ ਵੀ ਨਾ ਕਰੇ, ਕੇਵਲ ਸਿਮਰਨ ਹੀ ਕਰੀ ਜਾਵੇ, ਤਾਂ ਵੀ ਲੋਕ ਵੱਧ ਘੱਟ ਬੋਲਣਗੇ, ਕਿਤੇ ਘਰੋਂ ਕੱਢਿਆ ਰੋਟੀ ਮਿਲਦੀ ਨਹੀਂ, ਦੇਖੋ ਜੰਗਲਾਂ ਵਿੱਚ ਬੈਠਾ ਜਾ, ਨਹਿਰ ਦੇ ਕੰਧੇ 'ਤੇ ਬੈਠਾ, ਇਹਨੂੰ ਪੁੱਛਦਾ ਹੀ ਕੋਈ ਨਹੀਂ, ਇਹਨੂੰ ਘਰ ਰਹਿਣ ਦੀ ਅਕਲ ਹੀ ਕੋਈ ਨਹੀਂ, ਜੇ ਗੁਰਦੁਆਰੇ ਚਲਾ ਗਿਆ ਇਹ ਕਿਉਂ ਚਲਾ ਗਿਆ, ਲੋਕ ਤਾਂ ਜਾਂਦੇ ਨਹੀਂ, ਖਾਂਦੇ ਪੀਂਦੇ ਸ਼ਰਾਬਾਂ ਪੀਂਦੇ ਮਾਸ ਖਾਂਦੇ ਜੂਏ ਖੇਡਦੇ, ਇਹਦਾ ਦਿਮਾਗ ਕੰਮ ਨਹੀਂ ਕਰਦਾ, ਇਹ ਗੁਰਦੁਆਰੇ ਕਿਉਂ ਸੇਵਾ ਵਿੱਚ ਲੱਗਿਆ, ਮਤਲਬ ਕਿਸੇ ਨਾ ਕਿਸੇ ਪਾਸਿਓਂ ਕੁਛ ਨਾ ਕੁਛ ਕਹੀ ਜਾਣਾ। ਜੇ ਕੋਈ ਨਾਂ ਲਏ ਬਦਨਾਮੀ, ਕੱਲ ਕੇ ਲੱਛਣ ਇਹ ਕਲਯੁੱਗ ਦੇ ਲੱਛਣ ਹਨ। ਸੰਤ ਸੁੰਦਰ ਸਿੰਘ ਜੀ ਮਹਾਂਪੁਰਸ਼ ਹੋਏ ਨੇ ਪਿੰਡਰਾਂ ਵਾਲੇ, ਤੋਂ ਇੱਕ ਥਾਂ 'ਤੇ ਕਥਾ ਕਰਦੇ ਸੀ, ਕਥਾ ਕਰਦੇ ਕਰਦੇ ਕਹਿ ਰਹੇ ਨੇ ਸਾਧ ਸਿੰਘ ਜੀ ਜਿਹੜੇ ਛੋਟੇ ਬੱਚੇ ਨੇ ਇਹ ਜਣੇ ਖਣੇ ਦੇ ਹੱਥ ਨਹੀਂ ਦੇਣੇ ਚਾਹੀਦੇ, ਇਹ ਇਹਨਾਂ ਨੂੰ ਖਿਡਾਉਣਾ ਚੰਗੇ ਲੋਕ ਚਾਹੀਦੇ। ਉਹਨੇ ਇਹ ਵੀ ਦੱਸਿਆ ਵੀ ਜਿਹੜਾ ਫਰੀਦਕੋਟ ਦਾ ਸਰਦਾਰ ਇੰਦਰ ਸਿੰਘ ਹੈ ਪ੍ਰੈਜੀਡੈਂਟ ਮਹਾਰਾਜਾ ਪਟਿਆਲੇ ਵਾਲੇ ਦਾ, ਇਹਦੇ ਬੱਚਿਆਂ ਨੂੰ ਅੰਗਰੇਜ਼ ਖਿਡਾਉਂਦੇ ਨੇ, ਅਤੇ ਉਹਨਾਂ ਵੱਡੇ ਹੋ ਕੇ ਸ਼ੇਰੀ ਬਣਾਉਣਾ, ਅੰਗਰੇਜ਼ੀ ਬਣਨਾ ਹੀ ਨਾ, ਤੂੰ ਖਿਡਾਵੇ ਦਾ ਬੜਾ ਅਸਰ। ਉਸ ਵੇਲੇ ਉਹ ਜਿਹੜਾ ਸੀ ਇੰਦਰ ਸਿੰਘ, ਉਹ 500 ਬੰਦਾ ਹੈ ਕਿ ਸੰਤਾਂ ਕੋਲ ਆ ਗਏ, ਘੇਰਾ ਪਾ ਲਿਆ, ਗਲਤ ਉਹਨਾਂ ਸੱਚੀ ਕੀਤੀ ਸੀ ਵੀ ਇਹਦੇ ਬੱਚਿਆਂ ਨੂੰ ਅੰਗਰੇਜ਼ ਖਿਡਾਉਂਦੇ ਨੇ ਅਤੇ ਉਹਨਾਂ ਵੱਡੇ ਹੋ ਕੇ ਸਿਰ ਮਨਾਉਣਾ। ਹੁੰਦਾ ਹੀ ਇਹ, ਕਈ ਮਾਈਆਂ ਫੜਾ ਦਿੰਦੀਆਂ ਨੌਕਰਾਂ ਨੂੰ, ਉਹ ਸਿਰਕਤਾਂ ਵਾਲੀ ਡੱਬੀ ਨਾਲ ਖਿਡਾਉਂਦੇ ਨੇ, ਟਿਚ ਟਿਚ ਕਰਕੇ ਦੇਖ ਮੂੰਹ ਨੂੰ ਵੀ ਲਾਉਂਦੇ ਨੇ, ਉਹ ਸੰਸਕਾਰ ਬਣ ਹੀ ਜਾਂਦੇ ਨੇ ਵੱਡੇ ਹੋ ਕੇ, ਉਹੋ ਜਿਹੇ ਹੀ ਬਣਦੇ ਨੇ ਜਿਹੋ ਜਿਹੇ ਖਿਡਾਵੇ। ਗੱਲ ਤਾਂ ਉਹਨਾਂ ਸਾਧ ਸਿੰਘ ਚੰਗੀ ਕਹੀ ਕਿ ਦੇਖੋ ਸਾਹਿਬਜ਼ਾਦਿਆਂ ਨੂੰ ਪਿਸ਼ੌਰਾ ਸਿੰਘ ਖਿਡਾਉਂਦਾ ਸੀ, ਕਦੇ ਉਹਨੇ ਦੁੱਧ ਦੀ ਗੱਲ ਨਹੀਂ ਸੀ ਕੀਤੀ, ਧੰਨ ਗੁਰੂ ਨਾਨਕ ਸਤਨਾਮ ਵਾਹਿਗੁਰੂ, ਹੋਰ ਕੁਛ ਬੋਲਦਾ ਹੀ ਨਹੀਂ ਸੀ। ਸੋ ਗੁਰਮੁਖ ਲੋਕ ਜਦੋਂ ਖਿਡਾਉਂਦੇ ਨੇ ਬੱਚੇ ਵੱਡੇ ਹੋ ਕੇ ਗੁਰਮੁਖ ਬਣਦੇ, ਜਣੇ ਖਣੇ ਦੇ ਹੱਥ ਨਾ ਦਿਓ, ਗੱਲ ਤਾਂ ਬੜੀ ਅੱਛੀ ਕੀਤੀ ਉਹਨੂੰ, ਤਜਰਬੇ ਦੀ ਕੀਤੀ, ਪਰ ਉਹਨੂੰ ਨਾ ਚੰਗੀ ਲੱਗੀ। ਹੁਣ ਪਿੰਡ ਵਾਲਿਆਂ ਨੂੰ ਲੱਗ ਗਿਆ ਪਤਾ, ਪਿੰਡ ਵੱਡਾ ਸੀ, ਸਾਰੇ ਹੀ ਆ ਗਏ, ਡਾਂਗਾਂ ਲੈ ਗਏ, ਵਿੱਚ ਸਰਦਾਰ ਜੀ ਘੇਰ ਲਿਆ, ਵਿੱਚ 500 ਬੰਦਾ, ਕਹਿੰਦੇ ਜੇ ਚੰਗੀ ਮੱਤ ਦਿੰਦੇ ਨੇ ਤਾਂ ਤੁਸੀਂ ਗੁੱਸੇ, ਜੇ ਇਹ ਨਹੀਂ ਬਚਨ ਕਰਦੇ ਤਾਂ ਕਹਿੰਦੇ ਸਾਡੇ ਸਿੱਖਾਂ ਵਿੱਚ ਧਰਮ ਪ੍ਰਚਾਰ ਕੋਈ ਨਹੀਂ ਕਰਦਾ। ਇੰਦਰ ਸਿੰਘ ਨੇ ਨੱਕ ਨਾਲ ਲਕੀਰਾਂ ਕੱਢੀਆਂ ਵੀ ਮੇਰੀ ਜਾਨ ਬਖਸ਼ੋ, ਮੇਰੇ ਕੋਲੋਂ ਵੱਡੀ ਗਲਤੀ ਹੋਈ ਹੈ। ਮਹਾਂਪੁਰਸ਼ ਕਹਿੰਦੇ ਗੱਲ ਸੁਣ, ਤੂੰ ਬਹੁਤਾ ਖੱਬੀ ਖਾਂ ਬਣਿਆ ਫਿਰਦਾ, ਕੀ ਤੇਰੇ ਬੱਚੇ ਅੰਗਰੇਜ਼ ਖਿਡਾਉਂਦੇ ਨਹੀਂ? ਕਹਿੰਦੇ ਖਿਡਾਉਂਦੇ ਨੇ, ਅਤੇ ਕੀ ਅਸੀਂ ਬੜਾ ਕਹਿ ਦਿੱਤਾ, ਤੈਨੂੰ ਵੀ ਇੰਨਾ ਜੋ ਗੁੱਸਾ ਲੱਗਦਾ ਹੈ ਤਾਂ ਹਟਾ ਲੈ ਉੱਥੋਂ, ਕੀ ਉਹ ਬੀੜੀਆਂ ਨਹੀਂ ਪੀਂਦੇ, ਉਹ ਸਿਗਰਟਾਂ ਨਹੀਂ ਪੀਂਦੇ, ਧੂੰਆਂ ਨਹੀਂ ਆਉਂਦਾ ਤੇਰੇ ਨਿਆਣੇ, ਵਿਹੜਾ ਨਹੀਂ ਰੁੜਦਾ ਉਹਨਾਂ ਦਾ? ਤੂੰ ਕਹਿੰਦੇ ਜੇ ਅਸੀਂ ਚੁੱਪ ਕਰਕੇ ਬੰਦਗੀ ਕਰੀ ਜਾਂਦੇ ਹਾਂ, ਸਾਡਾ ਕੀ ਕਰ ਲੈਣਾ ਕਿਸੇ ਨੇ, ਕਿ ਸਾਨੂੰ ਸਿਮਰਨ ਕਰਨਾ ਨਹੀਂ ਆਉਂਦਾ, ਬੰਦ ਕਰਦੇ ਨੇ ਕਥਾ, ਫਿਰ ਤੁਸੀਂ ਕਹਿੰਦੇ ਕੋਈ ਗੁਰੂ ਨਾਨਕ ਦਾ ਸਿੱਖ ਨਹੀਂ,
ਜਿਹੜਾ ਕਾਰੋਬਾਰ ਛੱਡੇ ਘਰ ਛੱਡੇ ਅਤੇ ਦਿਨ ਰਾਤ ਸਿੱਖੀ ਪ੍ਰਚਾਰ ਕਰੇ। ਅੰਗਰੇਜ਼ਾਂ ਦਾ ਪ੍ਰਚਾਰ ਬੜਾ ਹੈ, ਅਮਕੇ ਦਾ ਬੜਾ, ਤੁਸੀਂ ਵੀ ਘਰੋਂ ਕੰਮ ਛੱਡੋ, ਤੁਹਾਨੂੰ ਨਹੀਂ ਆਉਂਦੀਆਂ ਕਿਤਾਬਾਂ ਵੰਡਣੀਆਂ। ਕਈ ਥਾਵਾਂ 'ਤੇ ਜਾਈਦਾ ਹੈ, ਬੜੀਆਂ ਗੱਲਾਂ ਕਰਦੇ, ਬਾਬਾ ਜੀ ਅੰਗਰੇਜ਼ਾਂ ਦਾ ਪ੍ਰਚਾਰ ਬੜਾ ਹੋਣਾ, ਬਾਹਰ ਦੇ ਦੇਸ਼ਾਂ 'ਚ ਵੀ ਜਿੱਥੇ ਕੋਈ ਕੰਮ ਕਰਦਾ ਉੱਥੇ ਜਾ ਕੇ ਕਿਤਾਬਾਂ ਵੰਡਦੇ ਨੇ। ਇਹ ਦੇਸ਼ ਤਿਉਹਾਰ ਵੀ ਨਹੀਂ ਵੰਡਦੇ ਕਿਤਾਬਾਂ 'ਤੇ, ਨਾ ਕੀ ਵੰਡਣੀਆਂ, ਦੱਸਦੇ ਵੀ ਨਹੀਂ ਕਿਸੇ ਨੂੰ। ਬੜੇ ਥਾਂ ਮੈਂ ਦੇਖੇ ਨੇ, ਇੱਕ ਥਾਂ ਗਏ, ਮੈਂ ਕਿਹਾ ਕਿੰਨੇ ਇਸ਼ਤਿਹਾਰ ਛਪਾਏ, ਕਹਿੰਦੇ ਜੀ 15 ਦੀਵਾਨ ਲਾਏ ਉਹਨਾਂ 3। ਆ ਯੂਪੀ ਦੀ ਗੱਲ ਹੀ ਆ, ਜ਼ਿਲ੍ਹਾ ਪੀਲੀਭੀਤ, ਬਸ ਇੰਨਾ ਕੁ ਮੈਂ ਦੱਸਦਾ। ਮੈਂ ਕਿਹਾ ਕਿੱਥੇ ਕਿੱਥੇ ਵੰਡੇ, ਕਹਿੰਦੇ ਦਿੱਲੀ, ਲਖਨਊ, ਹੋ ਨੈਣੀਤਾਲ, 15 ਬੱਸਾਂ 'ਤੇ ਇੱਕ ਇੱਕ ਲਾਏ। ਉੱਥੇ ਪਿੰਡ 'ਚ ਵੀ ਨਹੀਂ ਪਤਾ ਕਿਸੇ ਨੂੰ ਦੀਵਾਨ ਦੇ। ਅਨਾਊਂਸਮੈਂਟ ਕੀਤੀ, ਸੰਗਤ ਆਈ, 350 ਨੇ ਅੰਮ੍ਰਿਤ ਛਕਿਆ। ਗੱਲਾਂ ਸੁਣੇ ਅੰਗਰੇਜ਼ ਐਂ ਕਰਦੇ ਨੇ, ਫਿਰ ਉਹਨਾਂ ਵਿਆਹ ਨਹੀਂ ਕਰਾਏ, ਇੰਨੀ ਸੇਵਾ ਕਰਦੇ ਨੇ ਹਸਪਤਾਲਾਂ ਵਿੱਚ, ਬੀਬੀਆਂ ਨੂੰ ਤੁਸੀਂ ਕਿੰਨਾ ਕੁ ਸੁਧਾਰ ਕਰ ਦਿੱਤਾ, ਕਿੰਨਾ ਕੁ ਨੂੰ ਅੰਮ੍ਰਿਤ ਛਕਾ ਦਿੱਤਾ, ਤੁਸੀਂ ਕੰਮ ਛੱਡੋ। ਹੁਣ ਇਹ ਬੀਬੀਆਂ ਪ੍ਰਚਾਰ ਕਰ ਸਕਦੀਆਂ, ਗੁਰੂ ਅਮਰਦਾਸ ਜੀ ਨੇ 72 ਲਾਈਆਂ, ਹੁਣ ਧੰਦਿਆਂ 'ਚੋਂ ਟਾਈਮ ਹੈ ਹੀ ਨਹੀਂ। ਹਾਏ ਪੈਸੇ, ਹਾਏ ਮਾਇਆ, ਹਾਏ ਪੈਸੇ, ਹਾਏ ਮਾਇਆ। ਜਾਂ ਫਿਰ ਉਹਨਾਂ ਨੂੰ ਨਾ ਗੱਲਾਂ ਕਰੋ, ਅੰਗਰੇਜ਼ਾਂ ਨੂੰ ਜੋ ਕਰਦੇ ਕਰਨ ਦਿਓ। ਉਹ ਘਰ ਘਰ ਕਿਤਾਬਾਂ ਵੰਡਦੇ ਨੇ ਵਿਦੇਸ਼ਾਂ ਵਿੱਚ, ਮੈਂ ਦੇਖਿਆ ਜਿੱਥੇ ਜਿੱਥੇ ਉੱਥੇ ਹੀ ਲੈ ਕੇ ਚਲੇ ਜਾਣਗੇ। ਇੱਕ ਵਾਰੀ ਪੜ੍ਹਤ ਸਹੀ, ਇੱਕ ਵਾਰੀ ਪੜ੍ਹਤ ਸਹੀ, ਇੱਕ ਵਾਰੀ ਪੜ੍ਹਤ ਸਹੀ। ਤੁਸੀਂ ਵੀ ਸਾਰੇ ਸਿੱਖ ਲੱਗ ਜਾਓ ਸਿੱਧੇ ਹੋ ਕੇ, ਨਾ ਟਾਈਮ ਹੀ ਨਹੀਂ, ਐਂ ਮਰ ਮੁਰ ਜਾਣਾ, ਟਾਈਮ ਲੰਘ ਜਾਣਾ, ਹੱਥ ਕੱਖ ਆਉਣਾ ਨਹੀਂ। ਗੱਲਾਂ ਸੁਣਨ, ਅੰਗਰੇਜ਼ ਐਂ ਕਰਦੇ ਹਸਪਤਾਲਾਂ ਵਿੱਚ, ਉਹ ਹੀ ਕਰਦੇ ਨੇ, ਆਪਾਂ ਵੀ ਕੁਛ ਕਰੀਏ। ਆਪਾਂ ਕਿੰਨਾ ਕੁ ਸਿੱਖੀ ਧਰਮ ਵਿੱਚ ਹਿੱਸਾ ਪਾਇਆ, ਕਿੰਨੀ ਕੁ ਦੁਨੀਆ ਸੁਧਾਰੀ, ਕਿੰਨਾ ਕੁ ਅੰਮ੍ਰਿਤ ਛਕਾਇਆ, ਕਿੰਨੀ ਕਥਾ ਕੀਤੀ, ਕਿੰਨੀ ਕੁ ਸੇਵਾ ਕੀਤੀ, ਕਿੰਨੀ ਕੁ ਜ਼ਿੰਦਗੀ ਇਸ ਪਾਸੇ ਲਾਈ। ਸਵੇਰੇ ਉੱਠੇ, ਨਾਤੇ ਧੋਤੇ, ਰੋਟੀ ਖਾ ਲਈ, ਸੌਂ ਗਏ, ਉਮਰ ਲੰਘ ਗਈ, ਮਰ ਗਏ, ਘਰਦਿਆਂ ਨੇ ਫੂਕ ਛੱਡਿਆ, ਛੁੱਟੀ। ਬਸ ਕਿ ਕੁਛ ਭਲਾ ਕੀਤਾ ਦੁਨੀਆ 'ਤੇ, ਕਿ ਕੁਛ ਵੀ ਨਾ। ਸੋ ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਗੁਰੂ ਨਾਨਕ ਨਾਮ ਲੇਵਾ ਬੱਚਾ ਬੱਚਾ, ਵੀ ਸਾਡੇ ਗੁਰੂ ਤਾਂ ਸਭ ਤੋਂ ਵੱਡੇ ਨੇ, ਸਮਰੱਥ ਨੇ, ਅਸੀਂ ਸਿੱਧੇ ਹੋ ਕੇ ਲੱਗੀਏ, ਅਸੀਂ ਵੀ ਆਪਣੇ ਧਰਮ ਦਾ ਪ੍ਰਚਾਰ ਕਰੀਏ। ਅਸੀਂ ਵੀ ਕੋਈ ਇਹ ਸਮਝੋ ਵੀ 12 ਮਹੀਨੇ 'ਚ ਇੱਕ ਮਹੀਨਾ ਹੀ ਸਿੱਧੇ ਹੋ ਕੇ ਇਸ ਪਾਸੇ ਲਾ ਦਈਏ, ਕਿਸੇ ਨੂੰ ਸਮਝਾਈਏ ਵੀ ਚਲੋ ਤੁਸੀਂ ਗੁਰਦੁਆਰੇ ਜਾ, ਬੱਚਿਆਂ ਨੂੰ ਪਾਠ ਸਿਖਾ ਦਈਏ, ਇੱਕ ਇੱਕ ਅੱਖਰ 35 ਦਿਨਾਂ 'ਚ ਇਹਨਾਂ ਨੂੰ ਗੁਰਮੁਖੀ ਆ ਜਾਣੀ ਹੈ। ਕੋਈ ਵਿਰਲਾ ਹੀ ਹੈ ਜਿੱਥੇ ਨਿਤਨੇਮ, ਜੇ ਮਾਂ ਪਿਓ ਨੂੰ ਪਾਠ ਆਉਂਦਾ ਤਾਂ ਬੱਚਿਆਂ ਨੂੰ ਨਹੀਂ ਆਉਂਦਾ, ਉਹਨਾਂ 'ਚੋਂ ਇੱਕ ਨੂੰ ਆਉਂਦਾ ਤਾਂ ਦੂਜਿਆਂ ਨੂੰ ਨਹੀਂ ਆਉਂਦਾ। ਭਾਈ ਇਹਨਾਂ ਨੂੰ ਆਪਾਂ ਕਦੋਂ ਸਿਖਾਵਾਂਗੇ, ਕਦੋਂ ਗੁਰਮੁਖੀ ਪੜ੍ਹਾਵਾਂਗੇ, ਕਦੋਂ ਇਹਨਾਂ ਨੂੰ ਹੌਲੀ ਹੌਲੀ ਨਿਤਨੇਮ ਵੱਲ ਲਿਆਵਾਂਗੇ। ਸਮਾਂ ਤਾਂ ਬੀਤਦਾ ਜਾ ਰਿਹਾ। ਦੇਖੋ ਤੁਹਾਡੇ ਇਸ਼ਤਿਹਾਰਾਂ 'ਤੇ ਲਿਖਿਆ 32 ਸਮਾਗਮ, ਕਿ ਸਾਰੇ ਤੁਸੀਂ ਨਿਤਨੇਮ ਬਣ ਗਏ ਨਿਰਾਸਨ ਦੇ, ਸਾਰੇ ਪੰਜਾਂ ਬਾਣੀਆਂ ਦਾ ਪਾਠ ਕਰਨ ਲੱਗ ਗਏ, ਸਾਰੇ ਸਵੇਰੇ ਉੱਠਦੇ ਹੋ, ਸਵਾ ਪੈ ਰਾਤ ਰਹਿੰਦੇ, ਸਾਰਿਆਂ ਦੇ ਬੱਚਿਆਂ ਨੇ ਨਿਤਨੇਮ ਸਿੱਖ ਲਿਆ, ਆਪਣੇ ਵੱਲੋਂ ਦੇਖ ਲਓ ਤੁਸੀਂ। ਚਲੋ ਸਾਨੂੰ ਤਾਂ 32 ਹੋ ਹੀ ਗਿਆ ਨਾ। ਸਾਰੇ ਗੁਰਦੁਆਰੇ ਸਵੇਰੇ ਜਾਣ ਲੱਗ ਗਏ, ਇਕੱਲੇ ਹੀ ਭਾਈ ਜੀ ਬੋਲੇ ਸੋ ਨਿਹਾਲ ਤੇ ਇਕੱਲੇ ਸਤਿ ਸ਼੍ਰੀ ਅਕਾਲ, ਕਿਤੇ ਵਿਰਲੇ ਵਿਰਲੇ ਹੀ ਜਾਂਦੇ ਨਾ। ਇਸੇ ਤਰ੍ਹਾਂ ਸਾਰੇ ਦੇਸ਼ ਦਾ ਹਾਲ ਹੈ, ਜਿੱਥੇ ਮਰਜ਼ੀ ਚਲੇ ਕਿਤੇ ਕਿਤੇ ਹੈ ਠੀਕ, ਬਾਕੀ ਇਸੇ ਤਰ੍ਹਾਂ ਹੀ ਹੈ। ਕਿਸੇ ਜ਼ਿਲ੍ਹੇ ਵਿੱਚ ਚਲੇ ਜਾਓ, ਇਲਾਕੇ ਵਿੱਚ ਚਲੇ ਜਾਓ, ਇੰਨੇ ਢਿੱਲੇ ਨੇ, ਚੋਪੀ ਬਲੀ ਹੈ। ਇਕੱਲਾ ਸੁਣ, ਅੰਗਰੇਜ਼ ਐਂ ਕਰਦੇ, ਅੰਗਰੇਜ਼ ਐਂ ਕਰਦੇ, ਅੰਗਰੇਜ਼ ਐਂ ਕਰਦੇ। ਭਾਈ ਉਹਨਾਂ ਦਾ ਪੈਗੰਬਰ ਹੈ ਜੱਸੂ ਮੱਸੀ ਜੀ, ਉਹਦਾ ਪ੍ਰਚਾਰ ਕਰਨਾ ਉਹਨੇ, ਸਾਡਾ ਕੌਣ ਕਰੇਗਾ। ਅਸੀਂ ਗੁਰੂ ਦੇ ਸਿੱਖ ਹੋ ਕੇ ਹੀ ਆਪਣੇ ਧਰਮ ਤੋਂ ਢਿੱਲੇ ਹਾਂ, ਸਾਡਾ ਉਹਨਾਂ ਪ੍ਰਚਾਰ ਕਰਨਾ। ਉਹ ਦੇਖੋ ਸਿੱਧੇ ਹੋਏ ਕੇ ਲੱਗੇ, ਸਾਡਾ ਨਹੀਂ ਟਾਈਮ, ਘਰੋਂ ਨਿਕਲਦਾ ਹੀ ਟਾਈਮ ਨਹੀਂ। ਸੋ ਇਸ ਕਰਕੇ ਵਿਚਾਰ ਹੋ ਰਹੀ ਸੀ ਕਿ ਰਾਜੇ ਵੀ ਗੁਰੂ ਨਾਨਕ ਜੀ ਦੇ ਆਉਣ ਤੋਂ ਪਹਿਲਾਂ ਗਰਕ ਚੁੱਕੇ ਸਨ, ਚਵਾਂ ਪੈਰਾਂ ਨੂੰ ਖਤਰਾ ਹੋ ਗਿਆ, 3 ਤਾਂ ਉਹਦੀ ਸਫਾ ਲਪੇਟ ਗਏ, ਜਿਤਨੇ ਤੀਰਥ ਸੀ ਅਭਿਮਾਨੀ ਦੇਵਤੇ ਗੁਪਤ ਹੋ ਗਏ। ਤੀਰਥਾਂ ਤਾਂ ਰਹਿੰਦੇ ਸੀ, ਤੀਰਥਾਂ 'ਤੇ ਮਹਿਲ ਭਰ ਗਈ, ਮਹਿਲ ਇਸ ਤਰ੍ਹਾਂ ਭਰੀ ਵੀ ਜੇ ਕੋਈ ਤੀਰਥਾਂ 'ਤੇ ਜਾਵੇ ਉੱਥੇ ਬੰਦੇ ਹੀ ਹੋਰ ਤਰ੍ਹਾਂ ਦੇ ਨੇ, ਕੀ ਕੋਈ ਕਰੇ, ਉਹ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਦੇ ਨੇ, ਸ਼ਰਧਾ ਹੀ ਨਹੀਂ ਲੋਕਾਂ ਦੀ, ਤੀਰਥਾਂ 'ਤੇ ਆਹ ਹੋ ਰਿਹਾ। ਇਸ ਕਰਕੇ ਉਹਨਾਂ ਸਫਲ ਬੇਟੀਆਂ ਗੁਰੂ ਘਰ ਰਹਿ ਗਏ ਕਲਯੁਗ ਵਿੱਚ, ਬਸ ਬਾਕੀ ਗਏ ਪੁਰਾਣੇ ਸਾਰੇ।
ਸੋ ਇਸ ਕਰਕੇ ਵਿਚਾਰ ਹੋ ਰਹੇ ਸੀ, ਸਾਰੇ ਬੋਲਿਆ ਕਰੋ, ਇੰਨਾ ਭਿਆਨਕ ਸਮਾਂ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਸੀ। ਉਲਟੀ ਵਾੜ ਖੇਤਰੋਂ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤਰੋਂ ਖਾਵੇ ਰਾਜੇ ਪਾਪ ਕਮਾਉਂਦੇ ਨੇ, ਵਾੜ ਖੇਤਰੋਂ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤਰੋਂ ਖਾਵੇ ਰਾਜੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਪਾਪ ਕਮਾਉਂਦੇ ਨੇ ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ ਨੇ, ਉਲਟੀ ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਵਾੜ ਖੇਤ ਨੂੰ ਖਾਵੇ ਰਾਜੇ ਪਾਪ ਕਮਾਉਂਦੇ ਨੇ, ਖਾਵੇ ਰਾਜੇ ਪਾਪ ਕਮਾਉਂਦੇ ਨੇ, ਰਾਜੇ ਪਾਪ ਕਮਾਉਂਦੇ, ਕੋਈ ਚੱਜ ਦਾ ਕੰਮ ਨਹੀਂ ਰਾਜਾ ਕੋਲ, ਉਲਟੀ ਵਾੜ ਖੇਤ ਕੋ ਖਾਈ, ਜਿਨ੍ਹਾਂ ਨੇ ਰਾਖੀ ਕਰਨੀ ਸੀ ਉਹੀ ਇਸ ਪਾਸੇ ਲੱਗ ਗਏ। 1526 ਸੰਮਤ ਹੈ, ਬਿਕਰਮੀ ਸੰਮਤ, ਕੱਤੇ ਦੀ ਪੂਰਨਮਾਸ਼ੀ। ਇਸ ਬਾਰੇ ਬੜੀਆਂ ਵਿਚਾਰਾਂ ਹੋਈਆਂ ਸਮੇਂ ਸਮੇਂ ਨਾਲ। ਕਈਆਂ ਨੇ ਇਹ ਲਿਖਿਆ ਕਿ ਗੁਰੂ ਜੀ ਵਿਸਾਖ ਵਿੱਚ ਪ੍ਰਗਟ ਹੋਏ, ਇਹ ਗੱਲ ਠੀਕ ਨਹੀਂ ਹੈ। ਇਤਿਹਾਸ ਪੜ੍ਹ ਕੇ ਦੇਖੋ, ਇੱਕ ਈਸ਼ਰ ਸਿੰਘ ਨਾਰਾ ਹੋਇਆ ਲਿਖਾਰੀ, ਉਹਨੇ ਬੜੇ ਗ੍ਰੰਥ ਲਿਖੇ। ਉਸਨੇ ਇੱਕ ਗ੍ਰੰਥ ਲਿਖਿਆ ਹੈ ਵਿਸਾਖ ਨਹੀਂ ਕੱਤੇ, ਉਹਦੇ ਵਿੱਚ ਉਹਨੇ ਇੰਨੇ ਪ੍ਰਮਾਣ ਦੇ ਦਿੱਤੇ ਨੇ ਕਿ ਹਿੰਦੁਸਤਾਨ ਵਿੱਚ ਸਾਡੇ ਕੋਲ ਕੋਈ ਜਵਾਬ ਨਹੀਂ ਜਿਹੜਾ ਅਸੀਂ ਵਿਸਾਖ ਦਾ ਕਹਿ ਸਕੀਏ। ਬੜੇ ਪ੍ਰਮਾਣ ਦਿੱਤੇ ਨੇ ਸਾਨੂੰ। 1978 ਵਿੱਚ ਈਸ਼ਰ ਸਿੰਘ ਨਾਰਾ ਜਿਹੜਾ ਹੋਇਆ ਲਿਖਾਰੀ, ਮੇਰੀ 6 ਘੰਟੇ ਉਹਨਾਂ ਨਾਲ ਗੱਲ ਹੋਈ ਸੀ, ਦਿੱਲੀ ਦਾ ਹੋਇਆ। ਜੋ ਉਹਨਾਂ ਬਜ਼ੁਰਗਾਂ ਕੋਲ ਗ੍ਰੰਥ ਪਏ ਸਨ, ਮੇਰਾ ਖਿਆਲ ਵੀ 3 ਵੱਡੇ ਵੱਡੇ ਕਮਰੇ ਸੀ ਗ੍ਰੰਥਾਂ ਦੇ ਭਰੇ। 6 ਘੰਟਿਆਂ 'ਚ ਕਈ ਉਹਨਾਂ ਦਰਸ਼ਨ ਕਰਾਏ, ਬਜ਼ੁਰਗ ਸਨ। ਉਹ ਕਹਿੰਦੇ ਨੇ ਪੰਜਾਬ ਵਿੱਚ ਵੱਡਿਆਂ ਵੱਡਿਆਂ ਨੇ ਮੈਨੂੰ ਇਨਾਮ ਵੀ ਦਿੱਤੇ, ਉਹਨਾਂ ਚਿੱਠੀਆਂ ਵੀ ਪਾਈਆਂ, ਉਹਨਾਂ ਨੇ ਕੋਈ ਇਹੋ ਜਿਹੀ ਮਿਸਾਲ ਛੱਡੀ ਨਹੀਂ ਗ੍ਰੰਥ ਲਿਖਣ ਵਿੱਚ। ਇੱਕ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਲਿਖਿਆ, ਸਫ਼ਰਨਾਮਾ ਗ੍ਰੰਥ, ਹੁਣ ਤੋਂ ਛਪਦਾ ਹੀ ਨਹੀਂ, ਅੰਮ੍ਰਿਤਸਰੋਂ ਨਹੀਂ ਮਿਲਦਾ। ਇਸ ਤਰ੍ਹਾਂ ਉਹਨਾਂ ਬੜੇ ਲਿਖੇ ਨੇ। ਬਾਬਾ ਸਿੰਘ ਚੰਦ ਮਹਾਰਾਜ ਦਾ ਜੀਵਨ ਲਿਖਿਆ, ਕਮਾਲ ਕਰ ਛੱਡਿਆ, ਬੜੇ ਗ੍ਰੰਥ ਲਿਖੇ ਉਹਨਾਂ ਨੇ।
ਉਹਦੇ ਵਿੱਚ ਉਹਨਾਂ ਇੱਕ ਇਸੇ ਗੱਲ 'ਤੇ ਲਿਖਿਆ ਵਿਸਾਖ ਨੇ ਕਰਤੇ ਲਾਜਵਾਬ ਕਰ ਦਿੱਤਾ। ਉਹ ਦੱਸਦੇ ਨੇ ਕਿ ਜਿਹੜੀ ਮਿਹਰਬਾਨ ਦੀ ਲਿਖਤ ਹੈ ਬਾਬਾ ਪ੍ਰਿਥੀਆ ਜੀ ਜਿਹੜੇ ਹੋਏ ਨੇ ਉਹਨਾਂ ਦਾ ਅੱਗੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਸਨ ਉਹਨਾਂ ਦਾ ਬੇਟਾ ਮਿਹਰਬਾਨ ਉਹਨੇ ਇੱਕ ਗੁਰੂ ਨਾਨਕ ਜੀ ਦੀ ਜਨਮ ਸਾਖੀ ਲਿਖੀ ਹੈ ਉਹ ਲਿਖਦਾ ਹੈ ਵਿਸਾਖ ਦਾ ਉਹ ਕੋਈ ਨਾ ਕੋਈ ਗੱਲ ਪੁੱਠੀ ਲਿਖਦੇ ਸੀ ਉਹਦੇ ਵਿੱਚੋਂ ਲੈ ਕੇ ਕਈਆਂ ਨੇ ਇਹ ਲਿਖ ਦਿੱਤਾ ਪਰ ਉਹਨਾਂ ਨੇ ਇੰਨੀਆਂ ਮਿਸਾਲਾਂ ਦਿੱਤੀਆਂ ਨੇ ਜਿਵੇਂ ਮੈਂ ਬੇਨਤੀ ਕੀਤੀ ਸੀ ਵੀ ਉਹ ਮਾਸ ਦਾ ਨਿਰਣਾ ਗ੍ਰੰਥ ਹੈ ਇਸੇ ਤਰ੍ਹਾਂ ਵਿਸਾਖ ਨੇ ਇਕੱਤੇ ਗ੍ਰੰਥ ਲੈ ਕੇ ਪੜ੍ਹ ਲੈਣਾ ਕੋਈ ਗੱਲ ਸਮਝਣ ਦੀ ਲੋੜ ਨਹੀਂ ਉਹਦੇ ਵਿੱਚ ਇਤਨੀਆਂ ਉਦਾਹਰਨਾਂ ਦਿੱਤੀਆਂ ਹੋਈਆਂ ਵੇਦਾਂ ਸ਼ਾਸਤਰਾਂ ਦੇ ਹਿਸਾਬ ਨਾਲ ਅਰਮਾਨ ਦੇ ਹਿਸਾਬ ਨਾਲ ਗ੍ਰੰਥਾਂ ਦੇ ਹਿਸਾਬ ਨਾਲ ਲਿਖਤਾਂ ਦੇ ਹਿਸਾਬ ਨਾਲ ਪ੍ਰਮਾਣਾਂ ਦੇ ਹਿਸਾਬ ਨਾਲ ਉਹਨਾਂ ਇਹ ਚੈਲੰਜ ਕਰਕੇ ਸਿੱਧ ਕੀਤਾ ਹਿੰਦੁਸਤਾਨ ਵਿੱਚ ਵੀ ਆਓ ਜਿੰਨੇ ਆਉਣਾ ਵਿਸਾਖ ਨਹੀਂ ਕੱਤੇ ਇਹ ਵੀ ਲਿਖ ਦਿੱਤਾ ਸੋ ਕੱਤੇ ਦੀ ਪੂਰਨਮਾਸੀ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਰਾਜ ਪੋਏ ਦੀ ਤਲਵੰਡੀ ਮਾਤਾ ਤ੍ਰਿਪਤਾ ਜੀ ਨਾ ਹੈ ਪਿਤਾ ਮਹਿਤਾ ਕਾਲੂ ਜੀ ਔਰ ਇਸੇ ਤਰ੍ਹਾਂ ਇਹ ਪਿੱਛੇ ਜਿਹੜੇ ਬੇਦੀ ਹੋਏ ਹਨ ਰਾਮ ਚੰਦਰ ਦੀ ਅੰਸਾ ਵਿੱਚ ਜਿਹਨਾਂ ਵੇਦ ਪੜ੍ਹੇ ਸੀ ਜਾ ਕੇ ਬਨਾਰਸ ਵਿੱਚ ਵੇਦ ਪਾਠੀ ਹੋਣ ਕਰਕੇ ਫਿਰ ਬੇਦੀ ਕਹਿਣ ਲੱਗੇ ਇਵੇਂ ਚੱਲ ਪਿਆ ਤਿੰਨ ਬੇਦੀਆਂ ਕੀ ਕੁੱਲ ਵਿਖੇ ਦਸਵੇਂ ਮਹਾਰਾਜ ਦੀ ਬਾਣੀ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਿਓ ਜਾਂ ਤਾਂ ਪਏ ਸਹਾਏ ਤਾਂ ਇਸੇ ਤਰ੍ਹਾਂ ਦਾਦਾ ਸ਼ਿਵਰਾਮ ਜੀ ਦਾਦੀ ਬਨਾਰਸੀ ਜੀ ਇਹ ਜੋ ਬੇਬੇ ਨਾਨਕੀ ਜੀ ਹੈ 5 ਸਾਲ ਵੱਡੇ ਸਨ ਮਹਾਰਾਜ ਨਾਲ ਸਰੀਰਕ ਉਮਰ ਕਰਕੇ ਲਾਹੌਰ ਛਾਉਣੀ ਹੈ 8 ਮੀਲ ਲਾਹੌਰ ਤੋਂ ਛਾਉਣੀ ਤੋਂ ਦੱਖਣ 'ਤੇ ਚੜ੍ਹਦੇ ਦੀ ਗੁੱਠ 'ਚ ਇੱਕ ਪਿੰਡ ਹੈ ਚਾਰ ਉੱਥੇ ਹੁਣ ਜਾਈਏ ਗੁਰਦੁਆਰਾ ਬਣਿਆ ਹੋਇਆ ਉਹਦੇ 'ਤੇ ਲਿਖਿਆ ਯਾਦਗਾਰ ਬੇਬੇ ਨਾਨਕੀ ਉਹ ਜਨਮ ਭੂਮੀ ਹੈ ਬੇਬੇ ਨਾਨਕੀ ਜੀ ਅਤੇ ਉਹ ਥੋੜ੍ਹੇ ਸਾਲ ਹੋਏ ਨੇ ਉਹਦੇ 'ਚ ਪਿੱਪਲ ਉੱਗ ਪਏ ਪਲਸਤਰ ਵੀ ਢਹਿ ਗਿਆ ਮਹਾਰਾਜ ਰਣਜੀਤ ਸਿੰਘ ਨੇ ਬਣਾਇਆ ਸੀ ਕੋਈ ਇੰਨੀ ਚੰਗੀ ਹਾਲਤ ਨਹੀਂ ਸੀ ਬੜਾ ਹੋਰ ਤਰ੍ਹਾਂ ਦਾ ਮਸਤਾਨਾ ਜਿਹਾ ਹੋ ਗਿਆ ਅਤੇ ਉੱਥੋਂ ਦਾ ਨੇੜੇ ਦਾ ਇੱਕ ਮੁਸਲਮਾਨ ਭਾਈ ਹੈ ਉਸ ਨੇ ਉਹ ਸਾਰੀ ਸੇਵਾ ਕਰਕੇ ਬਹੁਤ ਵਧੀਆ ਕਰਕੇ ਠੀਕ ਕਰਕੇ ਜਿਵੇਂ ਆਪਣੇ ਦੇਸ਼ ਵਿੱਚ ਗੁਰਦੁਆਰੇ ਬੜੇ ਬੜੇ ਅੱਛੇ ਰੰਗ ਰੋਗਨ ਹਰ ਚੀਜ਼ ਇਸ ਤਰ੍ਹਾਂ ਕਿਉਂਕਿ ਮੁਸਲਮਾਨ ਸਾਰੇ ਇੱਕੋ ਜਿਹੇ ਨਹੀਂ ਬੜੇ ਬੜੇ ਗੁਰੂ ਘਰ ਨੂੰ ਮੰਨਣ ਵਾਲੇ ਸ਼ਰਧਾਲੂ ਵੀ ਹਨ ਕੌਮ ਇੱਕੋ ਜੀ ਇਹੋ ਜਿਹੀ ਨਹੀਂ ਹੁੰਦਾ ਅੱਛੇ ਕਈ ਸਾਡੇ ਸਿੱਖਾਂ ਵਿੱਚ ਵੀ ਗੱਲ ਤਾਂ ਹੋਣ ਜਿਹੜੇ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਸੋ ਕੌਮ ਇਹੋ ਜਿਹੀ ਨਹੀਂ ਹੈ ਮਜ਼ਹਬ ਸਾਰੇ ਚੰਗੇ ਨੇ ਸਭ ਕੌਮਾਂ ਠੀਕ ਨੇ ਵਿਅਕਤੀਗਤ ਬਦਲਾਅ ਗਲਤ ਹੋ ਸਕਦਾ ਉਹਨੇ ਬੜੀ ਸੇਵਾ ਕੀਤੀ ਉੱਥੇ ਉਸੇ ਤਰ੍ਹਾਂ ਫਿਰ ਲਿਖਾ ਦਿੱਤਾ ਯਾਦਗਾਰ ਬੇਬੇ ਨਾਨਕੀ ਜੀ ਗੁਰਦੁਆਰਾ ਸੰਗਤਾਂ ਆਉਂਦੀਆਂ ਜਾਂਦੀਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈ ਪਾਕਿਸਤਾਨ ਵਿੱਚ 250 ਗੁਰਦੁਆਰਾ ਹੈ ਮੋਟੀ ਮੋਟੀ ਗਿਣਤੀ ਵੈਸੇ ਤਾਂ ਜ਼ਿਆਦਾ ਹਨ ਪਿੰਡਾਂ ਵਾਲੇ ਪਾ ਲਈਏ ਤਾਂ ਜ਼ਿਆਦਾ ਹੀ ਹਨ ਉਹਨਾਂ ਵਿੱਚ ਸਾਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉੱਧਰ ਦੇ ਲੋਕਾਂ ਨੇ ਕਈ ਥਾਵਾਂ 'ਤੇ ਮਸੀਤਾਂ ਬਣਾ ਲਈਆਂ ਜਿਵੇਂ ਆਪਣੇ ਇੱਥੇ ਸਿੱਖਾਂ ਨੇ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਆਲੀਵਾਲ ਜਾਈਏ ਉਹ ਮਸੀਤ ਵਿੱਚ ਹੀ ਹੈ ਮਹਾਰਾਜ ਦਾ ਪ੍ਰਕਾਸ਼ ਅਜੇ ਵੀ ਹੈ ਅਜੇ ਕਿਹੜਾ ਉਹਨਾਂ ਸਿੱਖਾਂ ਨੇ ਵੱਖਰਾ ਗੁਰਦੁਆਰਾ ਬਣਾ ਲਿਆ ਆਪਣੇ ਪਿੰਡ ਹੁੰਦਾ ਸੀ ਜਨਮ ਭੂਮੀ ਜੰਗਲੇ ਬਟਾਲਾ ਤਹਿਸੀਲ ਅਤੇ ਇੱਥੇ ਵੀ ਪਿੰਡ ਦੇ ਨਾਲ ਮਸੀਤ ਸੀ ਪਹਾੜ ਵਾਲੇ ਪਾਸੇ ਉਹਦੇ ਵਿੱਚ ਮਹਾਰਾਜ ਰੱਖਿਆ ਉੱਥੇ ਸੰਗਰਾਂਦ ਮਨਾਉਂਦੇ ਹੋ ਆਪਣੇ ਬਜ਼ੁਰਗ ਉੱਧਰੋਂ ਆਏ ਸਿਆਲਕੋਟ ਵੱਲੋਂ ਕਹਿੰਦੇ ਆਹ ਕੀ ਕਰਦੇ ਕਹਿੰਦੇ ਤੁਸੀਂ ਬਣਾ ਦਿਓ ਫਿਰ ਜਦੋਂ ਠੀਕ ਨਹੀਂ ਲੱਗਦਾ ਤਾਂ ਪਿਤਾ ਜੀ ਸੀ ਨਾਲ ਹੋਰ ਬਜ਼ੁਰਗਾਂ ਨੂੰ ਚਾਚੇ ਤਾਇਆਂ ਨੂੰ ਲਿਆ ਉਹ ਪਿੰਡ ਵਿੱਚ ਗੁਰਦੁਆਰਾ ਬਣਾ ਦਿੱਤਾ ਸ਼ਤੀਰ ਬਾਲੇ ਸਾਰ ਹੁਣ ਥੋੜ੍ਹੇ ਸਾਲ ਹੋ ਗਏ ਸਾਨੂੰ 1994 ਵਿੱਚ ਵੱਡੇ ਭਾਅ ਜੀ ਗਏ ਸੀ ਬਾਬਾ ਲਖਵੀਰ ਸਿੰਘ ਸਾਰਾ ਪਿੰਡ ਇਕੱਠਾ ਹੋਇਆ ਕਹਿੰਦੇ ਦੇਖੋ ਸਾਡੇ ਪਿੰਡ ਵਿੱਚ ਮਸੀਤ ਵਿੱਚ ਸੀ ਮਹਾਰਾਜ ਦਾ ਸਰੂਪ ਤੁਹਾਡੇ ਬਜ਼ੁਰਗਾਂ ਨੇ ਗੁਰਦੁਆਰਾ ਬਣਾਇਆ ਅਤੇ ਹੁਣ ਤੁਸੀਂ ਬਣਾ ਦਿਓ ਭਾਅ ਜੀ ਕਹਿੰਦੇ ਠੀਕ ਹੈ ਹੁਣ ਅਸੀਂ ਬਣਾ ਦਿੰਦੇ ਹੁਣ ਇਹਨਾਂ ਨੇ ਵਧੀਆ ਕਰਕੇ ਉਹ ਗੁਰਦੁਆਰਾ ਗੁੰਮਤ ਸਮੇਤ ਬਹੁਤ ਸ਼ਾਨਦਾਰ ਧਰਤੀ ਤੋਂ 6-7 ਫੁੱਟ ਚਾ ਮਿੱਟੀ ਪਾ ਕੇ ਬੜੀ ਵਧੀਆ ਬਣਵਾਇਆ
ਕਾਫੀ ਪੈਸਾ ਲੱਗਾ। ਉੱਥੇ ਪਾਕਿਸਤਾਨ ਵਿੱਚ ਇਹ ਜਿਹੜਾ 250 ਗੁਰਦੁਆਰਾ ਹੈ ਸਾਰਿਆਂ ਵਿੱਚ ਸਤਿਸੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ। ਕਈਆਂ ਥਾਵਾਂ 'ਤੇ ਉਹਨਾਂ ਲੋਕਾਂ ਨੇ ਮਸੀਤਾਂ ਬਣਾਈਆਂ ਜਿਵੇਂ ਆਪਣੇ ਇੱਥੇ ਗੁਰਦੁਆਰੇ ਬਣਾ ਛੱਡੇ। ਚਾਹੀਦਾ ਤਾਂ ਇਹ ਸੀ ਜਿੱਥੇ ਮਸੀਤ ਹੈ ਮਸੀਤ ਰਹੇ, ਜਿੱਥੇ ਗੁਰਦੁਆਰਾ ਗੁਰਦੁਆਰਾ ਰਹੇ। ਨਾ ਉਹ ਛੇੜਖਾਨੀ ਕਰਨ, ਨਾ ਇਹ ਕਰਨ। ਧਰਮ ਸਾਰਿਆਂ ਦਾ ਇੱਕ ਹੈ, ਮਜ਼ਬ ਲਹਿਦਾ ਲਹਿਦਾ। ਜਿਵੇਂ ਅਸੀਂ ਆਪਣੇ ਗੁਰੂ ਨੂੰ ਮੰਨਦੇ ਹਾਂ, ਆਪਣੇ ਰੱਬ ਨੂੰ ਮੰਨਦੇ, ਮੰਨੀ ਜਾਓ ਭਾਈ। ਚਾਹੀਦਾ ਤਾਂ ਇਹ ਸੀ, ਪਰ ਵਿੱਚ ਕਈ ਕਿਸਮ ਦੇ ਲੋਕ ਹੁੰਦੇ। ਲਓ ਹੁਣ ਸਾਡਾ ਦੇਸ਼ ਹੈ, ਸਾਡੀ ਚੱਲੇਗੀ, ਹੁਣ ਉਹ ਕੀ ਕਰ ਲੈਣਗੇ, ਇਸੇ ਤਰ੍ਹਾਂ ਹੀ ਉਹ ਕਰੀ ਜਾਂਦੇ। ਤੂੰ ਵਿਚਾਰ ਹੋ ਰਹੀ ਸੀ ਗੁਰੂ ਨਾਨਕ ਜੀ ਰਾਏ ਪੋਏ ਦੀ ਤਲਵੰਡੀ, ਪਾਤਸ਼ਾਹ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ। ਪ੍ਰਗਟ ਉਹ ਹੁੰਦਾ ਜਿਹੜਾ ਪਹਿਲਾਂ ਹੋਵੇ। ਥੋੜ੍ਹਾ ਜਿਹਾ ਪਿੱਛੇ ਚੱਲੀਏ, ਚੌਂ ਯੁੱਗਾਂ ਦੀ ਉਮਰ 43,20,000 ਸਾਲ ਹੈ। ਰੱਬ ਤਾਂ ਉਦੋਂ ਵੀ ਸੀ, ਸ਼ਬਦ ਗੁਰੂ ਉਦੋਂ ਵੀ ਸੀ, ਵਾਹਿਗੁਰੂ ਉਦੋਂ ਵੀ ਸੀ, ਗੁਰੂ ਨਾਨਕ ਜੀ ਉਦੋਂ ਵੀ ਸਨ, ਸ਼ਬਦ ਸਰੂਪ ਵਿੱਚ ਸਨ। ਇਸੇ ਤਰ੍ਹਾਂ ਜੋ ਸਵਰਗਾਂ ਦਾ ਰਾਜਾ ਦੇਵ ਰਾਜ ਇੰਦਰ ਹੈ, ਇਹਦੀ ਉਮਰ 72 ਚੌਂਕੜੀਆਂ ਹੈ। ਇੱਕ ਚੌਂਕੜੀ ਹੈ ਚੌਂ ਯੁੱਗਾਂ ਦੀ। ਇਹ ਜਦੋਂ 14 ਇੰਦਰ ਮ੍ਰਿਤ ਹੁੰਦੇ, ਬਰਮਾ ਦਾ ਇੱਕ ਦਿਨ ਹੁੰਦਾ, ਏਡੀ ਵੱਡੀ ਰਾਤ। ਉਸ ਤੋਂ ਪਹਿਲਾਂ ਵੀ ਵਾਹਿਗੁਰੂ ਸੀ, ਇਹ ਥੋੜ੍ਹਾ ਰੱਬ ਹੈ ਹੀ ਨਹੀਂ ਸੀ। ਸ਼ਬਦ ਗੁਰੂ ਪਰਮੇਸ਼ਰ ਨਿਰੰਕਾਰ ਉਦੋਂ ਵੀ ਸੀ। ਉਸ ਤੋਂ ਹੋਰ ਪਿੱਛੇ ਚੱਲੋ, ਇਸ ਤਰੀਕੇ ਸਿਰ ਬਰਮਾ ਜੀ ਦੀ ਉਮਰ 100 ਸਾਲ ਦੀ, ਤਾਂ ਵਿਸ਼ਨੂੰ ਦਾ ਇੱਕ ਦਿਨ ਹੁੰਦਾ। ਰੱਬ ਉਦੋਂ ਵੀ ਸੀ, ਵਾਹਿਗੁਰੂ ਉਦੋਂ ਵੀ ਸੀ, ਪਰਮੇਸ਼ਰ ਉਦੋਂ ਵੀ ਸੀ, ਸ਼ਬਦ ਗੁਰੂ ਉਦੋਂ ਵੀ ਸੀ। ਸ਼ਬਦਾਂ ਹੀ ਤੇ ਉਤਪਤ ਹੋਏ ਜਿਹਨੇ ਅਨੇਕ ਬ੍ਰਹਿਮੰਡ ਬਣਾਏ। ਉਸਨੇ 10 ਜਾਮੇ ਤਾਲੁ ਕੀਤੇ, ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ, ਫਿਰ ਉਹੀ ਹੈ। ਸਾਡੇ ਸਮਝ ਵਿੱਚ ਨਹੀਂ ਆ ਰਹੀ, ਇਸ ਕਰਕੇ ਦੁਨੀਆ ਨਗੁਰੀ ਤੁਰੀ ਫਿਰਦੀ ਹੈ ਵੀ ਤਾਂ ਆਪ ਪਰਮੇਸ਼ਰ ਹਨ, ਆਪ ਰੱਬ ਜੀ ਹਨ, ਸਮਝ ਨਹੀਂ ਆ ਰਹੀ। ਇਸੀ ਤਰ੍ਹਾਂ ਵਿਸ਼ਨੂੰ ਦੀ 100 ਸਾਲ ਦੀ ਉਮਰ ਹੈ ਅਤੇ ਸ਼ਿਵ ਜੀ ਦਾ ਇੱਕ ਦਿਨ, ਇਸ ਤਰ੍ਹਾਂ ਉਹਨਾਂ ਦੀ 100 ਸਾਲ ਦੀ ਉਮਰ ਹੈ। ਤਾਂ ਇਹ ਲੱਖਾਂ ਲੱਖਾਂ ਯੁੱਗ ਪਿੱਛੇ ਗੱਲ ਚਲੀ ਗਈ। ਮਹਾਰਾਜ ਉਦੋਂ ਵੀ ਸਨ, ਰੱਬ ਉਦੋਂ ਵੀ ਸੀ, ਪਰਮੇਸ਼ਰ ਉਦੋਂ ਵੀ ਸੀ। ਜਿਤਨੀ ਵੀ ਰੱਬ ਹੁਣੇ ਹੀ ਬਣੇ, ਕੌਣ ਕੇ ਤੂੰ ਕਦ ਕਾ। ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਜੀ ਨੂੰ, ਮਹਾਰਾਜ ਸ੍ਰਿਸ਼ਟੀ ਕਦੋਂ ਕੁ ਚੱਲੀ ਹੈ? ਗੁਰੂ ਜੀ ਕਹਿੰਦੇ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ। ਪਤਾ ਨਹੀਂ ਕਦੋਂ ਦੀ ਚੱਲੀ। ਸੋ ਆਦਿ ਜਿਸਨੂੰ ਕਹਿ ਦਿੰਦੇ ਨੇ, ਪਿੱਛੇ ਸਾਰੀ ਉਮਰ ਚੱਲੀ ਜਾਓ ਚੱਲੀ ਜਾਓ। ਮਹਾਰਾਜ ਉਦੋਂ ਵੀ ਸੀ ਜਿਸਨੇ ਅਨੇਕ ਬ੍ਰਹਿਮੰਡ ਬਣਾਏ, ਪਤਾ ਹੀ ਨਹੀਂ ਕਿਤਨੇ ਕੰਨ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਕਿਤੇ ਬਣ ਰਹੇ ਨੇ ਕਿਤੇ ਢਹਿ ਰਹੇ ਨੇ, ਮਹਾਰਾਜ ਉਦੋਂ ਵੀ ਸਨ। ਪਰ ਜੋ ਸੰਸਾਰ 'ਤੇ ਆਏ ਉਹ ਰਿਸ਼ੀ ਮੁਨੀ ਆਏ, ਵਿਸ਼ਨੂੰ ਦੇ ਅਵਤਾਰ ਬੜੇ ਆਏ, ਸ਼ਿਵਜੀਆਂ ਦੇ ਅਵਤਾਰ ਵੀ ਬੜੇ ਆਏ, ਇੱਕ ਨਹੀਂ ਆਏ। ਬਰਮਾ ਦੇ ਤਾਂ ਪਤਾ ਹੀ ਨਹੀਂ ਕਿੰਨੇ ਕਾ ਕੇ ਚਲੇ ਗਏ, ਕੋਟ ਬਰਮੇ ਜਗ ਸਾਜਣ ਲਾਏ। ਪਰ ਗੁਰੂ ਨਾਨਕ ਜੀ ਜਿਨ੍ਹਾਂ ਤੋਂ ਪਰੇ ਕੋਈ ਨਹੀਂ ਹੈ, ਇਹ ਪਹਿਲੀ ਵਾਰੀ ਪ੍ਰਗਟ ਹੋਏ। ਕੋਈ ਹੋਏਗੀ ਵੱਡੇ ਭਾਗਾਂ ਵਾਲੀ ਰੂਹ ਜੋ ਗੁਰੂ ਨਾਨਕ ਜੀ ਨੂੰ ਗੁਰੂ ਮੰਨ ਕੇ ਆਪਣਾ ਜਨਮ ਸਫਲਾ ਕਰੇ। ਨਹੀਂ ਤਾਂ ਜੇ ਅਜੇ ਕਰਮ ਉਹ ਜਨ ਮੰਨ ਲੈਣਗੇ, ਜੇ ਅਜੇ ਕੀਤੇ ਨਾ ਕਰਮ ਉਹ ਅਜੇ ਗੁਰੂ ਲੱਭ ਜਾਣੇ ਇਹਨਾਂ ਨੂੰ, ਉਹਨਾਂ ਦਾ ਵੀ ਜਨਮ ਬਰਬਾਦ ਅਤੇ ਨਾਲ ਚੇਲਿਆਂ ਦਾ ਵੀ। ਕਬੀਰ, ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰਨਾਏ, ਉਰਜ ਅਰਜ ਕੇ ਪਚਮੂਆ ਚਾਰੋ ਬੇਦਨਮਏ। ਉਲਝਲ ਕੇ ਉਹੋ ਜਿਹੇ ਨਕਲੇ ਗੁਰੂ ਵੀ ਮਰ ਜਾਣਗੇ ਅਤੇ ਚੇਲੇ ਵੀ, ਭੱਲੇ ਕੁਛ ਵੀ ਨਹੀਂ ਪੈਣਾ ਬਾਣੀ ਵਿੱਚ ਦੱਸਿਆ। ਤਾਂ ਜੋ ਆਦਿ ਸ਼ਕਤੀ ਹੈ, ਵਾਹਿਗੁਰੂ ਹੈ, ਨਿਰੰਕਾਰ ਹੈ, ਰੱਬ ਹੈ, ਪਰਮੇਸ਼ਰ ਹੈ, ਸ਼ਬਦ ਹੈ, ਜਿਹਦੇ ਤੋਂ ਸਾਰੀਆਂ ਸ੍ਰਿਸ਼ਟੀਆਂ ਪੈਦਾ ਹੋਈਆਂ। ਸ਼ਬਦ ਹੀ ਤਾਂ ਉਤਪਤ ਹੋਇਆ, ਫਿਰ ਸ਼ਬਦ ਹੈ ਪਰਲੋ ਹੋਈ ਹੈ, ਤਾਂ ਕਹੀਏ ਗੁਰੂ ਨਾਨਕ ਸਾਹਿਬ। ਇਹ ਪਹਿਲੀ ਵਾਰੀ ਪ੍ਰਗਟ ਹੋਏ। ਕਿਹਾ ਸੀ ਨਾ ਵਿਆਸ ਜੀ ਨੇ ਕਿ ਕਲਯੁਗ ਵਿੱਚ ਆਉਣਗੇ, ਤੁਸੀਂ ਕਿਉਂ ਚਿੰਤਾ ਕਰਦੇ ਹੋ? ਇਹ ਆਉਣ ਵਾਲੀ ਸਾਡੀ ਅੰਸਾ ਦਾ ਕੀ ਬਣੇਗਾ, ਕੀ ਹੋਏਗਾ, ਕਲਯੁਗ ਕਿਹੋ ਜਿਹਾ? ਕਹਿੰਦੇ ਮਹਾਰਾਜ ਆਪ ਆ ਰਹੇ ਨੇ ਅਵਤਾਰ ਧਾਰ ਕੇ, ਉਹਨਾਂ ਦਾ ਭਲਾ ਹੋਵੇਗਾ ਜਿਹੜਾ ਜਿਹੜਾ ਉਹਨਾਂ ਦੀ ਬਾਣੀ ਪੜੇਗਾ, ਉਹਨਾਂ ਨੂੰ ਮੰਨੇਗਾ। ਪਰ ਨਿਤਨੇ ਵੀ ਵਿਰਲੇ ਵਿਰਲੇ ਕਰਦੇ ਨੇ, ਬਹੁਤਿਆਂ ਦਾ ਟਾਈਮ ਨਹੀਂ, ਇਸੇ ਤਰ੍ਹਾਂ ਜ਼ਿੰਦਗੀ ਲੰਘ ਜਾਣੀ। ਜਦੋਂ ਸਮਾਂ ਲੰਘ ਗਿਆ ਫਿਰ ਉਹ
ਮੈਂ ਦੁਨੀਆਂ 'ਤੇ ਕਾਹਦੇ ਵਾਸਤੇ ਗਿਆ ਸੀ, ਕੀ ਕਰਕੇ ਆਏ, ਪਛਤਾਵਾ ਹੀ ਹੱਥ ਰਹਿ ਜਾਣਾ। ਸੋ ਸਾਰੇ ਹੀ ਇਉਂ ਬੋਲਿਆ ਕਰੋ, ਰੂਪ ਧਾਰ ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਰੂਪ ਧਾਰ ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਰੂਪ ਧਾਰ ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਸਰ ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਗੁਰੂ ਆਪ ਆ ਗਿਆ, ਗੁਰੂ ਨਾਨਕ ਵਾਲਾ ਵਾਹਿਗੁਰੂ ਆਪ ਆ ਗਿਆ, ਧੁੰਦ ਕਾਹਦੀ ਸੀ, ਪਾਪਾਂ ਦੀ, ਵਿਕਾਰਾਂ ਦੀ, ਮਿੱਟੀ ਧੁੰਦ ਜਗ ਚਾਨਣ ਹੋਵਾ, ਦ੍ਰਿਸ਼ਟਾਂਤ ਦੇ ਰਹੇ ਨੇ, ਜਿਉਂ ਕਰ ਸੂਰਜ ਨਿਕਲਿਆ ਹਨੇਰਾ ਜਾਂਦਾ ਰਹਿੰਦਾ, ਤਾਰੇ ਛਿਪੇ ਅੰਧੇਰ ਪਲੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ, ਸਿੱਧ ਆਸਣ ਸਭ ਜਗ ਆਪਣੇ ਥੇ ਯੂਪੀ ਵਿੱਚ 2,222 ਕੰਨ ਪਾਟੇ ਜੋਗੀ ਗੋਰਖ ਜੀ ਨੇ ਲਾਏ ਹੈ ਵੀ ਸਿੱਧੇ ਹੋ ਕੇ ਪ੍ਰਚਾਰ ਕਰੋ ਯੋਗਾ ਅਭਿਆਸ ਦਾ ਯੂਪੀ ਯੂਪੀ 'ਚ, ਰਾਜਸਥਾਨ 'ਚ ਵੱਖਰੇ, MP ਜਗ੍ਹਾ ਬਣੀਆਂ ਹੋਈਆਂ ਵੱਖਰੇ, ਮਹਾਰਾਸ਼ਟਰ 'ਚ ਵੱਖਰੇ, ਪੰਜਾਬ ਵਿੱਚ ਵੱਖਰੇ, ਸਾਡੇ ਇੱਥੇ 2,200 ਵੀ ਤੁਸੀਂ ਦਿਨ ਕਿਤੇ ਇਲਾਕੇ ਵੰਡ ਲਓ, ਰਾਤ ਕਿਤੇ ਦੁਨੀਆਂ ਵਿੱਚ ਇੱਕ ਵਾਰੀ ਦੱਸ ਦਿਓ ਵੀ ਗੁਰੂ ਗੋਰਖੀ ਹੈ, ਬਸ ਹੋਰ ਕੁਛ ਨਹੀਂ ਹੈ। ਸ਼ਕਤੀਆਂ ਵੀ ਖਾਂਦੇ ਸਨ, ਦਿਨ ਰਾਤ ਲੱਗੇ ਹੋਏ ਸੀ। ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਸਿੱਖ ਢਿੱਲੇ ਨੇ, ਇਹ ਮੰਨਣਾ ਹੀ ਪੈਣਾ। ਮੈਂ ਬੜੇ ਥਾਵਾਂ 'ਤੇ ਲਾਓ ਸਮਿਟੀ ਕੀਤੀ ਵੀ 5 ਜਣੇ ਆ ਜਾਓ, ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਕੇ ਤੁਹਾਨੂੰ ਜੀਪ ਵੀ ਦਿੰਦੇ ਹਾਂ, ਖਰਚਾ ਵੀ ਦਿੰਦੇ ਹਾਂ, ਤੁਰੇ ਫਿਰੋ ਪਿੰਡਾਂ 'ਚ, ਘਰ ਨਹੀਂ ਆਉਣਾ ਦੁਬਾਰਾ, ਕਰੋ ਸਿੱਖੀ ਪ੍ਰਚਾਰ, ਕੋਈ ਕੰਮ ਛੱਡ ਕੇ ਤਿਆਰ ਹੀ ਨਹੀਂ, ਗੱਲਾਂ ਸੁਣੋ ਇਹਨਾਂ ਤੋਂ। 2,200 ਗੋਰਖ ਨੇ ਕੇਵਲ UP 'ਚ ਹੀ ਲਾ ਛੱਡੇ ਸੀ, ਵੀ ਤਕੜੇ ਹੋ ਗਏ, ਪਾੜੋ ਕੰਨ ਲੋਕਾਂ ਦੇ ਅਤੇ ਬਸ ਬਣਾ ਦਿਓ ਗੋਰਖ ਦੇ ਚੇਲੇ, ਸਿੱਧ ਆਸਣ ਸਭ ਜਗਤ ਦੇ, ਕੋਈ ਥਾਂ ਛੱਡੀ ਹੋਈ ਨਹੀਂ ਸਿੱਧਾਂ ਨੇ, ਸੰਸਾਰ ਪ੍ਰਸਿੱਧ ਹੈ ਵੀ ਹਾਂ ਵਾਹੀ ਵਾਹ ਗੋਰਖ ਜੀ ਹੈ। ਕੋਈ ਮਾੜਾ ਮੋਟਾੜੇ ਤਾਂ ਫਿਰ ਆਪ ਚਲੇ ਜਾਂਦੇ, ਇਹੋ ਜਿਹੀਆਂ ਸ਼ਕਤੀਆਂ ਵਿਖਾਉਂਦੇ। ਉੱਧਰ ਉਜੈਨ ਵੱਲ ਰਾਜੇ ਸੀ ਬੜੇ, ਅਤੇ ਉੱਥੇ ਗੋਰਖ ਜੀ ਆਪ ਚਲੇ ਜਾ, ਉੱਥੇ ਸੀ ਰਾਜਾ ਭਰਤਰੀ, ਉਹਨੇ ਇੱਕ ਹਰਨ ਮਾਰਿਆ, ਕਹਿੰਦੇ ਜਾਨਵਰ ਨਹੀਂ ਮਾਰੀ ਦੇ, ਕਹਿੰਦੇ ਸੀ ਰਾਜੇ ਸਾਡਾ ਤਾਂ ਆ ਹੀ ਕੰਮ,
ਕਹਿੰਦੇ ਉਹਨੂੰ ਜ਼ਿੰਦਾ ਕਰ, ਗੋਰਖ ਜੀ ਤੁਸੀਂ ਕਰ ਦਿਓ। ਕਹਿੰਦੇ ਜੇ ਮੈਂ ਜ਼ਿੰਦਾ ਕਰ ਦਿੱਤਾ ਕੀ ਕਰੇਗਾ? ਕਹਿੰਦੇ ਮੈਂ ਤੁਹਾਡਾ ਸੇਵਕ ਰਾਜਭਾਗ ਛੱਡਿਆ ਕੰਨ ਪਾੜੇ ਤੁਹਾਡਾ ਚੇਲਾ, ਉਹਨੂੰ ਜ਼ਿੰਦਾ ਕਰ ਦਿੱਤਾ। ਥੋੜ੍ਹੇ ਦਿਨ ਉੱਥੇ ਰਹੇ, ਉਹ ਜਦੋਂ ਹਰਨ ਉਮਰ ਭੋਗ ਕੇ ਮਰਿਆ, ਉਹਦਾ ਸਿਰ ਵੱਢ ਕੇ ਅਜੇ ਵੀ ਗੁਫਾ 'ਚ ਰੱਖਿਆ ਹੈ। ਆ ਉਹੀ ਹੈ ਜਿਹੜੇ ਗੋਰਖ ਨੇ ਜ਼ਿੰਦਾ ਕੀਤਾ। ਫਿਰ ਇਹਦੀ ਮਰ ਗਈ ਰਾਣੀ, ਉਹ ਲੱਗੇ ਉਹਦਾ ਸੰਸਕਾਰ ਕਰਨ। ਕਹਿੰਦਾ ਜੀ ਜ਼ਿੰਦੀ ਹੋਣੀ ਚਾਹੀਦੀ। ਕਹਿੰਦੇ ਫਿਰ ਚੱਲ ਸਾਡੇ ਨਾਲ ਕੰਨ ਪਾੜ। ਕਹਿੰਦਾ ਮੈਂ ਹੁਣੇ ਹੀ ਚੱਲਦਾ। ਗੋਰਖ ਨੇ ਰਾਣੀ ਜ਼ਿੰਦੀ ਕਰ ਦਿੱਤੀ ਭਰਤਰੀ ਦੀ। ਉਹ ਚੱਲ ਪਿਆ ਨਾਲ। ਜਿਹੜਾ ਕੋਈ ਜ਼ਿਆਦਾ ਹਟਦਾ ਉੱਥੇ ਗੋਰਖ ਜੀ ਆਪ ਜਾਂਦੇ। ਬੜੇ ਬੜੇ ਰਾਜੇ ਮਹਾਰਾਜ ਕੰਨ ਪਾੜ ਨੇ, ਚਲੋ। ਬੰਗਾਲ ਦਾ ਰਾਜਾ ਗੋਪੀ ਚੰਦ, ਇਹਨੇ ਪਾਈਆਂ ਮੁੰਦਰਾਂ, ਚਲੋ ਬੰਦਗੀ ਕਰੋ। ਜਿੱਥੇ ਕਿੱਥੇ ਦੇਖ ਲਓ ਪੁਰਾਣਾ ਇਤਿਹਾਸ ਫੜ ਕੇ, ਜਾਂ ਰਾਜੇ ਜਾਂ ਰਾਜਿਆਂ ਦੇ ਮੁੰਡੇ, ਸਿਆਣੇ ਸਿਆਣੇ ਪੜ੍ਹੇ ਲਿਖੇ ਜਿਹੜੇ ਦੁਨੀਆਂ ਨੂੰ ਕੋਈ ਸਿਹਤ ਚੰਗੀ ਦੇ ਕੇ ਨਾ ਪਬਲਿਕ ਦਾ ਸੁੱਖ ਬਣ ਰਹੇ ਸੀ, ਉੱਥੇ ਜਾਣਾ, ਕੋਈ ਨਾ ਕੋਈ ਇਹੋ ਜਿਹਾ ਕੰਮ ਕਰਨਾ, ਉਹਨੂੰ ਬਣਾਉਣਾ ਗੋਰਖ ਦਾ ਚੇਲਾ। ਅਤੇ ਸਾਡੇ ਇੱਥੇ ਲੱਗੇ ਸੀ 2200 ਸਿੱਧੇ ਹੋ, ਉਹਨਾਂ ਦੇ ਵਿੱਚ ਫਿਰ ਛੱਡੇ ਹੁੰਦੇ ਹੋਰ ਕੰਨ ਪਾਟੇ। ਦੇਖੋ ਖਲੋਂਦੇ ਤਾਂ ਨੇ, ਇਹ ਤੁਰੇ ਰਹਿੰਦੇ ਨੇ, ਅੱਜ ਇਸ ਪਿੰਡ ਕੱਲ੍ਹ ਉਸ ਪਿੰਡ, ਫਿਰ ਉੱਥੇ ਜਿੱਥੇ ਜਿਹੜਾ ਕੋਈ ਮਾੜਾ ਮੋਟਾ ਨਾ ਉਹ ਵੱਡਾ ਸੱਦ ਲੈਣਾ, ਉਹਨਾਂ ਫਿਰ ਦਰਖਤ ਪੁੱਟ ਪੁੱਟ ਕੇ ਵਿਖਾਉਣੇ, ਕਿਤੇ ਉੱਡ ਉੱਡ ਕੇ ਵਿਖਾਉਣਾ, ਬੱਲੇ ਬੱਲੇ ਵੀ ਧੰਨ ਤਾਂ ਨਹੀਂ ਹੋ ਰਹੀ ਹੈ। ਨਾਨਕ ਮਤੇ ਇਤਿਹਾਸ ਵਿੱਚ ਤਦੇ ਹੀ ਆਉਂਦੇ ਨੇ। ਸਿੱਧ ਜਿਹੜੇ ਸੀ ਉਹਨਾਂ ਜਦੋਂ ਪਿੱਪਲੀ ਤਾਂ ਨੂੰ ਉਡਾ ਦਿੱਤਾ ਆਪਣੀ ਸ਼ਕਤੀ ਨਾਲ, ਤਾਂ ਗੁਰੂ ਨਾਨਕ ਜੀ ਦਾ ਖੱਬਾ ਹੱਥ ਲੱਗਾ। ਸਾਨੂੰ 1965 ਵਿੱਚ ਦੇਖਿਆ ਸੀ, ਤੁਹਾਡੇ ਵਿੱਚੋਂ ਕਈਆਂ ਦੇ ਉਜੜਾ ਦੇ ਥੱਲੋਂ ਦੀ ਲੰਘ ਜਾਂਦੇ ਹੁੰਦੇ, ਹੁਣ ਤਾਂ ਥੜਾ ਬਣ ਗਿਆ, ਉਦੋਂ ਥੜਾ ਨਹੀਂ ਸੀ ਹੁੰਦਾ, ਤਾਂ ਅੰਗੂਠਾ ਇੱਧਰ ਹੋਣ ਕਰਕੇ ਪਤਾ ਲੱਗਦਾ ਸੀ ਵੀ ਮਹਾਰਾਜ ਦਾ ਖੱਬਾ ਹੱਥ ਲੱਗਾ। ਉਸੇ ਤਰ੍ਹਾਂ ਜਿਵੇਂ ਆਟੇ 'ਚ ਪੰਜਾ ਜੜ 'ਤੇ ਲੱਗਾ ਦੇਖਿਆ। ਇਹਨੂੰ ਪੰਜਾ ਸਾਹਿਬ ਕਹਿੰਦੇ ਹੁੰਦੇ ਯੂਪੀ ਦੇ ਬਈਏ, ਵੀ ਜੈ ਪੰਜਗੀ ਧੰਨ ਗੁਰੂ ਨਾਨਕ ਜੈ ਪੰਜਗੀ, ਇਉਂ ਕਹਿੰਦੇ। ਸੋ ਮਹਾਰਾਜ ਨੇ ਪੰਜਾ ਲਾਇਆ, ਕਹਿੰਦੇ ਠਹਿਰ ਜਾ। ਉੱਥੇ ਹੀ ਰੁਕ ਗਿਆ ਪਿੱਪਲ। ਜਿਵੇਂ ਪੰਜਾ ਸਾਹਿਬ ਪਾਕਿਸਤਾਨ ਹੈ, ਸਾਡੇ ਇੱਥੇ ਪੰਜਾ ਸਾਹਿਬ ਨੇੜੇ ਹੀ ਹੈ ਭਾਈ, ਦੁਨੀਆਂ ਜਾਂਦੀ ਮੱਥਾ ਟੇਕਣ। ਉਹ ਜੜ੍ਹ 'ਚ ਲਾਇਆ, ਪੱਤੇ ਸੀ ਉਹਨਾਂ ਵਿੱਚੋਂ ਨਿਕਲਦਾ ਜਿਵੇਂ ਹੁਣੇ ਛੱਟਾ, ਛੇਵੇਂ ਮਹਾਰਾਜ ਨੇ ਲਾਇਆ। ਇਸੇ ਤਰ੍ਹਾਂ ਜਿੱਥੇ ਕੋਈ ਮਾੜਾ ਮੋਟਾ ਅੜਦਾ, ਉੱਥੇ ਗੋਰਖ ਜੀ ਆਪ ਜਾਂਦੇ, ਘਰ ਸਿੱਧਿਆਂ ਦਿੰਦੇ ਉਹਨੂੰ। ਇਹਨਾਂ ਨੂੰ ਸਿੱਧੇ ਰਾਹ ਪਿੱਛੇ ਰੱਬ ਨਹੀਂ ਪਾਉਣਾ ਸੀ ਨਾ, ਇੰਨੀਆਂ ਤਾਕਤਾਂ ਵਾਲੇ ਰੱਬ ਨਹੀਂ ਪਾਉਣਾ ਸੀ ਸਿੱਧਾ ਨੂੰ, ਮਾੜੇ ਮੋਟੇ ਨੂੰ ਤਾਂ ਪਤਾ ਨਹੀਂ ਕੀ ਕਰ ਛੱਡਦੇ ਸੀ। ਇਹੋ ਜਿਹਾ ਕੁਝ ਨੀਰੀਆਂ ਤਨਖਾਹ ਤੂਫਾਨ ਲਿਆ ਦਿੰਦੇ ਸੀ, ਬਹੁਤ ਕੁਛ। ਜਾਂ ਇਹਨਾਂ ਬਸ ਇੱਕ ਦੂਜੇ ਨੂੰ ਇਸ਼ਾਰਾ ਕਰਨਾ, ਉੱਡੇ ਫਿਰਨਾ ਜਾਨਵਰਾਂ ਨੂੰ ਆਕਾਸ਼ ਵਿੱਚ, ਕਿਤੇ ਦੇ ਕਿਤੇ ਚਲੇ ਜਾਣ, ਬੜੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ, ਬਹੁਤ ਕੁਛ ਇਹਨਾਂ। ਤਾਂ ਸਾਡੇ ਇੱਥੇ ਯੂਪੀ ਵਿੱਚ 2200 ਲਾਏ ਹੋਏ ਸੀ, ਨਾਲ ਇਹ ਲਾਏ ਹੋਏ ਸੀ ਵੀ ਖਲੋਂਦੇ ਤਾਂ ਨਹੀਂ ਕਿਤੇ। ਦੋ ਦਿਨ ਤਿੰਨ ਦਿਨ ਰਹੇ, ਆਪਣੇ 12 ਪੰਥ ਸੀ ਉਹਨਾਂ ਦਾ ਪ੍ਰਚਾਰ ਕੀਤਾ। ਅਤੇ ਅਗਲੇ ਪਿੰਡ ਉੱਥੇ ਸਿੰਘੀ ਜਾ ਵਜਾਈ ਤੇ ਅਗਲੇ ਪਿੰਡ ਉੱਥੇ ਸਿੰਘੀ ਜਾ ਵਜਾਈ ਤੇ ਅਗਲੇ ਪਿੰਡ ਓਮ ਨਵੇਂ ਨਾਰਾਇਣ ਅਗਲੇ ਪਿੰਡ। ਮਤਲਬ ਇਹ ਕੋਈ ਜਗ੍ਹਾ ਇਹਨਾਂ ਨੇ ਛੱਡੀ ਨਹੀਂ ਸੀ। ਭਾਈ ਗੁਰਦਾਸ ਜੀ ਨੇ ਕੁੱਜੇ 'ਚ ਸਮੁੰਦਰ ਬੰਦ ਕੀਤਾ, ਸਿੱਧ ਆਸਣ ਸਭ ਜਗਤ 'ਤੇ, ਧੰਨ ਧੰਨ ਹੋਈ ਪਈ ਹੈ, ਜਿੱਥੇ ਜਾਓ ਧੰਨ ਗੋਰਖ ਜੀ, ਜਿੱਥੇ ਜਾਓ ਧੰਨ ਗੋਰਖ ਜੀ, ਕੋਈ ਗੱਲ ਹੀ ਨਹੀਂ ਤੁਸੀਂ। ਹੁਣ ਜਦੋਂ ਰਾਜੇ ਹੀ ਇਸ ਪਾਸੇ ਲਾ ਦਿੱਤੇ, 1,25,000 ਗੋਰਖ ਜੀ ਦਾ ਚੇਲਾ, ਹੁਣ 1,25,000 ਬੰਦਾ ਲਾ ਦਿਓ ਇਸ ਦੇਸ਼ 'ਚ ਇਸ ਪਾਸੇ, ਆਪੇ ਦਾਜਾ ਲਾ ਦਿਓ ਵੀ ਕੀ ਕਰ ਸੁੱਟੇਗਾ, ਅਤੇ ਪਿੱਛੇ ਵੀ ਤਕੜਾ ਹੀ ਹੱਥ ਹੈ। ਇੰਨਾ ਬੰਦਾ ਇੱਕ ਕੰਮ 'ਤੇ ਲੱਗਾ ਸਿੱਧਾ, ਸਾਡਾ ਨਹੀਂ ਟਾਈਮ ਗੁਰੂ ਨਾਨਕ ਜੀ ਦੀ ਸਿੱਖੀ ਦਾ ਪ੍ਰਚਾਰ ਕਰਨ ਦਾ, ਨਾ ਸਾਡੇ ਤਾਂ ਕੰਮ ਹੀ ਨਹੀਂ ਮੁੱਕਦੇ, ਬਸ ਇਸੇ ਠੀਕ ਹੈ ਜਿਵੇਂ ਟਾਈਮ ਪਾਸ ਹੋ ਰਿਹਾ, ਠੀਕ ਜਿਹੜੇ ਲੱਗੇ ਜੀ ਉਹਨਾਂ ਦੀ ਨਿੰਦਿਆ ਹੋ ਰਹੀ ਹੈ, ਇਹੋ ਜਿਹੇ ਜੀ ਇਹੋ ਜਿਹੇ ਜੀ ਇਹੋ ਜੀ, ਚੰਗਾ ਉਹ ਤੋਂ ਵੱਧ ਅਮਰ ਛਕਾ ਕੇ ਦੱਸਣ, ਲਓ ਬਈ ਸਧਾਰਤਾ ਜੇ ਇਲਾਕਾ ਤੁਹਾਡੇ ਨਾਲੋਂ ਗਾਂਹ ਲੰਘੇ। ਤੋ 1,25,000 ਸਿੱਧੇ ਹੋ ਕੇ ਲੱਗੇ। ਹੁਣ 1,25,000 ਬੰਦਾ ਇਸ ਪਾਸੇ ਲਾ ਕੇ ਵੇਖ ਲਓ, ਆਫਤ ਨਾ ਲਿਆ ਦੇ ਤੇ, ਹੁਣ ਤਾਂ ਘਰ ਘਰ ਹੀ ਧੰਨ ਧੰਨ ਹੋ, ਸਿੱਧ ਆਸਣ ਸਭ ਜਗਤ। ਭਾਈ ਗੁਰਦਾਸ ਜੀ ਨੇ ਥੋੜ੍ਹੇ ਅੱਖਰਾਂ 'ਚ ਇਸ਼ਾਰਾ ਕੀਤਾ ਵੀ ਕਿਤੇ ਚਲੇ ਜਾਓ ਉੱਥੇ ਹੀ ਗੋਰਖ ਜੀ ਦੇ ਚੇਲੇ, ਕਿਤੇ ਚਲੇ ਜਾਓ ਉੱਥੇ ਹੀ ਚੇਲੇ। ਹੁਣ ਲੋਕ ਕਰਨ ਕੀ,
ਇਹਨਾਂ ਦੇ ਸੇਵਕ ਬਣਨਾ ਸੀ ਨਾ, ਜਿਹਨਾਂ ਦਾ ਇੰਨਾ ਬੋਲਬਾਲਾ ਸੀ। ਇਹ ਤੇ ਧੰਨ ਗੁਰੂ ਨਾਨਕ ਸਾਹਿਬ ਜਿਹਨਾਂ ਜੋਗੀ ਪਲਟ ਦਿੱਤਾ, ਜੋਗੀ ਕੁਛ ਤਾਂ ਕੁਛ ਕਰ ਦਿੱਤਾ। ਜਿੱਥੇ ਇੰਨੇ ਲੱਗੇ ਹੋਣ ਮਹਾਰਾਜ ਨੇ ਇਹਨਾਂ ਦੇ ਜੜੋਂ ਫੜਿਆ, ਜੜੋਂ ਜਿਹੜੇ 84 ਸੀ ਨਾ ਇਹਨਾਂ ਦੇ ਮੁਖੀ, ਉਹਨਾਂ ਨਾਲ ਹੀ ਚਰਚਾ ਹੋ ਗਿਆ। ਚਲੋ ਇਹਨਾਂ ਨੂੰ ਸਿੱਧੇ ਰਾਹ ਪਾਓ, ਬਾਕੀ ਤਾਂ ਫਿਰ ਪਤਾ ਲੱਗ ਜੂ ਆਪੇ ਹੀ, ਸਭ ਠੀਕ ਹੋ ਜਾਣ। ਕਈ ਦਿਨ ਚਰਚਾ ਚੱਲਦੀ ਰਹੀ ਮਹਾਰਾਜ ਦੀ। ਅਖੀਰ ਇਹਨਾਂ ਨੇ ਮੱਥਾ ਟੇਕਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਆਸਣ ਸਭ ਜਗਤ ਤੇ, ਨਾਨਕ ਆਣਮ ਤੇ ਜੇ ਕੋਵਾ ਕਰ, ਕਰ ਅੰਦਰ ਧਰਮ ਕਰ ਕਹੀਏ ਸ੍ਰੀ। ਜਿੱਥੇ ਜਾਓ ਧੰਨ ਗੁਰੂ ਨਾਨਕ, ਜਿੱਥੇ ਜਾਓ ਧੰਨ ਗੁਰੂ ਨਾਨਕ, ਜਿੱਥੇ ਜਾਓ ਧੰਨ ਗੁਰੂ ਨਾਨਕ। ਉਹ ਗੋਰਖ ਦਾ ਨਾਮ ਹੀ ਮਿਟ ਗਿਆ ਸੰਸਾਰ ਤੋਂ, ਕਿਤੇ ਕਿਤੇ ਮਾੜਾ ਮੋਟਾ ਰਹਿ ਗਿਆ। ਜਿੱਥੇ ਜਾਓ ਧੰਨ ਗੁਰੂ ਨਾਨਕ, ਕਰ ਕਰ ਬਾਬਾ ਗਾਵੀਏ, ਜਿੱਥੇ ਜਾਓ ਧੰਨ ਗੁਰੂ ਨਾਨਕ। ਐਸਾ ਮਹਾਰਾਜ ਨੇ ਬਖਸ਼ਿਸ਼ ਕੀਤੀ, ਦੁਨੀਆਂ ਹੀ ਪਲਟ ਕੇ ਰੱਖ ਦਿੱਤੀ। ਤਦੇ ਹੀ ਹੁੰਦਾ ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਵਾਹ ਵਾਹ ਵਾਹ, ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਵਾਹ 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 ਵਾਹ, ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਵਾਹ 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 ਵਾਹ, ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਤਾਰੀ ਸਾਰੀ ਦੁਨੀਆ, ਵਾਹ 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 ਵਾਹ, ਤਾਰੀ ਸਾਰੀ 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 ਦੁਨੀਆ, ਸਾਰੀ ਸਾਰੀ ਦੁਨੀਆ, ਸਾਰੀ ਦੁਨੀਆ, ਨੌਕਣ ਪ੍ਰਿਥਵੀ ਸੱਚਾ ਟੋਆ, ਨੌਕਣ ਪ੍ਰਿਥਵੀ ਸੱਚਾ ਟੋਆ, ਸਤਿਗੁਰਨੇ ਸਾਰੀ ਸਾਰੀ ਦੁਨੀਆ, ਸੱਚਾ ਟੋਲਾ, ਨੌਕਰ ਵਿੱਚੀ ਸੱਚਾ ਟੋਲਾ, ਸਤਿਗੁਰਨੇ ਤਾਰੀ ਸਾਰੀ ਦੁਨੀਆ, ਵਾਹ 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 ਵਾਹ, ਸਤਿਗੁਰਨੇ ਤਾਰੀ ਸਾਰੀ ਦੁਨੀਆ, ਸਤਿਗੁਰਨੇ ਤਾਰੀ ਸਾਰੀ ਦੁਨੀਆ, ਸਤਿਗੁਰਨੇ ਤਾਰੀ ਸਾਰੀ ਦੁਨੀਆ, ਸੱਚਾ ਟੋਲਾ, ਨੌਕਰ ਵਿੱਚੀ ਸੱਚਾ ਟੋਆ, ਨੌਕਰ ਵਿੱਚੀ ਸੱਚਾ, ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਵਾਹ 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 ਵਾਹ, ਤਾਰੀ ਸਾਰੀ ਦੁਨੀਆ, ਸਤਿਗੁਰ ਨੇ ਤਾਰੀ ਸਾਰੀ ਦੁਨੀਆ, ਛੱਡੀ ਨਹੀਂ। ਸੁਲਤਾਨਪੁਰ ਨਗਰਾਂ 'ਚ ਹੁੰਦੇ ਹੋਏ, ਅਹਿਮਦਾਬਾਦ ਕੁਛ ਨਗਰਾਂ 'ਚ ਹੁੰਦੇ ਹੋਏ, ਜਿੱਥੇ ਅੱਜ ਕੱਲ੍ਹ ਗੋਇੰਦਵਾਲ ਸਾਹਿਬ, ਖੰਡੂਰ ਸਾਹਿਬ, ਸ੍ਰੀ ਅੰਮ੍ਰਿਤਸਰ ਇਹਨਾਂ ਇਲਾਕਿਆਂ 'ਚ ਹੁੰਦੇ ਹੋਏ, ਕੁਸ਼ੇਤਰ, ਖਤਾਬਲੀ ਹੁੰਦੇ ਹੋਏ, ਹਰਿਦੁਆਰ, ਕੋਟਦੁਆਰ ਇੱਕ ਸੰਤ ਜੀ ਰਹਿੰਦੇ ਸੀ, ਉੱਥੋਂ ਹੁੰਦੇ ਹੋਏ ਨਜੀਬਾਬਾਦ ਇੱਕ ਸੇਠ ਸੀ, ਉਹਦਾ ਲੜਕਾ ਬਿਮਾਰ ਸੀ, ਰਾਜੀ ਕੀਤਾ। ਫਿਰ ਕਾਂਚੀਪੁਰ ਨਦੀ ਦੇ ਕੰਢੇ, ਇੱਥੇ ਨਦੀ ਚੜ੍ਹਦੀ ਸੀ ਅਤੇ ਪਿੰਡ ਜਿਹੜੇ ਸੀ ਉਹ ਰੁੜ ਜਾਂਦੇ ਸੀ, ਚੌਂਪੜੀਆਂ ਛੱਪਰ। ਇੱਥੇ ਇੱਕ ਇਮਲੀ ਦਾ ਬਹੁਤ ਵੱਡਾ ਦਰਖਤ ਸੀ, ਉਹਦੇ ਹੇਠਾਂ ਗੁਰੂ ਜੀ ਆਪ ਰਾਜੇ। ਫਿਰ ਇੱਕ ਛੋਟਾ ਹੁੰਦਾ ਸੀ, ਦੋ ਹੁੰਦੇ ਸੀ, ਬਹੁਤ ਪੁਰਾਣਾ ਸੀ। ਗੁਰੂ ਜੀ ਕਹਿੰਦੇ, ਦੇਖੋ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋ, ਸਿੱਖ ਬਣੋ, ਨਦੀ ਤੁਹਾਡਾ ਪਾਣੀ ਨਹੀਂ ਰੁੜੇਗੀ। ਇੱਥੋਂ ਗੁਰੂ ਜੀ ਇੱਧਰ ਕਾਲਾ ਡੂੰਗੀ ਹੁੰਦੇ ਹੋਏ, ਹਲਦਵਾਨੀ, ਤਰਣੀਤਾਲ, ਨੈਣੀਤਾਲ ਹੁੰਦੇ ਹੋਏ, ਰੇਠਾ ਸਾਹਿਬ, ਇੱਥੇ ਵੀ ਸਿੱਧਾਂ ਦੀਆਂ ਗੁਫਾ ਸੀ, ਇੱਥੇ ਵੀ ਚਰਚਾ ਹੋਈ, ਇੱਥੇ ਵੀ ਹਾਰ ਨਹੀਂ ਸੀ ਉਹਨਾਂ ਨੇ, ਰੱਬ ਅੱਗੇ ਕਿਸੇ ਦੀ ਆਵਾਜ਼ ਆਉਂਦੀ, ਜਿਹਦਾ ਨਾਮ ਜਪਦੇ ਸੀ ਉਹ ਹੀ ਆ ਗਿਆ।
ਜੇ ਮਰਦਾਨਾ ਚੜ੍ਹਿਆ ਉਹ ਰੇਠੇ ਖਾਣ ਵਾਸਤੇ ਇਹਨਾਂ ਨੇ ਸੱਪ ਛੱਡ ਦਿੱਤਾ। ਉਹ ਅੱਜ ਤੋਂ 30-35 ਸਾਲ ਪਹਿਲਾਂ ਰੇਠੇ 'ਤੇ ਤੁਸੀਂ ਦੇਖਿਆ ਹੋਣਾ ਸੱਪ ਹੁੰਦਾ ਸੀ, ਉਹ ਪੱਥਰ ਦਾ। ਕਹਿੰਦਾ ਮਹਾਰਾਜ ਸੱਪ, ਕਹਿੰਦੇ ਨਹੀਂ ਪੱਥਰ ਹੈ, ਉੱਥੇ ਹੀ ਪੱਥਰ ਬਣ ਗਿਆ ਸੱਪ। ਫਿਰ ਜਾਂਦੇ ਹੁੰਦੇ ਯਾਤਰਾ 'ਤੇ ਉਹ ਤੋੜ ਦਿੱਤਾ, ਉੱਪਰਾਂ ਗੁਫਾ 'ਚ ਰੱਖਤਾ। ਫਿਰ ਲੋਕ ਵੇਖਣ ਜਾਂਦੇ ਹੁੰਦੇ, ਆਹ ਸੱਪ ਹੈ ਜੀ ਜਿਹੜਾ ਗੁਰੂ ਜੀ ਦੇ ਬਚਨ ਨਾਲ ਬਣਿਆ ਸੀ, ਹੁਣ ਪਤਾ ਨਹੀਂ ਕਿੱਥੇ ਨਦੀ ਨੂੰ ਹੀ ਸੁੱਟ ਦਿੱਤਾ। ਮੈਂ ਗਿਆ ਸੀ ਹੁਣ ਤਾਂ ਉੱਥੇ, ਹਾਂਜੀ। ਸੋ ਲਿਖਤਾਂ ਵਿੱਚ ਵੀ ਸੀ ਅਤੇ ਮੌਕੇ 'ਤੇ ਵੀ ਸੀ, ਉਹ ਪੱਥਰ ਬਣਿਆ ਹੋਇਆ। ਇੱਥੋਂ ਗੁਰੂ ਜੀ ਫਿਰ ਆਏ ਨਾਨਕ ਮੱਤਾ ਸਾਹਿਬ, ਉਦੋਂ ਕੱਤੇ ਦੀ ਪੂਰਨਵਾਸੀ ਸੀ, ਚੌਂਪੜੀਆਂ ਹੁੰਦੀਆਂ ਸਿੱਧਾਂ ਦੀਆਂ, ਛੱਪਰੀਆਂ ਹੁੰਦੀਆਂ। ਇੱਥੇ ਫਿਰ ਉਹਨਾਂ ਨੇ ਇੱਕ ਜੋਗੀ ਸੀ, ਨਵਾਂ ਹੀ ਸੀ ਮੁੰਡਾ, ਅਜੇ ਵੀ 22 ਸਾਲ ਦਾ ਨਵਾਂ ਨਵਾਂ ਭਗਤ ਬਣਿਆ ਸੀ ਗੋਰਖ ਦਾ, ਉਹ ਟੋਇਆ ਪੁੱਟ ਕੇ ਉਹਨੂੰ ਵਿੱਚ ਬਿਠਾ ਦਿੱਤਾ। ਕਹਿੰਦੇ ਦੇਖੋ ਜੀ, ਧਰਤੀ ਕੋਲੋਂ ਫੈਸਲਾ ਕਰਾਉਣਾ ਵੀ ਨਾਨਕ ਮਤਾ ਕੇ ਗੋਰਖ ਮਤਾ ਗੁਰੂ ਜੀ ਚੁੱਪ, ਅੱਛਾ ਜਿਵੇਂ ਤੁਹਾਨੂੰ ਠੀਕ ਲੱਗੇ। ਹੁਣ ਖਲੋ ਗਿਆ, ਦੱਸੋ ਧਰਤੀ ਮਾਤਾ ਗੋਰਖ ਮਤਾ ਕਿ ਨਾਨਕ ਮਤਾ। ਮੁੰਡਾ ਵਿੱਚੋਂ ਬੋਲਿਆ ਗੋਰਖ ਮਤਾ, ਇਹਨਾਂ ਦਾ ਚੇਲਾ ਸੀ ਉਹਨੇ ਕਹਿਣਾ ਹੀ। ਅਤੇ ਛੱਤ ਭਾਈ ਬਾਲੇ ਜੇ ਪਾਏ ਹੋਏ, ਥੋੜ੍ਹਾ ਜਿਹਾ ਸਰਾਖ ਰੱਖਿਆ ਹਵਾ ਵਾਸਤੇ, ਸਾਹ ਹੁੰਦਾ ਰਹੇ ਮੁੰਡੇ। ਫਿਰ ਪੁੱਛਦੇ ਦੇਖੋ ਜੀ, ਅਸੀਂ 3 ਵਾਰੀ ਪੁੱਛਣਾ ਗੋਰਖ ਮਤਾ ਕਿ ਨਾਨਕ ਮਤਾ। ਮਹਾਰਾਜ ਜੇ ਧਰਤੀ ਨੇ 3 ਵਾਰੀ ਕਹਿਤਾ ਤੁਹਾਨੂੰ ਜਾਣਾ ਪਏਗਾ। ਕਹਿੰਦੇ ਅਸੀਂ ਤਾਂ ਇੱਥੇ ਥੋੜ੍ਹੀ ਰਹਿਣਾ ਸਾਰੀ ਉਮਰ, ਕਹਿੰਦੇ ਕਿੱਥੇ ਕਿੱਥੇ ਜਾਣਾ। ਹੁਣ ਦੂਜੀ ਵਾਰੀ ਹੌਲੀ ਜਿਹੀ ਆਵਾਜ਼ ਆਈ ਗੋਰਖ ਮਤਾ। ਮਹਾਰਾਜ ਨੇ ਹੋਰ ਤਾਂ ਕੁਛ ਨਹੀਂ ਕਿਹਾ, ਇੰਨਾ ਹੀ ਕਿਹਾ, ਕਾਕਾ ਕੀ ਕਰਦਾ? ਉਹ ਮਰੀ ਗਿਆ। ਹੁਣ ਤੀਜੀ ਵਾਰੀ ਪੁੱਛਦੇ ਨੇ, ਆਵਾਜ਼ ਹੀ ਨਹੀਂ ਆਉਂਦੀ। ਮਹਾਰਾਜ ਤਾਂ ਕੁਛ ਨਹੀਂ ਕਿਹਾ। ਭਾਈ ਬਾਲਾ ਕਹਿੰਦਾ ਗੋਰਖ ਜੀ ਪੁੱਛ ਲਓ, ਤੁਹਾਡਾ ਹੀ ਬਚੇ ਨੇ, ਪੁੱਛ ਲਓ ਤੀਸਰਾ। ਕਹਿੰਦੇ ਜੀ ਮੁੰਡਾ ਹੀ ਮਰ ਗਿਆ, ਬਾਹਰ ਕੱਢਿਆ, ਮਹਾਰਾਜ ਦੇ ਚਰਨਾਂ 'ਚ ਸਿੱਟਿਆ, ਹੁਣ ਨਹੀਂ ਜਿੰਦਾ ਹੁੰਦਾ। ਉਹ ਭਰਤੀ ਦੀ ਘਰ ਦਿੱਤੀ, ਜਿੰਦੀ ਕਰ ਦਿੱਤੀ, ਇਹ ਨਹੀਂ ਹੁੰਦਾ ਹੁਣ ਜਿੰਦਾ। ਬੜੇ ਸ਼ਰਮਿੰਦੇ, ਮਹਾਰਾਜ ਕਿਰਪਾ ਕਰੋ ਜਿੰਦਾ ਹੋ ਜਾ। ਕਹਿੰਦੇ ਜਿੰਦਾ ਹੀ ਹੈ, ਉਹ ਜਿੰਦਾ ਹੋ ਗਿਆ। ਭਾਈ ਬਾਲਾ ਮਰਦਾਨਾ ਪੁੱਛਦੇ, ਕਾਕਾ ਕਿਵੇਂ? ਕਹਿੰਦੇ ਜੀ ਇਹਨਾਂ ਸਿਖਾ ਪੜ੍ਹਾ ਕੇ ਟੋਏ 'ਚ ਬਿਠਾਇਆ, ਮੈਂ ਘਰਦਿਆਂ ਦਾ ਇਕੱਲਾ ਹੀ ਇਕੱਲਾ ਹੈ, ਰਾਜਿਆਂ ਦਾ ਮੁੰਡਾ, ਮੈਨੂੰ ਵੀ ਮਰਵਾ ਕੇ ਸਾਹ ਲਿਆ, ਤਾਂ ਗੁਰੂ ਜੀ ਨੇ ਜਿੰਦਾ ਕਰ ਦਿੱਤਾ, ਬੜੀ ਕਿਰਪਾ ਕੀਤੀ। ਹੁਣ ਲੱਗੇ ਇੱਥੋਂ ਤਿੱਤਰ ਹੋਣ। ਭਾਈ ਬਾਲਾ ਜੀ ਕਹਿੰਦੇ ਤੀਜਾ ਬਚਨ ਪੁੱਛ ਲਓ ਧਰਤੀ ਨੂੰ, ਤੁਸੀਂ ਕਿਹਾ ਸੀ 3 ਵਾਰੀ ਪੁੱਛ ਲਓ। ਸ਼ਰਮਿੰਦੇ ਜੇ ਸੋਚਦੇ ਵੀ ਧਰਤੀ ਨੂੰ ਕਿਹੜੀ ਜ਼ਬਾਨ ਲੱਗੀ, ਪੁੱਛ ਲੈ ਨਹੀਂ। ਫਿਰ ਇਕੱਠੇ ਹੋ ਗਏ, ਹੇ ਮੇਦਨੀ, ਹੇ ਬਸੁਦਾ, ਹੇ ਧਰਤੀ ਮਾਤਾ, ਗੋਰਖ ਮਤਾ ਕਿ ਨਾਨਕ ਮਤਾ। ਹੁਣ ਧਰਤੀ ਦੀ ਆਵਾਜ਼ ਆਈ, ਅਜਿਵੇਂ ਬਿਜਲੀ ਕੜਕਦੀ ਹੈ, 12-12 ਕੋ ਉੱਡ ਜਾਨਵਰ ਗਏ ਵੀ ਆ ਵੀ ਹੋ ਗਿਆ। ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਹੁਣ ਚੁੱਕਣੇ ਸੀ ਬਿਸਤਰੇ ਇਹਨਾਂ ਨੇ, ਜਾਣਾ ਹੀ ਸੀ ਇੱਥੋਂ। ਉੱਥੇ ਨਾ ਥੜਾ ਬਣਿਆ ਹੁੰਦਾ ਨਿਸ਼ਾਨੀ ਜਗ੍ਹਾ, ਵੀ ਆ ਇੱਥੇ ਧਰਤੀ ਪਾਉਂਦੀ ਸੀ ਗੁਰਦੁਆਰੇ ਦੇ ਨਾਲ। ਬੜੀ ਲੰਮੀ ਚਰਚਾ। ਇੱਥੋਂ ਮਹਾਰਾਜ ਜੀ ਨਾਨਕਪੁਰੀ ਟਾਂਡੇ ਆਏ, ਇੱਥੋਂ ਕੁਛ ਨਗਰਾਂ 'ਚ ਹੁੰਦੇ ਹੋਏ ਜਿੱਥੇ ਅੱਜ ਕੱਲ੍ਹ ਪੂਰਨਪੁਰ ਹੈ, ਇੱਥੇ ਆਏ। ਇੱਥੋਂ ਫਿਰ ਮਹਾਰਾਜ ਆਉਂਦੇ ਨੇ ਇੱਧਰ ਆ ਗੋਲਾ, ਇੱਥੇ ਬਾਹਮਣਾਂ ਨੂੰ ਉਪਦੇਸ਼ ਦਿੱਤਾ ਪੰਡਿਤ ਸੀ। ਬੜਾ ਪੁਰਾਣਾ ਮੰਦਰ ਹੈ ਗੋਲੇ ਦਾ, ਖੀਰੀ ਨਿੱਕਾ ਜਿਹਾ ਪਿੰਡ ਹੁੰਦਾ, ਹੁਣ ਤਾਂ ਜ਼ਿਲ੍ਹਾ ਬਣ ਗਿਆ ਲਖੀਮਪੁਰ ਖੀਰੀ, ਇਹ ਨਗਰ ਹੁੰਦਾ ਸੀ ਥੋੜ੍ਹੇ ਜਿਹੇ ਘਰ। ਇੱਥੋਂ ਹੁੰਦੇ ਹੋਏ ਨੇਪਾਲ ਨੂੰ ਜਾਂਦੇ, ਜਿਵੇਂ ਆਪਾਂ ਘੋੜੀ ਵਾਲਾ ਕਹਿ ਦਿੰਦੇ, ਨੇਪਾਲ ਰਾਜੇ ਦੇ ਅੰਸਾ ਨਹੀਂ ਸੀ। ਕਹਿੰਦਾ ਮਹਾਰਾਜ ਜੀ ਸਾਰੇ ਹੀ ਤੁਹਾਡੇ ਸਿੱਖ ਅਤੇ ਸਾਡੀ ਅੰਸਾ ਚਾਹੁੰਦੇ। ਗੁਰੂ ਜੀ ਕਹਿੰਦੇ ਠੀਕ ਹੈ, ਇਹ ਨੇਪਾਲੀ ਸਭ ਗੁਰੂ ਨਾਨਕ ਜੀ ਦੇ ਸਿੱਖ ਹੋਏ। ਇੱਥੋਂ ਫਿਰ ਮਹਾਰਾਜ ਇੱਧਰ ਨਖਲਾਊ ਆਏ, ਇਹ ਉਦੋਂ ਛੋਟਾ ਹੀ ਹੁੰਦਾ ਸੀ, ਬਹੁਤਾ ਵੱਡਾ ਨਹੀਂ ਸੀ ਹੁੰਦਾ। ਇੱਥੋਂ ਫਿਰ ਅਯੁੱਧਿਆ ਜਾਂਦੇ ਨੇ, ਥੋੜ੍ਹਾ ਅੱਗੇ ਜਾ ਕੇ ਅਲਮਸਤ ਜੀ ਅਤੇ ਇੱਕ ਉਹਨਾਂ ਦਾ ਚੇਲਾ, ਉਹ ਉੱਥੇ ਛੋਟਾ ਜਿਹਾ ਆਸ਼ਰਮ ਭਜਨ ਕਰਦੇ ਨੇ। ਗੁਰੂ ਜੀ ਕਹਿੰਦੇ ਤੁਸੀਂ ਤਾਂ ਜਾਓ ਨਾਨਕ ਮੱਤੇ, ਠੀਕ ਹੈ। ਇਹ ਜਿਹੜਾ ਸੇਵਕ ਸੀ ਇਹਨੂੰ ਕਹਿੰਦੇ ਆਸਾਮ ਵਿੱਚ ਜਾਓ। ਕਹਿੰਦਾ ਮਹਾਰਾਜ ਮੇਰੇ ਜੀ ਕਰਨਾ ਤੁਹਾਡੇ ਦਰਸ਼ਨ ਕਰਨ ਦੇ। ਕਹਿੰਦੇ ਨੌਵੇਂ ਜਾਮੇ ਵਿੱਚ ਉੱਥੇ ਆਓ। ਫਿਰ ਇਹਨੇ ਬੇਨਤੀ ਕੀਤੀ ਮਹਾਰਾਜ ਨਿਸ਼ਾਨੀ। ਗੁਰੂ ਨਾਨਕ ਜੀ ਕਹਿੰਦੇ ਭਾਈ ਉਦੋਂ ਸਾਡਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏਗਾ, ਚੰਗਾ ਉੱਥੇ ਆਵਾਂਗੇ। ਐਂ ਸਮਝੋ ਵੀ ਨੌਵੇਂ ਮਹਾਰਾਜ ਦਾ ਨਾਂ ਗੁਰੂ ਨਾਨਕ ਜੀ ਨੇ ਰੱਖ ਦਿੱਤਾ।
ਇੱਥੋਂ ਫਿਰ ਗੁਰੂ ਜੀ ਅਯੁੱਧਿਆ ਆਏ। ਇੱਥੇ ਬੜੇ ਬੜੇ ਵਿਦਵਾਨ ਪੰਡਿਤ, ਇਹਨਾਂ ਵਿੱਚ ਇੱਕ ਨਰਾਇਣ ਦਾਸ ਸੀ ਮੁਖੀ। ਉਹ ਕਹਿੰਦਾ ਮਹਾਰਾਜ ਇਹ ਜਿਹੜੀ ਅਯੁੱਧਿਆ ਨਗਰੀ ਹੈ ਸਤਯੁਗ ਵਿੱਚ ਤਾਂ ਗਈ ਸਵਰਗਾਂ ਨੂੰ, ਰਾਜਾ ਹਰੀਚੰਦ ਲੈ ਗਿਆ, ਤ੍ਰੇਤੇ ਵਿੱਚ ਬਕੁੰਠਾਂ ਨੂੰ ਗਈ, ਰਾਮ ਜੀ ਲੈ ਗਏ। ਗੁਰੂ ਜੀ ਕਹਿੰਦੇ ਪੰਡਿਤ ਜੀ ਨਰਾਇਣ ਦਾਸ ਇਹ ਤਾਂ ਇੱਥੇ ਹੀ ਪਈ ਵੱਸਦੀ, ਕੁਛ ਨਹੀਂ ਗਿਆ। ਮਹਾਰਾਜ ਰੂਹਾਂ ਰੂਹਾਂ ਤਾਂ ਗੁਰੂ ਜੀ ਕਹਿੰਦੇ ਸਾਰੇ ਸੰਸਾਰ ਦੀਆਂ ਜਾ ਸਕਦੀਆਂ, ਕਿੰਨੀ ਦੇਰ ਬੋਲਿਆ ਹੀ ਨਹੀਂ ਗਿਆ ਪੰਡਿਤ ਕੋਲ। ਹੈ ਮਹਾਰਾਜ ਸਾਰੇ ਸੰਸਾਰ ਦੀਆਂ, ਮਹਾਰਾਜ ਸਾਰੇ ਸੰਸਾਰ ਦੀਆਂ, ਇੰਨੇ ਰਾਮ ਚੰਦਰ ਹੋ ਜਾਣਗੇ ਸਾਰੇ ਸੰਸਾਰ ਦੀਆਂ, ਇੰਨੀ ਅਯੁੱਧਿਆ ਨਗਰੀ ਉਹ ਇੰਨੇ ਰਾਮ ਜੀ ਆ ਜਾਣਗੇ ਸਾਰੇ ਸੰਸਾਰ ਦੀਆਂ। ਗੁਰੂ ਜੀ ਕਹਿੰਦੇ ਨਹੀਂ, ਵਾਹਿਗੁਰੂ ਦਾ ਸਿਮਰਨ ਕਰਕੇ ਬੰਦਗੀ ਕਰਕੇ ਇੰਨੇ ਰਾਮ ਨਹੀਂ, ਆਹ ਤਰੀਕਾ ਹੈ। ਅਯੁੱਧਿਆ ਵਾਸੀ ਜਿੰਨੇ ਵੀ ਸਨ ਸਾਰੇ ਗੁਰੂ ਨਾਨਕ ਜੀ ਦੇ ਸਿੱਖ ਹੋਏ ਸਿੱਖ। ਇੱਥੇ ਸਰਜੂ ਨਦੀ ਕੰਢੇ 'ਤੇ ਇੱਕ ਗੁਰਦੁਆਰਾ ਹੈ, ਇੱਥੇ ਗੁਰੂ ਨਾਨਕ ਜੀ ਦਰਸ਼ਨ ਦਿੱਤੇ ਸੀ ਸਾਰੇ। ਸਮਾਂ ਆਉਣ 'ਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ, 48 ਘੰਟੇ ਲਗਾਤਾਰ ਸਮਾਧੀ ਵਿੱਚ ਬੈਠੇ। ਫਿਰ ਆਏ ਸੀ ਇੱਥੇ ਦਸਵੇਂ ਮਹਾਰਾਜ ਮਾਲਾ ਪ੍ਰੀਤਮ। ਇੱਥੇ ਫਿਰ ਉਹ ਬਾਂਦਰਾਂ ਨੂੰ ਪ੍ਰਸ਼ਾਦ ਦਿੱਤਾ, ਉਹਨਾਂ ਵੀ ਲੈਣਾਂ 'ਚ ਲੱਗ ਕੇ ਲਿਆ, ਖੁਸ਼ ਹੋ ਰਹੇ ਨੇ ਮਹਾਰਾਜ ਦੇ ਦਰਸ਼ਨ ਕਰ ਕਰ। ਇੱਥੇ ਇੱਕ ਬਜ਼ੁਰਗ ਹੁੰਦੇ ਸੀ, ਸਨ ਕਾਫੀ ਸਾਲ ਹੋ ਗਏ, 25 ਸਾਲ ਹੋ ਗਏ। ਉਹਤੋਂ ਬਾਅਦ ਵੀ ਕਈ ਵਾਰੀ ਜਾਣ ਦਾ ਸਮਾਂ ਮਿਲਿਆ, ਦੀਵਾਨ ਹੋਏ ਫੈਜ਼ਾਬਾਦ ਅਯੁੱਧਿਆ 600 ਘਰ ਹੈ ਸਿੱਖਾਂ ਦਾ। ਉਹਨਾਂ ਕੋਲ ਇੱਕ ਬਹੁਤ ਪੁਰਾਣਾ ਗ੍ਰੰਥ ਆ, ਉਹਦੇ ਅੰਗ ਚੁੱਕੇ ਟੁੱਟ ਜਾਂਦੇ। ਉਹਨੂੰ ਕਿਹਾ ਬਜ਼ੁਰਗੋ ਇਹ ਦੇ ਦਿਓ, ਫੋਟੋ ਸਟੇਟ ਜੀ ਕਰਾ ਲਿਓ। ਕਹਿੰਦਾ ਇੱਥੇ ਪੜ੍ਹ ਲਓ, ਦੇਣਾ ਨਹੀਂ ਹੈ। ਉਹਨਾਂ ਨਹੀਂ ਦਿੱਤਾ, ਚਲੋ ਭਾਈ ਠੀਕ ਹੈ। ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਗੁਰੂ ਜੀ ਨੂੰ, ਗੁਰੂ ਨੇ ਜਿਨ੍ਹਾਂ ਬਾਂਦਰਾਂ ਨੂੰ ਦਸਵੇਂ ਮਹਾਰਾਜ ਨੇ ਪ੍ਰਸ਼ਾਦ ਵੰਡਿਆ, ਉਹ ਮਹਾਰਾਜ ਦੇ ਰੱਥ ਦੇ ਨਾਲ ਹੀ ਚਲੇ ਗਏ। ਉਹ ਅਨੰਦਪੁਰ ਸਾਹਿਬ ਪਹਾੜੀਆਂ 'ਚ ਰਹਿਣ ਲੱਗ ਗਏ ਬਾਂਦਰ। ਉਸ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ। ਇੱਥੋਂ ਪਰ ਅੱਗੇ ਕਈ ਨਦਰਾਂ 'ਚ ਹੁੰਦੇ ਹੋਏ, ਜਿੱਥੇ ਅੱਜ ਕੱਲ੍ਹ ਨਿਜ਼ਾਮਾਬਾਦ ਇਹ ਨਦੀ ਦੇ ਕੰਢਾ ਹੈ, ਇੱਥੇ ਇੱਥੇ ਗੁਰੂ ਨਾਨਕ ਜੀ ਦੀ ਯਾਦਗਾਰ ਗੁਰਦੁਆਰਾ ਹੈ। ਥੋੜ੍ਹੇ ਸਾਲ ਹੋ ਗਏ ਮੈਂ ਉੱਥੇ ਗਿਆ ਸੀ ਦੇਖਣ ਵਾਸਤੇ। ਇੱਥੇ ਗੁਰੂ ਜੀ ਨੇ ਇੱਕ ਕਾਲੀਨਾਥ ਜਿਉਂਦਾ ਕੀਤਾ। ਇਸ ਗੁਰਦੁਆਰੇ ਕੋਈ ਸਿੱਖ ਨਹੀਂ ਹੈ। ਇਸ ਗੁਰਦੁਆਰੇ ਤੋਂ 1/2 ਕਿਲੋਮੀਟਰ ਦੂਰ ਇੱਕ ਸਿੱਖਾਂ ਦਾ ਘਰ ਹੈ। ਪਲਸਤਰ ਟੱਠਿਆ ਹੋਇਆ ਸੀ, ਇੱਟਾਂ ਨਿਕਲੀਆਂ ਹੋਈਆਂ ਸੀ, ਬਹੁਤ ਹੋਰ ਤਰ੍ਹਾਂ ਦਾ। ਇੱਕ ਬਜ਼ੁਰਗ ਸੀ ਬਾਜਪੁਰ ਦਾ, ਮੈਂ ਕਿਹਾ ਤੁਸੀਂ ਸੇਵਾ ਕਰਾ ਕੇ ਆਓ, ਮੇਰਾ ਤਾਂ ਟਾਈਮ ਨਹੀਂ ਹੈ, ਸ਼ਾਇਦ ਕਿਤੇ ਸਮਾਂ ਆਵੇ ਮਹਾਰਾਜ ਦੀ ਯਾਦਗਾਰ ਬਣ ਜਾਵੇ। 80,000 ਰੁਪਈਆ ਦਿੱਤਾ ਉਹਨੇ, ਮਿਸਤਰੀ ਲਾ ਕੇ ਪਲਸਤਰ ਕਰਾ ਕੇ ਵਧੀਆ ਠੀਕ ਠਾਕ ਕਰ ਦਿੱਤਾ, ਪਰ ਜੇ ਉੱਥੇ ਸੇਵਾ ਸ਼ੁਰੂ ਨਹੀਂ ਹੋਈ, ਸਮਾਂ ਆਏਗਾ ਗੁਰੂ ਨਾਨਕ ਸਾਹਿਬ ਜੀ ਦੇ ਪਾਗਾਂ 'ਚ ਹੋਏਗੀ, ਕਰਾ ਲੈਣਗੇ। ਸਾਡਾ ਤਾਂ ਕੰਮ ਹੈ ਅੰਬਰ ਸਕਾਉਣਾ। ਇੱਥੋਂ ਗੁਰੂ ਜੀ ਹੁੰਦੇ ਹੋਏ ਬਨਾਰਸ ਆਏ, ਰਸਤੇ ਵਿੱਚ ਕਬੀਰ ਜੀ ਮਿਲੇ, ਉੱਥੇ ਇੱਕ ਪੁਲੀ ਸੀ ਉਹਦੇ 'ਤੇ ਲੱਕੜਾਂ ਪਈਆਂ। ਉਦੋਂ ਆਹ ਚੀਜ਼ਾਂ ਨਹੀਂ ਹੁੰਦੀਆਂ ਵੀ ਆਹ ਪੁਲ ਬਣ ਜਾਣਗੇ ਸਰੀਏ ਦੇ, ਲੱਕੜਾਂ ਰੱਖ ਲੈਂਦੇ ਹੁੰਦੇ, ਦਰਖਤ ਰੱਖ ਲੈਂਦੇ ਹੁੰਦੇ, ਆ ਹੀ ਸਾਧਨ। ਛੋਟੀ ਜਿਹੀ ਨਦੀ ਸੀ ਉੱਥੇ। ਭਾਈ ਮਰਦਾਨਾ ਕਹਿੰਦਾ ਮਹਾਰਾਜ ਸੁਣਿਆ ਭਗਤ ਕਬੀਰ ਜੀ ਬੜੇ ਸ਼੍ਰੋਮਣੀ ਮਹਾਂਪੁਰਸ਼ ਹਨ, ਹਾਂ ਕਹਿੰਦੇ ਥੋੜ੍ਹਾ ਸਮਾਂ ਹੈ ਆਉਣ ਹੀ ਵਾਲੇ ਨੇ। ਇੱਕ ਇਹਨਾਂ ਦੇ ਨਾਲ ਹੋ ਸੀ, ਉਹ ਜਦੋਂ ਟੁੱਟੀ ਜੀ ਪੁਲੀ ਮਹਾਰਾਜ ਲੰਘੇ ਅਤੇ ਕਬੀਰ ਜੀ ਨੇ ਆ ਮੱਥਾ ਟੇਕਿਆ, ਅਰਜ਼ ਕੀਤੀ ਸੱਚੇ ਪਾਤਸ਼ਾਹ ਇਹ ਜਿਹੜਾ ਬਨਾਰਸ ਹੈ ਵਿੱਦਿਆ ਦਾ ਕੇਂਦਰ ਹੈ ਜੀ, ਲੋਕ ਸੁਧਰ ਤਾਂ ਗਏ ਪਰ ਥੋੜ੍ਹੇ ਜਿਹੇ ਇਹੋ ਜਿਹੇ ਨਹੀਂ, ਇੰਨੇ ਪੜ੍ਹੇ ਹੋਏ ਨੇ, ਗੱਲਾਂ ਹੀ ਹੋਰ ਨੇ ਇਹਨਾਂ ਦੀ, ਇਹਨਾਂ 'ਤੇ ਵੀ ਕਿਰਪਾ ਕਰੋ। ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਸਭ ਠੀਕ ਹੋ ਜਾਏਗਾ। ਮਹਾਰਾਜ ਬਨਾਰਸ ਹੋਏ, ਭਗਤ ਕਬੀਰ ਜੀ ਨੇ ਤਮਾਮ ਸੁਨਾਹ ਕਰ ਦਿੱਤੇ ਕਿ ਜਿਹਦਾ ਨਾਮ ਜਪਦੇ ਹੋ ਨਾ ਉਹੀ ਆ ਗਿਆ ਸਰੀਰ ਧਾਰ ਕਰਕੇ, ਕਿੱਡਾ ਸੌਖਾ ਦਰਸ਼ਨ ਕਰਨੇ। ਬੜੇ ਲੋਕ ਆ ਰਹੇ ਨੇ, ਤਨ ਤਨ ਹੋ ਰਹੀ ਹੈ। ਉੱਥੇ ਇੱਕ ਆ ਗਿਆ ਪੰਡਿਤ, ਕਹਿੰਦਾ ਕਿਉਂ ਭਾਈ ਬਾਲਾ ਜੀ ਕਿੰਨੀਆਂ ਕੁ ਪੜ੍ਹੇ ਨੇ ਮਹਾਰਾਜ, ਕਿ ਤੁਹਾਨੂੰ ਕੀ ਇਹਨਾਂ ਗੱਲਾਂ ਨਾਲ? ਨਹੀਂ ਕਹਿੰਦੇ ਮੈਂ ਬਹੁਤ ਪੜ੍ਹਿਆ,
ਮੈਂ ਕੋਈ ਚਰਚਾ ਕਰਨੀ। ਜਦੋਂ ਬਰਮਾ ਨੇ ਚਾਰ ਵੇਦ ਬਣਾਏ ਤਾਂ ਛੇ ਸ਼ਾਸਤਰਾਂ ਦੀ ਕੀ ਲੋੜ? ਜਦੋਂ ਛੇ ਸ਼ਾਸਤਰ ਬਣ ਗਏ ਤਾਂ 18 ਪੁਰਾਣ ਕਿਉਂ ਲਿਖੇ ਗਏ? ਮਤਲਬ ਕੋਈ ਨਾ ਕੋਈ ਗੱਲ ਹੀ ਛੇੜ ਦੀ ਸੀ। ਅਤੇ ਗੁਰੂ ਜੀ ਮੇਰੇ ਨਾਲ ਚਰਚਾ ਕਰਨ, ਮਹਾਰਾਜ ਕਹਿੰਦੇ ਗੋਪਾਲ ਦਾਸ ਇਸ ਤਰ੍ਹਾਂ ਹੈ, ਇਹਨਾਂ ਗੱਲਾਂ 'ਚ ਨਹੀਂ ਪਈ। ਨਹੀਂ ਜੀ, ਮੈਂ ਤਾਂ ਚਰਚਾ ਕਰਨੀ। ਗੁਰੂ ਜੀ ਕਹਿੰਦੇ ਉਹ ਦੇਖ, ਉਹ ਤਾਂ ਕੁੱਤਾ ਹੈ। ਹਾਂ ਕਹਿੰਦੇ, ਉਹਦੇ ਨਾਲ ਕਰ ਗੱਲ। ਜਦੋਂ ਨੇੜੇ ਗਿਆ ਦੇਖਦਾ ਇਹ ਤਾਂ ਜਾਨਵਰ ਹੈ, ਮਰ ਗਿਆ, ਵਿੱਚੋਂ ਰੂਹ ਨਿਕਲ ਆਈ। ਰੂਹ ਦਿਸਦੀ ਨਹੀਂ। ਕਹਿੰਦੇ ਕਾਕਾ, ਮੇਰੀਆਂ ਖਰੀਦੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਹੰਕਾਰੀ ਹੋ ਗਏ। ਵਿਦਿਆ ਤਾਂ ਇਸ ਕਰਕੇ ਪੜ੍ਹੀ ਦੀ, ਨਿਮਰਤਾ ਆਵੇ ਤੂੰ ਤਾਂ ਗੱਲਾਂ ਹੀ ਹੋਰ ਪੈ ਗਈਆਂ। ਕਹਿੰਦਾ ਦਾਦਾ ਜੀ, ਤੁਸੀਂ ਕੁੱਤਾ ਕਿਵੇਂ ਬਣਿਆ? ਕਹਿੰਦੇ ਮੈਂ ਤੇਰੇ ਨਾਲੋਂ ਘੱਟ ਸੀ। ਜਿਹੜਾ ਆਉਂਦਾ ਸੀ ਅਲਪ ਤਲੀਆਂ, ਜਿਹੜਾ ਆਉਂਦਾ ਸੀ, ਇੱਕ 10 ਸਾਲ ਦਾ ਮੁੰਡਾ ਆਇਆ, ਮੈਂ ਨਿਕਾ ਜਿਹਾ ਹੈ, ਕਿਤਾਬ ਜੀ ਲਈ ਫਿਰਦਾ ਹੈ, ਮੈਂ ਖੋਲਣੀ ਇਹਦੀ, ਉਹਦੇ ਨਾਲ ਮੈਂ ਚਰਚਾ ਕਰਾਂ, ਉੱਠ ਕੇ ਚਲਾ ਜੇ। ਉਹ ਫਿਰ ਮੈਂ ਕਰਾਂ, ਫਿਰ ਉੱਠ ਕੇ ਚਲਾ ਜੇ। ਅਖੀਰ ਕਹਿੰਦੇ ਕੁੱਤੇ ਵਾਂਗ ਪਿੱਛੇ ਹੀ ਪੈ ਗਏ। ਮੈਨੂੰ ਸੀ ਪਤਾ ਵੀ ਕਿੰਨੀ ਕੁ ਬੰਦਗੀ ਵਾਲਾ। ਤਾਂ ਮੈਂ ਕੁੱਤਾ ਬਣਿਆ, 12 ਸਾਲ ਹੋ ਗਏ। ਇਹ ਗੁਰੂ ਨਾਨਕ ਜੀ ਰੱਬ ਦਾ ਅਵਤਾਰ ਨੇ, ਮੇਰੇ ਬਾਰੇ ਬੇਨਤੀ ਕਰ ਅਤੇ ਆਪਣਾ ਵੀ ਭਲਾ ਕਰ। ਕਹਿੰਦਾ ਠੀਕ, ਹੁਣ ਇਹਨੇ ਬੜੀਆਂ ਮਾਫੀਆਂ ਮੰਗੀਆਂ। ਮਹਾਰਾਜ ਨੇ ਇੱਥੇ ਸ਼ਬਦ ਉਚਾਰਿਆ, ਪੜ੍ਹ ਪੁਸਤਕ ਸੰਧਿਆ ਬਾਦੰਗ। ਕਹਿੰਦੇ ਇਹ ਪੜ੍ਹਿਆ ਤੁਹਾਡਾ ਭਲਾ ਹੋਏਗਾ। ਚਰਨ ਪਾਉ ਦਿੱਤੀ, ਵੱਡੇ ਵੱਡੇ ਸਿੱਧੇ ਕੀਤੇ ਬਨਾਰਸ ਵਿੱਚ। ਜਿਹੜੇ ਕਬੀਰ ਜੀ ਕਹਿੰਦੇ ਸੀ, ਇਹਨਾਂ ਦੀ ਨਿੰਦਿਆ ਤੋਂ ਬਿਨਾਂ ਕੰਮ ਹੀ ਕੋਈ ਨਹੀਂ, ਵੀ ਬਹੁਤੇ ਪੜ੍ਹੇ ਹੋਏ। ਤਾਂ ਇਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਏ, ਕਿਹਨੂੰ ਮੂਰਖ ਆਖਣਾ? ਨਿਸ਼ਾਨੀਆਂ ਨੇ ਜਿਸ ਵਿੱਚ ਲੱਭ, ਲੋਭ, ਹੰਕਾਰ, ਆਹ 3 ਗੱਲਾਂ ਜਿਹਦੇ ਵਿੱਚ ਉਹਨੂੰ ਪੜ੍ਹਿਆ ਮੂਰਖ ਹੁੰਦਾ। ਉਹ ਦੂਜਾ ਗੁਰੂ ਘਰ ਦੀ ਨਿੰਦਿਆ ਕਰੇ ਅਤੇ ਹੋਵੇ ਮਨਮੁੱਖ ਕੱਟੜ। ਮਨਮੁੱਖ ਨਿੰਦਾ ਕਰ ਕਰ ਵਗੁੱਤਾ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਕਹਿੰਦੇ ਉਹਦਾ ਕੰਮ ਹੀ ਦਿਨ ਰਾਤ ਨਿੰਦਿਆ। ਅੰਦਰ ਲੋਭ, ਉਹ ਲੋਭੀ ਹੁੰਦਾ ਮਨਮੁੱਖ, ਅੰਦਰ ਲੋਭ ਭੌਂਕੇ ਕੁੱਤਾ, ਆਹ ਖਿਤਾਬ ਦਿੱਤਾ ਗੁਰੂ ਜੀ ਨੇ। ਸੋ ਮਹਾਰਾਜ ਨੇ ਕਿਹਾ ਇਹ ਸ਼ਬਦ ਤੁਸੀਂ ਪੜ੍ਹਿਆ। ਹੁਣ ਇਹਨਾਂ ਦੀ ਅੰਸਰ ਵਿੱਚ ਕਿਸ਼ਨ ਲਾਲ ਲਾਲ ਚੰਦ ਹੋਏ, ਉਹਨਾਂ ਨੇ ਇੱਕ ਦਿਨ ਸ਼ਬਦ ਪੜ੍ਹਿਆ। ਜਿਉਂ ਜਿਉਂ ਪੜ੍ਹੀ ਜਾਣ ਤਾਂ ਧਿਆਨ ਜੁੜਦਾ ਜਾਏ, ਜਿਉਂ ਜਿਉਂ ਪੜ੍ਹੀ ਜਾਣ ਬੜੀ ਸ਼ਾਂਤੀ। ਇਹ ਪੁੱਛਦੇ ਨੇ ਮਾਈ ਨੂੰ, ਮਾਤਾ ਜੀ ਆਹ ਜਿਹੜਾ ਕੁਛ ਲਿਖਿਆ ਹੋਇਆ ਇਹ ਸਾਡੇ ਵੱਡੇ ਬਜ਼ੁਰਗਾਂ ਦਾ ਹੈ ਜਾਂ ਕਿਸੇ ਰਿਸ਼ੀ ਮੁਨੀ ਵਿਦਵਾਨ ਪੰਡਿਤ ਦਾ? ਜਿਉਂ ਜਿਉਂ ਪੜ੍ਹਦੇ ਹਾਂ ਧਿਆਨ ਹੀ ਜੁੜਦਾ ਜਾਂਦਾ, ਬੜੀ ਸ਼ਾਂਤੀ ਮਿਲਦੀ, ਪਤਾ ਨਹੀਂ ਨਾ ਅੱਖਰਾਂ 'ਚ ਕੀ ਹੈ। ਉਹ ਕਹਿੰਦੀ ਕਾਕਾ, ਤੁਹਾਡੇ ਵੱਡੇ ਇੰਨੇ ਜੋਗੇ ਕਿੱਥੇ ਹੋ ਗਏ? ਇੱਥੇ ਗੁਰੂ ਨਾਨਕ ਜੀ ਆਏ ਸੀ, ਉਹਨਾਂ ਦੀ ਬਾਣੀ। ਅੱਛਾ, ਫਿਰ ਇਹਨਾਂ ਪਤਾ ਕੀਤਾ ਵੀ ਉਹਨਾਂ ਦੀ ਜਗ੍ਹਾ ਅੱਜ ਕੱਲ੍ਹ ਗੁਰੂ ਅਰਜਨ ਦੇਵ ਜੀ ਹਨ। ਇਹ ਸ਼ਬਦ ਵੀ ਲਾਏ ਸ੍ਰੀ ਅੰਮ੍ਰਿਤਸਰ। ਇਹਨਾਂ ਨੇ ਕਈ ਬੇਨਤੀਆਂ ਕੀਤੀਆਂ। ਕਹਿੰਦੇ ਮਹਾਰਾਜ, ਆਹ ਜਿਹੜੀ ਦੁਨੀਆ ਰੋਜ਼ ਮਰਦੀ ਹੈ, ਇਹ ਕਿੱਥੇ ਜਾ ਰਹੀ ਹੈ? ਗੁਰੂ ਜੀ ਕਹਿੰਦੇ ਕਰਮ ਅਨੁਸਾਰ ਗਤੀ ਹੈ, ਹੋਰ ਕਿੱਥੇ ਜਾਣੀ? ਕੋਈ ਨਰਕਾਂ 'ਚ ਜਾਂਦਾ ਹੈ, ਕੋਈ ਜੂਨਾਂ 'ਚ ਜਾਂਦਾ ਹੈ, ਕੋਈ ਪੁਰਾਣਾ ਜਾਮੀ ਹੈ ਬਰਮ ਲੋਕ ਜਾਂਦਾ ਹੈ, ਕੋਈ ਕਿਤੇ, ਸਾਰੇ ਇੱਕੇ ਥਾਂ ਤਾਂ ਨਹੀਂ ਜਾਂਦੇ, ਫਿਰ ਵੀ ਇੰਨੀ ਦੁਨੀਆ ਮਰਦੀ ਹੈ, ਕਿੱਥੇ ਜਾ ਰਹੀ ਹੈ? ਸੰਸਕ੍ਰਿਤੀ ਸਲੋਕ, ਉਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤਾ ਜਿਹੜਾ ਲੈ ਕੇ ਆਏ ਸੀ ਬਾਣੀ। ਇਹਨਾਂ ਨੂੰ ਸਮਝਾਉਣ ਵਾਸਤੇ ਗੁਰੂ ਜੀ ਨੇ 10 ਅੰਗ ਸਹਿਸਕ੍ਰਿਤੀ ਸਲੋਕ, ਇੱਕ ਹੁੰਦਾ ਸੰਸਕ੍ਰਿਤ, ਇੱਕ ਹੁੰਦਾ ਸਹਿਸਕ੍ਰਿਤ, ਸਹਿਸਕ੍ਰਿਤੀ ਸਲੋਕ ਗੁਰੂ ਗ੍ਰੰਥ ਸਾਹਿਬ। ਤਾਂ ਗੁਰੂ ਜੀ ਨੇ ਇਹਨਾਂ ਨੂੰ ਇਉਂ ਸਮਝਾਇਆ, ਕਾਵਾਂ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਂਦੇ ਨੇ, ਜਿਨ੍ਹਾਂ ਨੇ ਨਾ ਗੁਰੂ ਉਤਾਰਿਆ। ਕਾਵਾਂ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਂਦੇ ਨੇ, ਜਿਨ੍ਹਾਂ ਨੇ ਨਾ ਗੁਰੂ ਉਤਾਰਿਆ। ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਂਦੇ ਨੇ, ਜਿਨ੍ਹਾਂ ਨੇ ਨਾ ਗੁਰੂ ਉਤਾਰਿਆ। ਕਾਵਾਂ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਂਦੇ ਨੇ, ਗੁਰੂ ਉਤਾਰਿਆ। ਕੀ ਜੂਨੀ ਪੈਂਦੇ ਨੇ, ਜਿਨ੍ਹਾਂ ਨੇ ਨਾ ਗੁਰੂ ਉਤਾਰਿਆ।
ਦੀ ਜੂਨੀ ਜਿਨ੍ਹਾਂ ਨੇ ਨਾ ਗੁਰੂ ਮਾਰੇ ਆਵਾ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਂਦੇ ਨੇ ਜਿਨ੍ਹਾਂ ਨੇ ਨਾ ਗੁਰੂ ਤਾਰੇ ਪੈਂਦੇ ਨੇ ਜਿਨ੍ਹਾਂ ਨੇ ਨਾ ਗੁਰੂ ਤਾਰੇ ਗਧਿਆਂ ਦੀ ਜੂਨੀ ਪੈਂਦੇ ਨੇ ਜੋ ਪ੍ਰਾਣੀ ਤਰਗੰਤ ਜਿਨ ਪ੍ਰਿਸ਼ਟ ਹੈ ਕੁਕਰੈ ਸੁਕਰੈ ਕਾਕੈ ਗਰਤ ਪੈ ਤੁਲਖ ਲੈ ਭੈੜੀਆਂ ਭੈੜੀਆਂ ਚੂਨਾ ਇਹ ਲੱਖਾਂ ਯੁੱਗ ਲੰਘ ਜਾਂਦੇ ਨੇ ਛੇਤੀ ਮੁੱਕਦੀਆਂ ਨਹੀਂ ਭੋਗਣੀਆਂ ਪੈਂਦੀਆਂ ਨਗੋਰਾ ਰਹਿ ਕੇ ਜਿਹੜਾ ਦੁਨੀਆਂ ਤੋਂ ਚਲਾ ਜਾਏ ਬੰਦਗੀ ਨਾ ਕਰੇ ਗੁਰੂ ਜੀ ਕੁਛ ਨਗਰਾਂ 'ਚ ਹੁੰਦੇ ਹੋਏ ਪਟਨੇ ਸ਼ਹਿਰ ਆਏ ਇੱਥੇ ਇੱਕ ਸੰਤ ਜੀ ਸੀ ਉਹਨਾਂ ਨੂੰ ਦਰਸ਼ਨ ਦਿੱਤੇ ਉਹ 46 ਉਮਰ ਦਾ ਸੀ ਫਿਰ ਮਰਦਾਨੇ ਨੇ ਅਰਜ਼ ਕੀਤੀ ਮਹਾਰਾਜ ਕੁਛ ਸਮਾਂ ਹੋ ਗਿਆ ਭੋਜਨ ਨਹੀਂ ਛਕਿਆ ਕਹਿੰਦੇ ਅੱਛਾ ਫਿਰ ਕਿਵੇਂ ਕਰੇਗਾ ਚੱਲਦੇ ਹਾਂ ਕਿਸੇ ਦਾ ਚਿਹਰਾ ਪੜਾਂਗੇ ਕਹਿ ਦਾਂਗੇ ਨਹੀਂ ਨਹੀਂ ਕਹਿੰਦੇ ਆ ਲੈ ਜਾ ਚਰਨ ਛੁਆਇਆ ਹੀਰਾ ਨਿਕਲ ਆਇਆ ਇਹ ਕਿਸੇ ਕਦਰਦਾਨ ਨੂੰ ਦੇਣਾ ਚੰਗਾ ਨਾਲੇ ਭੋਜਨ ਛੱਕ ਲੰਗਰ ਛੱਕ ਕਹਿੰਦੇ ਅੱਛਾ ਜੀ ਪਹਿਲਾਂ ਤਾਂ ਗਿਆ ਸਬਜ਼ੀ ਵਾਲਾ ਭਰਾਵਾ ਆਹ ਲੈ ਲਿਆ 250 ਸਿਰ ਮੂਲੀਆਂ ਦੇ ਦੇ ਇੰਨੀ ਕੁ ਖੁਰਾਕ ਸੀ 250 ਸਿਰ ਕੱਚੇ ਵੱਟੇ ਹੁੰਦੇ ਅੱਜ ਕੱਲ੍ਹ ਤਾਂ ਪਾਈਆ ਕੀ ਬਣਦਾ ਤਾਂ ਉਹ ਕਹਿੰਦੇ ਨਹੀਂ ਇਹ ਪੱਥਰ ਮੈਂ ਨਹੀਂ ਲੈਣਾ ਤੂੰ ਇੱਕ ਮੂਲੀ ਉਂਝ ਲੈ ਲੈ ਫਿਰ ਉਹ ਹਲਵਾਈ 'ਤੇ ਗਿਆ ਭਾਈ ਮੈਂ ਇਹ ਨਹੀਂ ਕਹਿੰਦਾ ਆ ਨਹੀਂ ਅਤੇ ਆ ਦੇ ਜੋ ਮਰਜ਼ੀ ਦੇ 250 ਸਿਰ ਦੇ ਦੇ ਭਗਤ ਫਰੀਦ ਜੀ ਗੁਰੂ ਨਾਨਕ ਜੀ ਨਾਲੋਂ 300 ਸਾਲ ਪਹਿਲਾਂ ਹੋਇਆ ਉਦੋਂ ਜਿਹੜਾ 3.5 ਮਣ ਹੁੰਦਾ ਸੀ ਅੱਜ ਕੱਲ੍ਹ 62 ਕਿਲੋ ਬਣਦਾ ਹੁੰਦਾ ਨਾ 3.5 ਮਣ ਦਿਓਰੀ ਉਦੋਂ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਵੱਟੇ ਸਾਰਾ ਉਹ ਆਪਾਂ ਤੱਤ ਕੱਢੀਏ ਅਤੇ ਅੱਜ ਕੱਲ੍ਹ ਦਾ 62 ਕਿਲੋ ਬਣਦਾ ਫਰੀਦ ਜੀ ਦਾ ਸਰੀਰ ਕਰਕੇ 62 ਕਿਲੋ ਵਜਨ ਸੀ ਇਸ ਕਰਕੇ 3.5 ਮਿੰਟ ਹੁਣ ਅੱਜ ਦੇ 40 ਕਿਲੋ ਵਾਲੇ ਥੋੜ੍ਹੀ ਸੀ ਸੋ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਆ ਨਹੀਂ ਆ ਦੇ ਦੇ 250 ਸਿਰ ਦੇ ਦੇ ਉਹ ਅੱਜ ਕੱਲ੍ਹ ਦਾ ਪਾਈਆ ਕੀ ਬਣਦਾ ਬਸ ਮਸਾਂ ਹੀ ਇੰਨੀ ਖੁਰਾਕ ਸੀ ਤੀਜੇ ਕਦ ਉਹ ਕਹਿੰਦੇ ਵੈਸੇ ਥੋੜ੍ਹਾ ਜਿਹਾ ਲੈ ਲਾ ਇੱਕ ਲੱਡੂ ਲੈ ਲਾ ਜਾ ਪਤਾ ਨਹੀਂ ਕਿੱਥੋਂ ਹੈ ਮੈਂ ਇਹ ਪੱਥਰ ਨਹੀਂ ਲੈਣਾ ਕੱਪੜੇ ਵਾਲੇ 'ਤੇ ਗਿਆ ਭਰਾਵਾ ਮੈਂ ਵੇਚਣਾ ਉਹ ਕਹਿੰਦਾ ਲੈ ਲੈ ਇੱਕ ਦੋ ਰੁਪਈਆ ਰੋਟੀ ਰੋਟੀ ਖਾ ਲਈ ਇਹ ਮੈਂ ਕੀ ਕਰਾਂਗਾ ਪੱਥਰ ਜਿਹਾ ਤਾਂ ਹੈ ਉਹਨੂੰ ਵੀ ਨਹੀਂ ਪਤਾ ਵੀ ਹੀਰਾ ਪੁੱਛਦਾ ਹੈ ਮੇਰੇ ਗੁਰੂ ਜੀ ਕਹਿੰਦੇ ਸਨ ਇਹ ਹੀਰਾ ਕੋਈ ਜਵਾਰੀ ਵੀ ਹੈ ਕਿ ਸਾਰੇ ਇਹੋ ਜਿਹੇ ਇਹ ਮਰਦਾਨਾ ਜੀ ਸਿੱਧਾ ਤੁਰਿਆ ਜਾ ਚੜ੍ਹਦੇ ਵਾਲੇ ਪਾਸੇ ਅੱਗੇ ਸੱਜੇ ਹੱਥ ਇੱਕ ਬਹੁਤ ਵੱਡੀ ਬਹੇਲੀ ਹੈ ਦਰਵਾਜ਼ਾ ਹੈ ਲੱਕੜ ਦਾ ਉਹ ਸਾਲਸਰਾਏ ਜੌਹਰੀ ਦਾ ਘਰ ਹੈ ਠੀਕ ਉੱਥੇ ਗਿਆ ਪੁੱਛਦਾ ਹੈ ਵੀ ਸਾਲਸਰਾਏ ਜੌਹਰੀ ਦਾ ਘਰ ਹੈ ਹਾਂ ਕਹਿੰਦਾ ਤੁਸੀਂ ਕੌਣ ਹੋ ਮੇਰਾ ਨਾਮ ਮਰਦਾਨਾ ਜੀ ਗੁਰੂ ਨਾਨਕ ਜੀ ਦਾ ਰਬਾਬੀ ਕਹਿੰਦੇ ਅੱਛਾ ਠੀਕ ਨੌਕਰ ਮਿਲਿਆ ਅਦਰਕ ਕਾ ਕਹਿੰਦੇ ਸੇਠ ਜੀ ਚਵਾਰੇ ਵਿੱਚ ਹਨ ਅੱਛਾ ਮਿਲਾਓ ਫਿਰ ਕੰਮ ਕੰਮ ਕਹਿੰਦੇ ਮੈਂ ਆ ਹੀਰਾ ਵੇਚਣਾ ਨਾਲੇ ਭੋਜਨ ਛਕਣਾ ਕਹਿੰਦੇ ਚਲੋ ਇਹ ਤਾਂ ਉਹ ਹੀ ਦੱਸਣਗੇ ਉਹ ਚਬਾਰੇ ਵਿੱਚ ਗਏ ਸੇਠ ਜੀ ਉਹ ਨੌਕਰ ਕਹਿੰਦਾ ਇਹ ਮਰਦਾਨਾ ਜੀ ਆ ਗਿਆ ਹੀਰਾ ਵੇਚਣਾ ਉੱਠਿਆ ਲਿਆਓ ਦਿਖਾਓ ਖੋਲਿਆ ਬੜਾ ਖੁਸ਼ ਹੋਇਆ ਸਾਲਸਰਾ ਕਹਿੰਦਾ ਦਰੱਕੇ ਛੇਤੀ 100 ਰੁਪਈਆ ਲਿਆ ਮਰਦਾਨਾ ਜੀ ਦੇ ਅੱਗੇ ਢੇਰ ਲਾ ਦਿੱਤਾ ਚਾਂਦੀ ਦਾ 100 ਰੁਪਈਆ ਆ ਲੈ ਜਾਓ ਇਹ ਮੁੱਲ ਹੈ ਇਹਦਾ ਨਹੀਂ ਇਹ ਦਰਸ਼ਨੀ ਪੇਟਾ ਹੈ ਕਿਉਂ ਕੋਈ 2 ਮੂਲੀਆਂ ਦੇਵੇ ਕੋਈ 10 ਰੁਪਈਏ ਨਾ ਦੇਵੇ ਕੋਈ ਮਠਿਆਈ ਨਾ ਦੇਵੇ 250 ਸਿਰ ਦਰਸ਼ਨੀ ਪੇਟਾ ਮਰਦਾਨਾ ਦਰਸ਼ਨੀ ਪੇਟਾ ਸੇਠ ਜੀ ਦਰਸ਼ਨੀ ਪੇਟਾ ਕਹਿੰਦੇ ਦੇਖੋ
ਇਹ ਹੀਰੇ ਵਿੱਚ ਲਿਖਿਆ ਹੋਇਆ, ਤੁਸੀਂ ਪੜ੍ਹਿਆ, ਦੇਖੋ ਧਿਆਨ ਦਿਓ, ਇਹ ਲਿਖਿਆ ਹੋਇਆ ਹੈ, ਇਹਦੇ ਮਾਲਕ ਦੇ ਬਿਨਾਂ ਪੁੱਛੇ ਇਹਦਾ ਮੁੱਲ ਨਾ ਪਾਈ, ਆ ਪੜ੍ਹਦਾ ਵਿੱਚ ਹੀ ਲਿਖਿਆ। ਹਾਂ ਕਿ ਲਿਖਿਆ ਤਾਂ ਹੈ, ਮਾਲਕ ਕੌਣ? ਮਾਲਕ ਤਾਂ ਗੁਰੂ ਨਾਨਕ ਜੀ ਹੈ। ਸਾਡੇ ਵੱਡੇ ਉਸਤਾਦ ਦੱਸਦੇ ਹੁੰਦੇ ਨੇ, ਇੱਕ ਇਹੋ ਜਿਹਾ ਹੀਰਾ ਹੈ ਜਿਹਦੀ ਦਰਸ਼ਨੀ ਪੇਟਾ 100 ਰੁਪਈਆ ਹੈ। ਸੋ ਤੁਸੀਂ ਆਪਣੇ ਗੁਰੂ ਨਾਨਕ ਜੀ ਨੂੰ ਪੁੱਛ ਲਿਓ, ਜੇ ਵੇਚਣਾ ਹੋਵੇ ਸਾਰੇ ਸ਼ਹਿਰਾਂ ਦੇ ਬਿਹਾਰ ਦੇ ਵੱਡੇ ਵੱਡੇ ਜੌਹਰੀ ਇਕੱਠੇ ਹੋਵਾਂਗੇ, ਜਿੰਨਾ ਸਾਡੇ ਕੋਲ ਧਨ ਸੋਨਾ ਚਾਂਦੀ ਹੋਇਆ ਤੁਸੀਂ ਗੱਡੇ ਲੈ ਆਇਓ, ਲੱਦ ਕੇ ਲੈ ਜਾਇਓ ਸਾਰੇ ਬਿਹਾਰ ਦੇ ਜੌਹਰੀ, ਪਰ ਮੁੱਲ ਅਸੀਂ ਫਿਰ ਵੀ ਨਹੀਂ ਪਾ ਸਕਦੇ, ਜਿੰਨਾ ਹੋਇਆ ਦੇ ਦਾਂਗੇ ਜੀ ਤੁਸੀਂ ਜ਼ਰੂਰ ਵੇਚਣਾ। ਸੋ ਗੱਡਿਆਂ ਦਾ ਪ੍ਰਬੰਧ ਕਰ ਲਿਓ, ਜਿੰਨਾ 'ਤੇ ਸੋਨਾ ਚਾਂਦੀ ਲੱਦਣਾ ਸਾਰੇ ਬਿਹਾਰ ਦੇ ਜੌਹਰੀ ਸਾਰਾ ਸੋਨਾ ਦੇ ਦਿਆਂਗੇ। ਮਰਦਾਨਾ ਹੈਰਾਨ, ਇੰਨਾ ਕੀਮਤੀ। ਉੱਥੇ ਤਾਨੇ ਸ਼ਾਹ ਕੋਲ ਹੀਰਾ ਸੀ, ਦੱਖਣ ਦਾ ਰਾਜਾ ਸੀ, ਔਰੰਗਜ਼ੇਬ ਨੂੰ ਲੱਗਾ ਪਤਾ ਹੈ, ਬੜਾ ਲੋਭੀ ਸੀ, ਇਹਨੇ ਆਪਣਾ ਵਕੀਲ ਕਰ ਲਿਆ ਵੀ ਜਾਓ ਦੇਖ ਕੇ ਆਓ ਹੀਰਾ ਕਿੰਨੀ ਕੀਮਤ ਆ। ਉਹ ਆ ਕੇ ਕਹਿੰਦਾ, ਰਾਜਨ ਸਰਕਾਰ, ਮੈਂ ਗਿਆ ਸੀ ਉੱਥੇ ਜਿੱਥੇ ਤਾਨੇ ਸ਼ਾਹ ਦਾੜੀ 'ਤੇ ਫੇਰਦਾ ਸੀ, ਉਹਦੀ ਲਾਈਟ 50 ਕਦਮ ਤੱਕ ਦੂਰ ਪੈ ਰਹੀ ਸੀ, ਸੋ ਮੈਂ ਕੀਮਤ ਪਾਈ ਹੈ, ਉਹਦੀ ਕੀਮਤ ਹੈ 2 ਹਿੰਦੁਸਤਾਨ। 2 ਹਿੰਦੁਸਤਾਨ? ਹਾਂ, ਇਹ ਜਿੰਨੀ ਜ਼ਮੀਨ ਆਪਣੇ ਦੇਸ਼ ਦੀ ਵੇਚ ਦਈਏ, ਇੱਕ ਵਾਰੀ ਫਿਰ ਵੇਚ ਦਈਏ, ਇੰਨਾ ਕੀਮਤੀ ਹੈ। ਹੀਰੇ ਬੜੇ ਬੜੇ ਕੀਮਤੀ ਹੁੰਦੇ, ਕਿਸੇ ਐਵੇਂ ਹੁੰਦੇ ਨੇ ਖੇਡਣ ਵਾਲੇ ਬਾਜ਼ਾਰਾਂ 'ਚ ਵੇਚ ਦਿੰਦੇ, 100 ਦੇ 5 ਲੈ ਲਓ, 100 ਦੇ 20 ਲੈ ਲਓ, ਇਹੋ ਜਿਹੇ ਵੀ ਹੁੰਦੇ, ਨਕਲੀ ਜਿਹੇ ਹੁੰਦੇ ਨੇ ਬਥੇਰੇ ਖਰੀਦਦੇ ਲੋਕਾਂ ਨੂੰ। ਸੋ ਪੁੱਛਦਾ, ਜੇ ਤੁਹਾਡੇ ਗੁਰੂ ਨਾਨਕ ਜੀ ਨੇ ਵੇਚਣਾ ਹੋਵੇ, ਉਹਨੂੰ ਕੀ ਪਤਾ ਸੀ ਸਾਲ ਸਰਾਂ ਨੂੰ? ਮਹਾਰਾਜ ਆਪ ਤਾਂ ਸਾਰੇ ਬਿਹਾਰ ਦੇ ਜੌਹਰੀ ਇਕੱਠੇ ਹੋਵਾਂਗੇ, ਤੁਸੀਂ ਗੱਡਿਆਂ ਦਾ ਪ੍ਰਬੰਧ ਕਰ ਲਿਓ, ਚਾਂਦੀ ਦੇ ਰੁਪਈਏ ਸੋਨਾ ਚਾਂਦੀ ਸਾਰੇ ਅਸੀਂ ਲੱਦ ਦਿਆਂਗੇ, ਲੈ ਜਾਇਓ, ਪਰ ਮੁੱਲ ਫੇਰ ਵੀ ਨਹੀਂ, ਮੁੱਲ ਨਹੀਂ ਅਸੀਂ ਪਾ ਸਕਦੇ। ਹਾਂ, ਦਰਸ਼ਨੀ ਪਿੱਟਾ 100 ਰੁਪਈਆ। ਮਰਦਾਨਾ ਹੈਰਾਨ ਹੋ ਰਿਹਾ ਵੀ ਮੁੱਲ ਫੇਰ ਵੀ ਨਹੀਂ ਪੈਂਦਾ, ਇਤਨਾ ਧਨ। ਹੁਣ ਪੁੱਛਦਾ ਹੈ, ਗੁਰੂ ਜੀ ਨਾਲ ਕਿੰਨੇ ਕੁ ਜਾਣੇ? ਕਹਿੰਦੇ ਬਾਲਾ ਮਰਦਾਨਾ, ਮਹਾਰਾਜ ਅਸੀਂ 3 ਜਣੇ, ਇੱਕ ਹੋਰ ਅਨਸੰਤ ਜੀ ਇੱਥੋਂ ਦਾ ਹੀ ਨੇ ਪਟਨੇ ਦੇ। ਕਈ ਵਾਰੀ ਤਾਂ ਗੁਰੂ ਜੀ ਨਾਲ ਸੈਂਕੜੇ ਹੀ ਹੋ ਜਾਂਦੇ ਨੇ, ਕਈ ਵਾਰੀ ਅਸੀਂ ਥੋੜ੍ਹੇ ਹੀ। ਅੱਛਾ, ਕਹਿੰਦੇ ਚਲੋ ਮੈਂ ਆਉਂਦਾ। ਇਸ ਨੇ ਭੋਜਨ ਤਿਆਰ ਕੀਤਾ, ਸਾਲ ਸਰਾਏ ਨੇ, ਅਤੇ ਆ ਗਿਆ, ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ, ਮਹਾਰਾਜ ਛਕੋ, ਬੇਨਤੀ ਕੀਤੀ, ਮਹਾਰਾਜ ਇੱਕਦਮ ਮੈਂ ਤੁਹਾਡੇ ਦਰਸ਼ਨ ਪਹਿਲੀ ਵਾਰੀ ਕੀਤੇ, ਖਿਮਾ ਕਰਨਾ ਜੇ ਕੋਈ ਅੱਖਰ ਵਾਧਾ ਘੱਟਾ ਹੋ ਗਿਆ, ਮੈਂ ਤਾਂ ਸੇਠ ਹੀ ਕਹਿੰਦਾ ਰਿਹਾ, ਤੁਸੀਂ ਤਾਂ ਮੇਰੀ ਜੱਜ ਵਾਹਿਗ ਰੱਬ ਦਾ ਹੀ ਅਵਤਾਰ ਹੋ, ਗੁਰੂ ਜੀ ਤਾਂ ਕੁਛ ਨਹੀਂ ਕਹਿ ਰਹੇ, ਭਾਈ ਬਾਲਾ ਜੀ ਕਹਿ ਰਹੇ, ਹਾਂ ਜਿਸ ਨੂੰ ਨਰਾਇਣ ਕਹਿੰਦੇ ਨੇ, ਪਰਮੇਸ਼ਰ ਕਹਿੰਦੇ ਨੇ ਆਪ ਜੀ, ਉਹਦਾ ਅਵਤਾਰ ਹੈ। ਅੱਛਾ, ਤਾਂ ਸੁੱਤੇ ਪਾਗ ਜਾ ਗਿਆ। ਹੁਣ ਬੇਨਤੀ ਕਰਦਾ, ਮਹਾਰਾਜ ਜਿਹੜਾ ਆਪ ਜੀ ਦੇ ਸੇਵਕ ਦੇ ਪਾਸ ਹੀਰਾ ਹੈ, ਮੈਂ ਤਾਂ ਹੈਰਾਨ ਹੋਇਆ, ਸੁਣਿਆ ਸੀ, ਦੇਖਿਆ ਨਹੀਂ ਸੀ, ਇਹ ਕਈ ਗੱਲਾਂ ਸੁਣੀਆਂ ਹੁੰਦੀਆਂ, ਦੇਖੀਆਂ ਨਹੀਂ ਹੁੰਦੀਆਂ, ਸੁਣੀਆਂ ਹੁੰਦੀਆਂ ਵੀ ਆਹ ਚੀਜ਼ ਇੰਨੀ ਦੀ ਹੈ, ਇੰਨੀ ਦੀ ਹੈ, ਦੇਖੀ ਨਹੀਂ ਹੁੰਦੀ, ਇਹ ਜੀ ਬਹੁਤ ਹੁੰਦੀ, ਸੁਣਿਆ ਸੀ ਆਪਣੇ ਉਸਤਾਦ ਵੱਡਿਆਂ ਕੋਲ, ਆਇਆ ਨਿਸ਼ਾਨੀਆਂ ਹੋਣ ਤੋਂ ਹੀਰਾ ਉਹਦੀ ਦਰਸ਼ਨੀ ਪੇਟਾ 100 ਰੁਪਈਆ ਹੈ। ਸੋ ਮਹਾਰਾਜ ਮੁੱਲ 'ਚ ਅਸੀਂ ਨਹੀਂ ਪਾ ਸਕਦੇ, ਮਰਦਾਨੇ ਜੀ ਨੂੰ ਮੈਂ ਕਿਹਾ ਸੀ ਜੇ ਵੇਚਣਾ ਹੋਵੇ ਸਾਰੇ ਬਿਹਾਰ ਦੇ ਜੌਹਰੀ ਇਕੱਠੇ ਹੋ ਕੇ ਤੁਸੀਂ ਗੱਡਿਆਂ ਦਾ ਇੰਤਜ਼ਾਮ ਕਰ ਲਿਓ, ਸੋਨਾ ਚਾਂਦੀ ਔਰ ਰੁਪਈਏ ਸਭ ਲੱਦ ਦਿਆਂਗੇ, ਕੀਮਤ ਦੀ ਫਿਰ ਵੀ ਅਸੀਂ ਨਹੀਂ ਪਾ ਸਕਦੇ। ਇਤਨਾ ਤਾਂ ਸੁਣਿਆ ਨਾ, ਤਾਨੇ ਸ਼ਾਹ ਵਾਲਾ 2 ਹਿੰਦੁਸਤਾਨ ਦੇ, ਤਾਂ ਉਹਦੇ ਤੋਂ ਵੀ ਕਿਤੇ ਅੱਗੇ ਸੀ, ਇੱਕ ਮੁੱਲ ਥੋੜ੍ਹੀ ਪਾ ਰਿਹਾ, ਇਤਨਾ ਜਿੰਨਾ ਸਾਡੇ ਕੋਲ ਹੈਗਾ ਦੇ ਦਾਂਗੇ, ਪਰ ਇਹਦਾ ਮੁੱਲ ਫਿਰ ਵੀ ਨਹੀਂ ਹੈ। ਗੁਰੂ ਜੀ ਕਹਿ ਰਹੇ ਨੇ, ਸਾਲ ਸਰਾਏ, ਤੇਰੇ ਕੋਲ ਜਿਹੜੇ ਹੀਰੇ ਹਨ ਇਹਦੇ ਤੋਂ ਵੀ ਕੀਮਤੀ ਹਨ। ਹੈਰਾਨ ਹੋ ਗਿਆ, ਮਹਾਰਾਜ ਮੇਰੇ ਕੋਲ ਤਾਂ ਇੱਕ ਵੀ ਨਹੀਂ, ਆ ਵੀ ਪਹਿਲੀ ਵਾਰੀ ਦਰਸ਼ਨ ਵੀ ਸੁਣਿਆ ਸੀ। ਗੁਰੂ ਜੀ ਕਹਿੰਦੇ, ਦੇਖ ਇਹ ਜਿਹੜੇ ਸਵਾਸ ਹਨ ਸਾਲ ਸਰਾਏ, ਇਹ ਹੀਰਿਆਂ ਤੋਂ ਵੀ ਕੀਮਤੀ ਹਨ। ਹੀਰਿਆਂ ਕੀ ਇਹਨਾਂ ਹੀਰਿਆਂ ਵੱਟੇ ਸਵਾਸ ਮਿਲ ਜਾਣ? ਬੰਦਾ ਦੁਨੀਆਂ 'ਤੇ ਆਇਆ, ਸਵਾਸ ਮੁੱਕਦੇ ਜਾ ਰਹੇ ਨੇ, ਇਹਦੇ ਨਾਲ ਨਾਮ ਜਪਣਾ ਸੀ,
ਕੋਈ ਚੀਜ਼ ਸਾਲ ਸਰਾਏ 90 ਰੁਪਈਆਂ ਦੀ ਲੈ ਕੇ 100 ਦੀ ਵੇਚਦਾ, ਉਹਨੂੰ 10 ਰੁਪਈਏ ਬਚਦੇ ਨਾ ਦੁਕਾਨਦਾਰ ਨੂੰ, ਹਾਂ ਮਾਂ ਠੀਕ ਹੈ। ਜੇ 100 ਦੀ ਲਿਆ ਕੇ 90 ਦੀ ਵਿੱਚ, ਫਿਰ ਸੱਚੇ ਪਾਤਸ਼ਾਹ ਫਿਰ ਤਾਂ ਘਾਟਾ ਹੀ ਹੈ, ਕੁਛ ਵੀ ਨਹੀਂ ਬਚੇਗਾ। ਜੋ ਇਸ ਪਾਸ ਪੂੰਜੀ ਉਹ ਵੀ ਖਤਮ ਹੋ ਜਾਏਗੀ। ਹੁਣ ਹੀਰਿਆਂ ਤੋਂ ਕੀਮਤੀ ਸਵਾਸ ਨੇ ਅਤੇ ਸਵਾਸਾਂ ਨਾਲ ਕੀ ਖਰੀਦ ਰਿਹਾ? ਨਿੰਦਿਆ ਚੁਗਲੀ ਝੂਠ ਦੀਆਂ ਗੱਲਾਂ ਸੁਣਦਾ, ਵੈਰ ਵਿਰੋਧ ਦੀਆਂ ਸੁਣਦਾ। ਇਹਦੇ ਨਾਲ ਨਾਮ ਜਪਣਾ ਸੀ, ਹੀਰਿਆਂ ਤੋਂ ਕੀਮਤੀ ਸਵਾਸ, ਸਵਾਸ ਤੋਂ ਕੀਮਤੀ ਨਾਮ, ਨਾਮ ਤੋਂ ਪਰਾਂ ਹੋਰ ਕੁਛ ਵੀ ਨਹੀਂ। ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਵਾਹਿਗੁਰੂ ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ ਸਤਨਾਮ ਜੀ, ਵਾਹਿਗੁਰੂ 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 ਜੀ। ਕਹਿਣ ਲੱਗੇ ਇਹ ਨਾਮ ਹੈ ਜਿਸਦੀ ਕੀਮਤ ਹੀ ਕੋਈ ਪਾ ਹੀ ਨਹੀਂ ਸਕਦਾ। ਫਿਰ ਭਜਨ ਕਰਿਆ ਕਰ। ਗੁਰੂ ਜੀ ਕਹਿਣ ਲੱਗੇ ਦੇਖ ਸਾਲਸਰਾ, ਇਹ ਗੱਲ ਇਸ ਤਰ੍ਹਾਂ ਹੈ, ਜਿਹੜਾ ਤੇਰਾ ਨੌਕਰ ਹੈ ਅਦਰਕਾ, ਇਹਦੀ ਪਿਛਲੇ ਜਨਮਾਂ ਦੀ ਬੜੀ ਬੰਦਗੀ ਹੈ ਅਤੇ ਬੰਦਗੀ ਵਾਲਾ ਹੀ ਦੁਨੀਆਂ ਦਾ ਸੁਧਾਰ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਤੈਨੂੰ ਅਸੀਂ ਮੰਜੀ ਦਿੰਦੇ ਹਾਂ, ਸਿੱਕੀ ਪ੍ਰਚਾਰ ਕਰਿਆ ਕਰ, ਤੂੰ ਪਹਿਲਾਂ ਆਇਆ, ਅਦਰਕਾ ਬਾਅਦ ਵਿੱਚ ਆਇਆ, ਤੇਰੇ ਤੋਂ ਬਾਅਦ ਤੇਰਾ ਸੇਵਕ ਅਦਰਕਾ, ਸਿੱਖੀ ਪ੍ਰਚਾਰ ਇਸ ਪਟਨੇ ਸ਼ਹਿਰ ਵਿੱਚ ਤਮਾਮ ਇਲਾਕਿਆਂ ਵਿੱਚ ਕਰੇਗਾ, ਬਹੁਤ ਸਾਰੇ ਸਿੱਖ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਹੋਣਗੀਆਂ। ਇਹਦੀ ਪਿਛਲੀ ਬੰਦਗੀ ਹੈ, ਹੈ ਤੇਰਾ ਨੌਕਰ, ਪਰ ਬੰਦਗੀ ਵਿੱਚ ਬਹੁਤ ਅੱਗੇ ਹੈ। ਜਿੰਨੀ ਜਿੰਨੀ ਕਿਸੇ ਦੀ ਬੰਦਗੀ ਹੁੰਦੀ, ਉਹਨਾਂ ਹੀ ਸੁਧਾਰ ਹੁੰਦਾ ਹੈ। ਗੁਰੂ ਜੀ ਨੇ ਇਹ ਵੀ ਦੱਸੇ, ਇਸੇ ਪਿਆਰ ਵਿੱਚ ਇੱਕ ਚੰਡਾ ਬਾਢੀ ਸਾਡਾ ਸੇਵਕ ਹੈ, ਬੜਾ ਬੰਦਗੀ ਵਾਲਾ ਹੈ, ਉਹਦੇ ਕੋਲ ਵੀ ਜਾਣਾ, ਉਹਨੂੰ ਵੀ ਅਸੀਂ ਮੰਜੀ ਦੀ ਬਖਸ਼ਿਸ਼ ਕਰਨੀ ਹੈ, ਉਹ ਵੀ ਸਿੱਖੀ ਪ੍ਰਚਾਰ ਕਰੇਗਾ। ਪਰ ਇਹ ਜਿਹੜਾ ਹੀਰਾ, ਇਹਨੂੰ ਸੰਭਾਲ ਕੇ ਰੱਖ। ਤਾਂ ਠੀਕ ਹੈ ਮਹਾਰਾਜ, ਕਿੰਨਾ ਕੁ ਚਿਰ? ਗੁਰੂ ਜੀ ਕਹਿੰਦੇ ਸਾਲ ਸਰਾਏ, ਸਮਾਂ ਆਏਗਾ, ਨੌਵੇਂ ਜਾਮੇ ਵਿੱਚ ਇੱਥੇ ਅਸੀਂ ਆਵਾਂਗੇ, ਦਸਵਾਂ ਜਾਮਾ ਇੱਥੇ ਧਾਰਨ ਕਰਾਂਗੇ, ਸਾਡਾ ਨਾਮ ਹੋਏਗਾ ਗੁਰੂ ਗੋਬਿੰਦ ਰਾਏ, ਬਾਅਦ ਵਿੱਚ ਗੁਰੂ ਗੋਬਿੰਦ ਸਿੰਘ। ਛੋਟੀ ਉਮਰ ਜਦੋਂ ਇੱਥੇ ਅਸੀਂ ਹੋਵਾਂਗੇ, ਅਸੀਂ ਇਸੇ ਹੀਰੇ ਨਾਲ ਖੇਡਿਆ ਕਰਾਂਗੇ। ਬੱਚੇ ਖੇਡਦੇ ਨੇ, ਖੇਡਿਆ ਕਰਾਂਗੇ। ਬਹੁਤ ਅੱਛਾ ਹੀਰਾ ਉਹਨੇ ਸੰਭਾਲ ਕੇ ਰੱਖ ਲਿਆ, ਆਪਣੀ ਅੰਸਾ ਵਿੱਚ ਪੱਕੀ ਕਰਦਾ ਹੈ। ਜਦੋਂ ਗੁਰੂ ਨਾਨਕ ਜੀ ਨੌਵੇਂ ਜਾਮੇ ਵਿੱਚ ਆਉਣ, ਦਸਵਾਂ ਜਾਮਾ ਇੱਥੇ ਉਤਾਰਨ, ਇਹ ਸਾਰਾ ਕਾਰੋਬਾਰ ਉਹਨਾਂ ਦਾ ਹੀ ਹੈ, ਉਹਨਾਂ ਨੂੰ ਹਵਾਲੇ ਕਰ ਦੇਣਾ, ਇਹ ਹੀਰਾ ਵੀ ਦੇ ਦੇਣਾ। ਉਹੀ ਹੀਰਾ ਹੁਣ ਗੁਰੂ ਜੀ ਦਸਵੇਂ ਮਹਾਰਾਜ ਹੱਥ 'ਚ ਫੜ ਲੈਂਦੇ ਨੇ, ਸੁੱਟਦੇ ਨੇ, ਵਿਗਾ ਜਾਂਦਾ ਰਿੜਦਾ, ਅਤੇ ਨਾਲੇ ਕਹਿੰਦੇ ਧੰਨ ਗੁਰੂ ਨਾਨਕ, ਇਹ ਹੱਸਦੇ ਬੜਾ ਨੇ, ਕਹਿੰਦੇ ਮਾਤਾ ਜੀ ਗੁਰੂ ਨਾਨਕ ਜੀ ਦੇ ਬਚਨ ਪੂਰਾ ਕਰ ਰਹੇ। ਉਹ ਗਿਆ ਹੀਰਾ, ਫਿਰ ਚੁੱਕ ਲਿਆ ਉਹਨੇ, ਤੂੰ ਚੁੱਕ ਲਿਆ, ਫਿਰ ਚਲਾ ਕੇ ਮਾਰਦੇ, ਫਿਰ ਬੱਚੇ ਨੂੰ ਕਹਿੰਦੇ ਚੁੱਕ ਲਿਆ। ਗੁਰੂ ਨਾਨਕ ਜੀ ਕਹਿੰਦੇ ਸੀ ਨਿੱਕੇ ਹੁੰਦੇ, ਸਾਲ ਸਰਾਏ ਜੌਹਰੀ ਦੇ ਹੀਰੇ ਨਾਲ ਖੇਡਿਆ ਕਰਾਂਗੇ, ਤੂੰ ਬਚਨ ਪੂਰੇ ਕਰ ਰਹੇ। ਦੱਸੀ ਵੀ ਜਾਂਦੇ ਨੇ, ਉਹ ਖੇਡਦੇ ਨੇ, ਉਹਦੇ ਪਿੱਛੇ ਦੌੜ ਜਾਂਦੇ ਨੇ, ਫਿਰ ਫੜ ਲਿਆਉਂਦੇ ਦੂਜੇ, ਫਿਰ ਦੇਖ ਕੌਣ ਦੂਰ ਸੁੱਟਦਾ ਕੌਣ। ਸੋਚੋ ਇਹ ਬਾਲਾ ਪ੍ਰੀਤਮ ਨੇ ਸਭ ਤੋਂ ਪਹਿਲਾਂ ਹੀਰੇ ਨਾਲ ਖੇਡਾਂ ਖੇਡੀਆਂ,
ਸਤਿਗੁਰ ਨਾਨਕ ਦੇਵ ਜੀ ਕਿੱਥੇ ਕਿੱਥੇ ਗਏ ਤੇ ਗੁਰੂ ਜੀ ਆਪ ਹੀ ਜਾਣਨ। ਸਿੱਧ ਆਸਣ ਸਭ ਜਗਤ ਨਾਨਕ ਆਣ ਤੇ ਜੇ ਗੋਵਾ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਸੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਕਲਾ ਤੇ ਕਲੇਸ਼ ਦੇ ਯੁੱਗ ਨੂੰ ਤਾਰਨ ਵਾਸਤੇ ਵਾਹਿਗੁਰੂ ਨੇ ਨਾਨਕ ਨਾਮ ਰਖਾ ਕੇ ਆਏ। ਕਰਮਾਂ ਵਾਲੇ ਨੇ ਜਿਹੜੇ ਅੰਮ੍ਰਿਤ ਛਕ ਲੈਂਦੇ ਨੇ, ਭਜਨ ਪਾਠ ਕਰਦੇ ਨੇ, ਬੰਦਗੀ ਕਰਦੇ ਨੇ, ਗੁਰੂ ਨਾਨਕ ਜੀ ਦਾ ਧਿਆਨ ਧਰਦੇ ਨੇ, ਕੁਛ ਕਰਮ ਇਹੋ ਜਿਹੇ ਨੇ ਸਲਾਵਾਂ ਕਰਦਿਆਂ ਕਰਦਿਆਂ ਰਹਿ ਵੀ ਜਾਂਦੇ, ਫਿਰ ਦੇਖਾਂਗੇ ਫਿਰ ਦੇਖਾਂਗੇ। ਭਾਗਾਂ ਵਿੱਚ ਨਹੀਂ, ਲੇਖ ਹੀ ਨਹੀਂ ਬਣਿਆ, ਅਗਲੀ ਵਿਚਾਰ ਕੱਲ੍ਹ ਹੁਣ ਸਭ ਮਾਈ ਪਾਈ। ਗੁਰੂ ਸਤੋਤਰ ਵਿੱਚ ਬੋਲੋ, ਭਾਈ ਸਰਦੰਦ ਸਾਹਿਬ ਦਾ ਪਾਠ ਕਰ ਲੈਣ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਤਨ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਤਨ ਤਨ ਹੈ ਗੁਰੂ ਨਾਨਕ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਅਮਰਦਾਸ, ਤਨ ਹੈ ਤਨ ਤਨ ਗੁਰੂ ਰਾਮਦਾਸ, ਤਨ ਹੈ ਤਨ ਹੈ ਤਨ ਹੈ ਤਨ ਗੁਰੂ ਰਾਮਦਾਸ, ਤਨ ਹੈ ਤਨ 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 ਹੈ ਤਨ ਹੈ ਤਨ ਹੈ ਤਨ ਦੇਵ ਸਭ ਤਨ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਹਰਗੋਬਿੰਦ ਸਾਹਿਬ, ਤਨ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਸ਼੍ਰੀ ਅਰਜਨ ਸਾਹਿਬ, ਤਨ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਸ਼੍ਰੀ ਹਰਿਕ੍ਰਿਸ਼ਨ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਤੇਗ ਬਹਾਦਰ ਸਾਹਿਬ, ਤਨ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਗੋਬਿੰਦ ਸਾਹਿਬ, ਤਨ ਹੈ ਤਨ ਹੈ ਤਨ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ, ਤਨ ਤਨ ਹੈ ਤਨ ਹੈ ਵਾਹਿਗੁਰੂ ਤਨ ਤੇਰਾ ਪੰਥ ਖਾਲਸਾ, ਤਨ ਤਨ ਹੈ ਗੁਰੂ ਤਨ ਤੇਰੀ ਸਾਧ ਸੰਗਤ ਕੀ, ਤਨ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਲੋ, ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕੇ ਫਤਿਹ ਵਾਹਿਗੁਰੂ ਜੀ।